ਜਿਹੜਾ ਭਗਵਾਨ ਆ ਉਹ ਤਾਂ ਇੰਨੇ ਜੇ ਖੁਸ਼ ਹੋ ਜਾਂਦਾ ਕਿ ਤੁਸੀਂ ਘਰ ਬੈਠ ਕੇ ਹੀ ਉਹਦਾ ਨਾਮ ਜਪ ਲਓ। ਘਰ ਬੈ ਕੇ ਹੀ ਤੁਸੀਂ ਹਰੇ ਰਾਮ ਸਤਨਾਮ ਸ਼੍ਰੀ ਵਾਹਿਗੁਰੂ ਅਤੇ ਅੱਲਾਹ ਤਾਲਾ ਨੂੰ ਤੁਸੀਂ ਨਾ ਯਾਦ ਕਰ ਲਓਗੇ, ਉਹਨੇ ਹਾਜ਼ਰੀ ਉੱਥੇ ਹੀ ਕਬੂਲ ਕਰ ਲੈਣੀ ਆ। ਇਹ ਸਾਨੂੰ ਇਸ ਲੈਵਲ ਤੱਕ ਇਤਿਹਾਦ, ਸਾਨੂੰ ਇਸ ਲੈਵਲ ਤੱਕ ਪ੍ਰੀਕੋਸ਼ਨਸ ਲੈਣੀਆਂ ਪੈਣੀਆਂ ਆ। ਕੱਲ੍ਹ ਨੂੰ ਖਾਸ ਤੌਰ ਦੇ ਉੱਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਮੰਦਰਾਂ ਦੇ ਵਿੱਚ, ਕਿਤੇ ਵੀ ਸਾਨੂੰ ਵੱਡੀਆਂ ਇਕੱਠਾਂ ਦੇ ਰੂਪ ਦੇ ਵਿੱਚ, ਵੱਡੀਆਂ ਲਾਈਨਾਂ ਦੇ ਵਿੱਚ, ਔਰ ਸਾਨੂੰ ਕਿਤੇ ਵੀ ਮਠਿਆਈ ਦੀਆਂ ਦੁਕਾਨਾਂ ਦੇ ਵਿੱਚ, ਕਿਤੇ ਵੀ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਤੇ ਜਾਣ ਦੀ ਲੋੜ ਨਹੀਂ ਹੈਗੀ, ਜੇ ਅਸੀਂ ਵਾਕਿਆ ਹੀ ਉਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉੱਤੇ ਪਹਿਰਾ ਦੇਣਾ ਆ, ਜੇ ਅਸੀਂ ਵਾਕਿਆ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ, ਉਹਨੂੰ ਅਸੀਂ ਇੰਪਲੀਮੈਂਟੇਸ਼ਨ ਇਹੀ ਕਰ ਸਕਦੇ ਹਾਂ ਘਰ ਬੈਠ ਕੇ ਕਿ ਹੇ ਪਰਮਾਤਮਾ ਮੇਰੀ ਹਰਜੀ ਹਾਜ਼ਰੀ ਕਬੂਲ ਕਰੀ। ਅੱਜ ਮੇਰੀ ਸੱਚੀ ਦੁਆਲੀ ਇਹੀ ਸ਼ਰਧਾਂਜਲੀ ਆ ਕਿ ਮੈਂ ਘਰ ਬੈਠ ਕੇ ਅੱਜ ਬਾਹਰ ਭੀੜ ਵਾਲੀ ਥਾਂ ਦੇ ਉੱਤੇ ਨਹੀਂ ਜਾਣਾ। ਮੇਰੇ ਹਿਸਾਬ ਦੇ ਨਾਲ ਸਭ ਤੋਂ ਅਸਲੀ ਜੇ ਸਰਬੱਤ ਦੇ ਭਲੇ ਦੀ ਅਰਦਾਸ ਆ ਉਹ ਇਹੀ ਹੋਵੇਗੀ। ਦਲਜੀਤ, ਹਾਂਜੀ ਸੰਦੀਪ ਭਾਅ ਜੀ, ਹੁਣੇ ਤੁਸੀਂ ਗੱਲ ਕੀਤੀ ਸੀ ਕਿ ਅਸੀਂ ਜਦੋਂ ਬ੍ਰੇਕ 'ਤੇ ਗਏ ਸੀ ਕਿ ਇਸ ਸਾਲ ਦੀ ਜਿਹੜੀ ਦਿਵਾਲੀ ਆ ਜਾਂ ਜਿਹੜੀ ਕੋਈ ਵੀ ਸੈਲੀਬ੍ਰੇਸ਼ਨ ਆ, ਸਾਨੂੰ ਇਹ ਨਹੀਂ ਪਤਾ ਕਿ ਕ੍ਰਿਸਮਿਸ 'ਤੇ ਜਾ ਕੇ ਅੱਗੇ ਕੀ ਹੋਣਾ, ਹਜੇ ਸਾਨੂੰ ਕੋਈ ਰੁਝਾਨ ਨਹੀਂ ਪਤਾ। ਯੈਸ, ਇਸ ਵਾਰ ਜਿਹੜੀਆਂ ਸੈਲੀਬ੍ਰੇਸ਼ਨ ਆ ਉਹਨੂੰ ਥੋੜ੍ਹਾ ਲਿਮਿਟਡ ਪਲੀਜ਼ ਕਰ ਲਓ। ਅਗਲੇ ਸਾਲ ਜਿੱਦਾਂ ਤੁਸੀਂ ਗੱਲ ਕਹੀ ਸੀ ਕਿ ਇਹਨੂੰ ਡਬਲ ਕਰ ਲਓ। ਯੈਸ, ਕਿਉਂਕਿ ਸੈਲੀਬ੍ਰੇਸ਼ਨ ਤਾਂ ਅਸੀਂ ਤਾਂ ਕਰ ਸਕਾਂਗੇ ਜੇ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਠੀਕ ਹੋਣਗੇ। ਡਾਕਟਰ ਸਾਹਿਬ ਨੇ ਸਾਡੇ ਨਾਲ ਆਫ ਦੀ ਏਅਰ ਕੁਛ ਗੱਲਾਂ ਸਾਂਝੀਆਂ ਕੀਤੀਆਂ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਵੀ ਕਰਾਂਗੇ ਕਿ ਪੂਰੀ ਦੀ ਪੂਰੀ ਫੈਮਿਲੀ ਜਾਂ ਉਹਨਾਂ ਦੇ ਵਿੱਚ ਜਿਹੜੇ ਮਾਂ ਪਿਓ ਸੀਗੇ ਉਹਨਾਂ ਦੀ ਡੈਥ ਹੋ ਗਈ ਇਸ ਕਰਕੇ ਅਤੇ ਬੱਚੇ ਇਕੱਲੇ ਨੇ। ਸੋ ਵਾਰ ਵਾਰ ਸਾਡੇ ਕਹਿਣ ਦਾ, ਅਵੇਅਰਨੈਸ ਕ੍ਰੀਏਟ ਕਰਨ ਦਾ ਇਹੀ ਰੀਜ਼ਨ ਆ ਕਿ ਅਸੀਂ ਇਹਨੂੰ ਆਮ ਵਾਂਗੂ ਲੈ ਕੇ ਨਾ ਚੱਲੀਏ, ਇਹਨੂੰ ਇਹ ਲੈ ਕੇ ਚੱਲੀਏ ਕਿ ਇਹ ਟਾਈਮ ਜਿਹੜਾ ਇਹ ਕੱਢਣ ਦੇ ਵਿੱਚ ਹੀ ਹੋਣਾ ਆ। ਅਤੇ ਮੈਂ ਸੰਦੀਪ ਭਾਅ ਜੀ ਥੋੜ੍ਹੀ ਇੱਕ ਗੱਲ ਇਹ ਕਹਿ ਦਵਾਂ, ਮੈਨੂੰ ਮੇਰੇ ਇੱਕ ਵੀਰ ਦਾ ਮੈਸੇਜ ਆਇਆ ਕਿ ਤੁਸੀਂ ਤਾਂ ਬਹੁਤ ਕੋਲ ਬੈਠੇ ਹੋ ਵੀ ਸਟੂਡੀਓ ਦੇ ਵਿੱਚ, ਤੁਸੀਂ ਆਪ ਵੀ ਪ੍ਰੀਕੋਸ਼ਨ ਡਾਲਦੇ ਹੋ। ਸੋ ਮੈਂ ਆਪਣੇ ਸਾਰੇ ਜਿਹੜੇ ਸਰੋਤੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਮੈਂ ਇਹ ਦੱਸ ਦਵਾਂ ਕਿ ਅਸੀਂ ਮੇਰੇ ਖਿਆਲ ਨਾਲ ਇਹ ਸਿਰਫ ਗ੍ਰੀਨ ਸਕਰੀਨ ਕਰਕੇ ਅਸੀਂ ਇਹ ਐਡੀਟਿੰਗ ਕਰ ਰਹੇ ਹਾਂ। ਅਸੀਂ ਮੈਂ ਅਤੇ ਸੰਦੀਪ ਭਾਅ ਜੀ ਇੱਕ ਦੂਜੇ ਤੋਂ ਘੱਟੋ ਘੱਟ ਨਹੀਂ ਤਾਂ 12-13 ਫੁੱਟ ਦੂਰ ਬੈਠੇ ਹੋਏ ਹਾਂ। ਬਿਲਕੁਲ ਜੀ, ਤਾਂ ਹੀ ਡਾਕਟਰ ਸਾਹਿਬ ਉਹਨਾਂ ਨੂੰ ਵੀ ਅਸੀਂ ਜਿਹੜਾ ਉਹ ਸਟੂਡੀਓ ਦੇ ਵਿੱਚ ਨਹੀਂ ਲੈ ਕੇ ਆਉਂਦਾ, ਅਸੀਂ ਤਾਂ ਰੈੱਡ ਅਲਰਟ ਤੋਂ ਵੀ ਵੱਧ ਅਲਰਟ ਦੇ ਉੱਤੇ ਬੈਠੇ ਹੋਏ ਹਾਂ। ਮੈਂ ਤਾਂ ਦਲਜੀਤ, ਮੇਰਾ ਖਿਆਲ ਐਟ ਐਨੀ ਗਿਵਨ ਟਾਈਮ ਅਸੀਂ 12 ਫੁੱਟ ਤੋਂ ਲਾਗੇ ਇੱਕ ਦੂਸਰੇ ਦੇ ਨਹੀਂ ਆਏ। ਔਰ ਸਾਡੇ ਜਿਹੜੀ ਟੈਕਨੀਕਲ ਟੀਮ ਆ ਉਹਨ ਸਾਨੂੰ ਅੱਜ ਕੈਮਰਾ ਵੀ 1-on-1 ਆ, ਤੁਸੀਂ ਦੇਖ ਰਹੇ ਹੋਣੇ ਆ ਕਿ ਇਕੱਲੇ ਸਾਨੂੰ ਕਿਤੇ ਜੁਆਇੰਟ ਵੀ ਨਹੀਂ ਦਿਖਾ ਰਹੇ, ਕਿਉਂਕਿ ਕੋਈ ਵੀ ਟੈਕਨੀਕਲ ਟੀਮ ਦਾ ਮੈਂਬਰ ਵੀ ਸਾਡੇ ਰੂਮ ਦੇ ਵਿੱਚ, ਸਟੂਡੀਓ ਜਿਹੜਾ ਸਾਡਾ ਇਹ ਤਕਰੀਬਨ 15x30 ਫੁੱਟ ਹੋਣਾ ਆ, ਇਹਦੇ ਵਿੱਚ ਮੈਂ ਅਤੇ ਸਿਰਫ ਦਲਜੀਤ ਆਪਸ ਵਿੱਚ ਹੀ 12-14 ਫੁੱਟ ਦੀ ਦੂਰੀ ਦੇ ਉੱਤੇ ਹਾਂ, ਔਰ ਡਾਕਟਰ ਸਾਹਿਬ ਫੋਨ ਦੇ ਜ਼ਰੀਏ ਸਾਡੇ ਦਿਲਾਂ ਦੇ ਵਿੱਚ ਆ, ਅਤੇ ਪਰ ਉੱਦਾਂ ਸਾਤੋਂ ਜਿਹੜੇ ਆ ਮੇਰਾ ਹਾਲ ਘੱਟੋ ਘੱਟ 50-60 ਮੀਲ ਦੀ ਦੂਰੀ ਦੇ ਉੱਤੇ ਡਾਕਟਰ ਸਾਹਿਬ ਹੋਣੀ ਬੈਠੇ ਆ। ਸੋ ਇਸ ਗੱਲ ਕਰਕੇ ਅਸੀਂ ਸਾਰੇ ਜਣੇ ਪਹਿਲਾਂ ਆਪ, ਮੈਂ ਤਾਂ ਜੀ ਇੱਕ ਚੀਜ਼ ਹੋਰ ਗੱਲ ਕਰਦਾ, ਸਾਡਾ ਗਰੁੱਪ ਆ ਜੀ ਪਿਛਲੇ ਡਾਕਟਰ ਸਾਹਿਬ 7-8 ਸਾਲ ਤੋਂ ਅਸੀਂ ਇੱਥੇ ਬੇਸਿਕਲੀ ਫਿਜ਼ੀਕਲ ਫਿਟਨੈਸ ਦੇ ਲਈ ਵੀਕਐਂਡ ਦੇ ਉੱਤੇ ਸੌਕਰ ਖੇਡਦੇ ਹਾਂ। ਮੈਂ ਤਕਰੀਬਨ ਫੈਬਰਵਰੀ ਦਾ ਇਨਡੋਰ ਵੇਲੇ ਹੀ ਉੱਥੇ ਜਾਣਾ ਬੰਦ ਕੀਤਾ ਹੋਇਆ, ਵੀਕਐਂਡ ਦੇ ਉੱਤੇ ਜਾ ਕੇ ਰਨਿੰਗ ਡੈਫੀਨੇਟਲੀ, ਕੱਲ੍ਹ ਨੂੰ ਜਾ ਕੇ 5-7 ਰਾਊਂਡ ਦਲਜੀਤ ਲਾ ਲਈਦੇ ਆ ਜੀ, 4-5 ਕਿਲੋਮੀਟਰ ਚੱਕਰ। ਹਾਂਜੀ ਡਾਕਟਰ ਸਾਹਿਬ, ਤੁਹਾਨੂੰ ਚੇਤਾ ਹੋਣਾ ਧਰਮਪਾਲ ਸਿੰਘ ਹੁਣੀ ਇੱਕ ਆਪਣਾ ਵਾਕੇਥੋਨ ਸ਼ੁਰੂ ਕੀਤਾ ਸੀ ਜੀ, ਵੀ ਆਪਾਂ ਫਿਜ਼ੀਕਲ ਫਿਟਨੈਸ ਲਈ, ਮੈਂਟਲ ਹੈਲਥ ਲਈ, ਆਪਣੀ ਹੈਲਥ ਨੂੰ ਇਸੇ ਕੋਵਿਡ ਨੂੰ ਬੀਟ ਕਰਨ ਦੇ ਲਈ ਅਸੀਂ ਜਿਹੜੀ ਵਾਕ ਆ ਉਹ ਸ਼ੁਰੂ ਕੀਤੀ ਸੀ, ਵੀ ਆਪੋ ਆਪਣੇ ਘਰਾਂ 'ਚ ਵਾਕ ਕਰਨੀ ਆ। ਹਾਂਜੀ ਅਸੀਂ ਫੇਸਬੁੱਕ ਦੇ ਉੱਤੇ ਸ਼ੇਅਰ ਵੀ, ਔਰ ਅੱਜ ਤੱਕ ਜੀ ਉਹ ਵਾਕ ਜਿਹੜੀ ਆ ਤਕਰੀਬਨ, ਕੱਲ੍ਹ ਦੀ ਮੇਰੀ ਜਿਹੜੀ ਵਾਕ ਸੀ ਤਕਰੀਬਨ 14 ਕਿਲੋਮੀਟਰ ਸੀ, ਔਰ ਮੇਰੇ ਪਿਛਲੇ ਹਫ਼ਤੇ ਦੀ ਜਿਹੜੀ ਐਵਰੇਜ ਆ ਉਹ 10.2 ਕਿਲੋਮੀਟਰ ਪਰ ਡੇ ਆ। ਸੋ ਇਹ ਚੀਜ਼ ਜਿਹੜੀ ਆ ਜੀ ਵਾਕ ਕਰਦੇ ਹਾਂ, ਪਰ ਮੈਂ ਉਹ ਗਰੁੱਪ ਦੇ ਵਿੱਚ ਅਜੇ ਤੱਕ ਖੇਡਦਾ ਨਹੀਂ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਇਹ ਚੀਜ਼ ਹੈਗੀ ਆ ਵੀ ਆਈ ਡੋਂਟ ਫੀਲ ਕੰਫਰਟੇਬਲ, ਬਿਕੋਜ਼ ਮੈਂ ਇਹ ਨਹੀਂ ਹੋ ਸਕਦਾ। ਸਾਰੇ ਵੀਰ ਉਹ ਪਰਮਾਤਮਾ ਵਧੀਆ ਸੇਫ ਆ, ਸਾਰੇ ਹੀ ਜਣੇ ਸਾਡੇ ਭਰਾ ਤੰਦਰੁਸਤ ਆ, ਪਰ ਫਿਰ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਆ, ਯੂ ਨੈਵਰ ਨੋ ਹੂ ਵਿਲ ਬੀ ਦਾ ਕੈਰੀਅਰ, ਮੇ ਬੀ ਆਈ ਵਿਲ ਇਨਫੈਕਟ ਆਲ ਆਫ ਦੈਮ। ਹਾਂਜੀ ਮੈਂ ਇਸ ਕਰਕੇ ਬਾਹਰ ਰਹਿੰਦਾ, ਇਹ ਨਾ ਹੋਵੇ ਮੇਰੇ ਕਰਕੇ ਉਹ ਵਧੀਆ 15-20 ਜਿਹੜੇ ਸਾਡੇ ਵੀਰ ਆ ਉਹ ਆਪਸ ਵਿੱਚ ਹੀ ਪ੍ਰੈਕਟਿਸ ਕਰਦੇ ਆ, ਮੇਰੇ ਕਰਕੇ ਕਿਤੇ ਉਹਨਾਂ ਦੇ ਘਰ ਜਿਹੜੀ ਆ ਉਹ ਇਨਫੈਕਸ਼ਨ ਨਾ ਚੱਲ ਜਾਵੇ, ਇਸ ਗੱਲ ਕਰਕੇ ਮੈਂ ਉਸ ਪ੍ਰੈਕਟਿਸ ਦੇ ਵਿੱਚ ਵੀ ਸ਼ਾਮਿਲ ਨਹੀਂ ਹੁੰਦਾ। ਸੋ ਅਸੀਂ ਇਹ ਚੀਜ਼ ਦੀ ਕੋਸ਼ਿਸ਼ ਕਰਦੇ ਹਾਂ। ਔਰ ਇੱਕ ਚੀਜ਼ ਹੋਰ ਅਸੀਂ ਗੱਲ ਕਹੀ ਸੀ, ਜਦੋਂ ਤੁਸੀਂ ਵਾਕਵੇ ਦੇ ਉੱਤੇ, ਹੁਣ ਤਾਂ ਵਿੰਟਰ ਆ ਗਈ ਆ ਤੁਸੀਂ ਨਿਕਲਣਾ ਹੀ ਨਹੀਂ, ਵਾਰ ਵਾਰ ਇਹ ਚੀਜ਼ 'ਤੇ ਆਪਾਂ ਐਮਫੇਸਾਈਜ਼ ਕੀਤਾ ਸੀ ਕਿ ਜਿੱਧਰ ਨੂੰ ਟ੍ਰੈਫਿਕ ਦਾ ਮੂੰਹ ਆ ਉਸੇ ਹੀ ਸਾਈਡਵਾਕ ਦੇ ਉੱਤੇ ਸਾਰੇ ਜਣੇ ਤੁਰੋ, ਤਾਂ ਜੋ 1-way ਤੁਰਿਆ ਜਾ ਸਕੇ, ਕਿਉਂਕਿ ਜੇ ਤੁਸੀਂ ਰਾਈਟ ਸਾਈਡ ਵਾਲਾ ਡਰਾਈਵੇ ਜਿੱਧਰ ਨੂੰ ਵੀ ਤੁਸੀਂ ਤੁਰਨਾ, ਆਪਣੇ ਘਰ ਤੋਂ ਨਿਕਲਣੇ ਆ ਰਾਈਟ ਸਾਈਡ ਨੂੰ ਤੁਰ ਪਓ, ਗਾਹਾਂ ਫਿਰ ਰਾਈਟ ਹੀ ਕਰਨੀ ਆ, ਹਰੇਕ ਜਗ੍ਹਾ ਰਾਈਟ ਕਰਦੇ ਕਰਦੇ ਤੁਸੀਂ ਮੁੜ ਕੇ ਵੀ ਘਰ ਆ ਜਾਣਾ ਆ, ਤੁਹਾਡਾ ਸਰਕਲ ਵੀ ਕੰਪਲੀਟ ਹੋ ਜਾਣਾ ਆ, ਔਰ ਤੁਸੀਂ ਜੇ ਸਾਰੇ ਜਣੇ ਕਰਾਂਗੇ ਤਾਂ ਕੋਈ ਕਿਸੇ ਨੂੰ ਕ੍ਰੋਸ ਨਹੀਂ ਕਰੂਗਾ।
सो ये चीज़ा असी सिंपल गल् जिदे स्प्रैड की चेन जी असी कि ना कि तोड़ सकते हैं सिंपल ये कोई उन्होंने साइडवॉक मेन स्ट्रीट के ता ही दोनों पासे बनाए हुए वह मतलब ही इस चीज़ का कि जिधर नू ट्रैफिक उधरला ही साइडवॉक जो उस डायरेक्शन के यूज़ करना राइट साइड नू तुसी जाना आ और राइट साइड के घरों निकलना ड्राइव के राइट कर लो मुड़ के मोहरे स्टॉप साइन आया फिर राइट कर लो अगला स्टॉप साइन आया तुसी करके देखो ਤੁਸੀਂ ਆਪਣੇ ਆਪ ਆਟੋਮੈਟਿਕਲੀ ਤੁਸੀਂ ਜਿੱਡਾ ਮਰਜ਼ੀ ਸਰਕਲ ਕਰ ਲਿਓ ਉਸ ਤੋਂ ਬਾਅਦ ਤੁਸੀਂ ਘਰ ਆ ਜਾਣਾ ਆ ਬਿਲਕੁਲ ਸਹੀ ਸੋ ਇਹ ਚੀਜ਼ਾਂ ਹੈਗੀਆਂ ਜੀ ਆਪਣੇ ਆਪੋ ਆਪਣੇ ਹਿਸਾਬ ਦੇ ਨਾਲ ਤੁਸੀਂ ਕਿਉਂਕਿ ਕਿਤੇ ਨਾ ਕਿਤੇ ਐਂਡ ਆਫ ਦਾ ਡੇ ਸਾਡੇ ਕਰਕੇ ਹੀ ਇਹ ਸਪਰੈਡ ਵੱਧ ਰਿਹਾ ਮੈਂ ਤਾਂ ਕਹੂੰਗਾ ਸਾਡੇ ਕਰਕੇ ਕਿਉਂਕਿ ਵੀ ਆਰ ਪਾਰਟ ਆਫ ਦਿਸ ਸੁਸਾਇਟੀ ਵੀ ਆਰ ਦਾ ਸਮਾਲੈਸਟ ਬੇਸਿਕਲੀ ਐਲੀਮੈਂਟ ਆਫ ਦਿਸ ਸੁਸਾਇਟੀ ਮੈਂ ਤੋਂ ਬਾਅਦ ਮੇਰਾ ਟੱਬਰ मेरे तो बाद मेरी गली उस तो बाद मेरा महला उस तो बाद मेरी स्टेट सिटी उस तो बाद मेरी स्टेट उस तो बाद मेरा देश शुरू कितों होया अपने तो यही चीज़ साड़ी अवेयरनैस है कि जे मैं ये चेन तोड़ी तो जितों मैं जिमें वह हुंदा नहीं मैं कई बार बड़े वधिया सोशल मीडिया के उत्ते मैचस दुए मैसेज पाए होंगे मैचस की एक लाइन लगी हुई हुंदी आ एक नूं अग लगदी आ और एक जिहड़ी आ उह थल्ले बह जांदी आ उह कहिंदे कई बार ਬਾਕੀਆਂ ਦੀ ਜ਼ਿੰਦਗੀ ਬਚਾਉਣ ਲਈ ਝੁਕਣਾ ਵੀ ਜਿਹੜਾ ਉਹਦੇ ਵਿੱਚ ਵੀ ਕੋਈ ਜਿਹੜੀ ਆ ਉਹ ਮਾੜੀ ਗੱਲ ਨਹੀਂ ਹੁੰਦੀ ਸੋ ਇਹੀ ਚੀਜ਼ ਆ ਵੀਰੋ ਜੇ ਕਿਤੇ ਵੀ ਅਸੀਂ ਆਪਣੀ ਰਿਸਪੋਂਸੀਬਿਲਟੀ ਆਪਣਾ ਬਣਦਾ ਯੋਗਦਾਨ ਆਪਣੇ ਆਪ ਨੂੰ ਸੇਫ ਆਪਣੀ ਵਰਕ ਪਲੇਸ ਦੀ ਸੇਫਟੀ ਵਰਕ ਪਲੇਸ ਦੇ ਉੱਤੇ ਵੀ ਜੇ ਤੁਸੀਂ ਦੋ ਪਰਿਵਾਰਾਂ ਤੋਂ ਤਿੰਨਾਂ ਪਰਿਵਾਰਾਂ ਤੋਂ ਜੀ ਆਉਂਦੇ ਆ ਤਾਂ ਡੈਫੀਨੇਟਲੀ ਮਾਸਕ ਜਿਹੜਾ ਇਨਡੋਰ ਵੀ ਪਾ ਕੇ ਰੱਖੋ ਚਾਂਸਸ ਮਿਨੀਮਾਈਜ਼ ਕਰੋ ਕਈ ਵਾਰੀ ਈਵਨ ਸਾਡੇ ਫਾਦਰ ਸਾਹਿਬ ਆ ਉਹ ਬਾਹਰ ਜੇ ਵਾਕ ਲਈ ਜਾਣਗੇ ਉਹਨੇ ਮਾਸਕ ਪਾ ਕੇ ਜਾਣਾ ਔਰ ਘਰ ਆਣ ਕੇ ਵੀ ਉਹ ਤਕਰੀਬਨ ਲਾਉਂਦੇ ਨਹੀਂ ਹੈਗੇ ਰਾਤ ਨੂੰ ਕਈ ਵਾਰੀ ਲਾਉਂਦੇ ਹੈਗੇ ਆ ਸੋ ਆਪਣੇ ਆਪ ਦੇ ਵਿੱਚ ਕੋਸ਼ਿਸ਼ ਕਰੋ ਕਿ ਜਿੰਨਾ ਕਿਉਂਕਿ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਹੁੰਦਾ ਡਾਕਟਰ ਸਾਹਿਬ ਕਿਉਂਕਿ ਮੈਂ ਫਿਰ ਵੀ ਗਰੋਸਰੀ ਵੀ ਮੈਂ ਲੈਣ ਜਾਂਦਾ ਬੀਇੰਗ ਰੀਅਲ ਇਸਟੇਟ ਠੀਕ ਹੈ ਜੀ ਬ੍ਰੈਡ ਐਂਡ ਬਟਰ ਲਈ ਆ ਥੋੜ੍ਹੇ ਜਿਹਾ ਘਰ ਵੀ ਵੇਚਣੇ ਪਏ ਪੰਜ ਚਾਰ ਸਿਰਫ ਦੋ ਕੁ ਮਹੀਨੇ ਕੰਮ ਕੀਤਾ ਪਰ ਮੈਂ ਆਪਣੇ ਮਾਂ ਪਿਓ ਤੋਂ ਕੋਸ਼ਿਸ਼ ਕਰਦਾ ਹੁੰਦਾ ਵੀ ਘਰ 'ਚ 15-18 ਫੁੱਟ ਦੀ ਦੂਰੀ ਰੱਖਾਂ ਰਾਈਟ ਵੀ ਉਹਨਾਂ ਦੇ ਲਾਗੇ ਜੇ ਈਵਨ ਮਦਰ ਕਿਚਨ 'ਚ ਆ ਤਾਂ ਮੈਂ ਕੋਸ਼ਿਸ਼ ਕਰਦਾ ਹੁੰਦਾ ਚਾਹ ਦਾ ਕੱਪ ਵੀ ਮੈਂ ਉਦੋਂ ਹੀ ਚੱਕਣ ਜਾਵਾਂ ਜਦੋਂ ਮਦਰ ਆਪਣਾ ਚਾਹ ਦਾ ਕੱਪ ਲੈ ਕੇ ਬੈਠ ਜਾਣ ਸੋ ਕੋਸ਼ਿਸ਼ ਕਰੀਏ ਡਾਕਟਰ ਸਾਹਿਬ ਬਿਲਕੁਲ ਜੀ ਤੁਹਾਡੇ ਵੱਲ ਆਉਂਦੇ ਹਾਂ ਕਿਉਂਕਿ ਹਾਂਜੀ ਹਾਂਜੀ ਦਲਜੀਤ ਹਾਂਜੀ ਹਾਂਜੀ ਮੈਂ ਸਿਰਫ ਇੱਕ ਚੀਜ਼ ਇਹਦੇ 'ਚ ਐਡ ਕਰਨ ਲੱਗਾ ਭਾਅ ਜੀ ਕਿਉਂਕਿ ਇਹ ਜਦੋਂ ਤੁਸੀਂ ਵਿਹਾਰ ਇਹ ਜਿਹੜਾ ਵਿਵਹਾਰ ਘਰ ਦੇ ਵਿੱਚ ਬਿਹੇਵੀਅਰ ਆਪਣਾ ਚੇਂਜ ਕਰਦੇ ਹੋ ਹਾਂਜੀ ਉਹਦੇ ਵਿੱਚ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਕਈ ਲੋਕਾਂ ਨੂੰ ਇਹ ਲੱਗਦਾ ਕਿਉਂਕਿ ਹੁਣ ਜਦੋਂ ਮਾਂ ਪਿਓ ਹੁੰਦੇ ਨੇ ਘਰ ਦੇ ਵਿੱਚ ਹੋਰ ਬਹੁਤ ਸਾਡੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਪਤਾ ਨਹੀਂ ਥੋੜ੍ਹਾ ਜਿਹਾ ਕਠੋਰ ਦਿਲ ਜਿਹਾ ਹੋ ਗਿਆ ਹਾਂਜੀ ਪਰ ਜੇ ਅਸੀਂ ਸੱਚੇ ਹਾਂ ਸਾਨੂੰ ਕਿਸੇ ਦਾ ਫਿਕਰ ਆ ਹਾਂਜੀ ਅਤੇ ਫਿਰ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਸਾਨੂੰ ਕਠੋਰ ਬਣਨਾ ਪੈਣਾ ਆ ਆਪਣੇ ਪਰਿਵਾਰ ਦਾ ਭਲਾ ਕਰਨ ਲਈ ਬਿਲਕੁਲ ਜੀ ਡੈਫੀਨੇਟਲੀ ਹਾਂਜੀ ਕੈਰੀ ਓਨ ਤੇ ਇਹਦੇ ਵਿੱਚ ਇਦਾਂ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਵੀ ਕਿਹਾ ਤੇ ਸਾਡੀ ਆਪਣੇ ਦਰਸ਼ਕਾਂ ਨੂੰ ਪੁਰਜ਼ੋਰ ਇਹ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਕਿ ਹਾਂਜੀ ਦੀਵਾਲੀ ਦੇ ਜਸ਼ਨ ਜ਼ਰੂਰ ਮਨਾਓ ਜਿੱਦਾਂ ਸੰਘਾ ਭਾਜੀ ਨੇ ਕਿਹਾ ਕਿ ਪਰਮਾਤਮਾ ਦਾ ਸਿਰਫ ਨਾਮ ਲੈਣਾ ਜ਼ਰੂਰੀ ਹੁੰਦਾ ਜੇ ਤੁਸੀਂ ਘਰੇ ਬੈਠ ਕੇ ਉਹਦਾ ਨਾਮ ਲੈ ਲਓ ਤਾਂ ਮੇਰੇ ਖਿਆਲ ਨਾਲ ਪਰਮਾਤਮਾ ਜ਼ਿਆਦਾ ਖੁਸ਼ ਹੁੰਦਾ ਆ ਇਸ ਟਾਈਮ 'ਤੇ ਨਾ ਕਰੋ ਇਹਨੂੰ ਥੋੜ੍ਹਾ ਜਿਹਾ ਆਪਣੇ ਆਪ ਲਈ ਸੰਭਾਲ ਕੇ ਰੱਖ ਲਓ ਅਗਲੀ ਸੈਲੀਬ੍ਰੇਸ਼ਨ ਕਰੋ ਅਤੇ ਮੈਂ ਡਾਕਟਰ ਸਾਹਿਬ ਨੂੰ ਇੱਕ ਛੋਟਾ ਜਿਹਾ ਪਹਿਲਾਂ ਕੁਐਸਚਨ ਵੀ ਕੀਤਾ ਸੀਗਾ ਅਤੇ ਆਪਾਂ ਉਹ ਕਰਕੇ ਅਤੇ ਉਹ ਤੋਂ ਬਾਅਦ ਫਿਰ ਡਾਕਟਰ ਸਾਹਿਬ ਆਪਣਾ ਕਰਨਾ ਡਾਕਟਰ ਸਾਹਿਬ ਮੈਂ ਇੱਕ ਇਹ ਗੱਲ ਪੁੱਛੀ ਸੀ ਤੁਹਾਨੂੰ ਕਿ ਜੇ ਪਹਿਲਾਂ ਤਾਂ ਤੁਸੀਂ ਐਗਜ਼ਾਮਪਲ ਅੱਜ ਬਹੁਤ ਵਧੀਆ ਬਣੇ ਹੋ ਕਿ ਤੁਸੀਂ ਤੁਹਾਡੇ 'ਤੇ ਜੋ ਬੀਤੀ ਆ ਤੁਸੀਂ ਉਹ ਐਕਸਪਲੇਨ ਕੀਤਾ ਆ ਕਿ ਜੇ ਕਿਸੇ ਨੂੰ ਹੋ ਜਾਂਦਾ ਆ ਜੇ ਕੱਲ੍ਹ ਨੂੰ ਦਲਜੀਤ ਸਿੰਘ ਨੂੰ ਹੋ ਜਾਂਦਾ ਹੈ ਕੀ ਮੈਨੂੰ ਇਹ ਲੋਕਾਂ ਨੂੰ ਦੱਸਣ 'ਚ ਸ਼ਰਮ ਫੀਲ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਮੈਂ ਤੁਹਾਡੇ ਮੂੰਹੋਂ ਇਸ ਗੱਲ ਦਾ ਜ਼ਰੂਰ ਸੁਣਨਾ ਚਾਹੂੰਗਾ ਜੀ ਠੀਕ ਹੈ ਦਲਜੀਤ ਜੀ ਤੁਸੀਂ ਬੜਾ ਹੀ ਇੰਪੋਰਟੈਂਟ ਸਵਾਲ ਕੀਤਾ ਹੈ ਔਰ ਆਪਾਂ ਦੇਖੋ ਇਸ ਤਰ੍ਹਾਂ ਹੈ ਕਿ ਬਹੁਤ ਕੁਛ ਸੁਣਦੇ ਹਾਂ ਆਪਾਂ ਨੁਕਸਾਨ ਦੇ ਬਾਰੇ ਵੀ ਸੁਣਦੇ ਹਾਂ ਫਾਇਦਿਆਂ ਬਾਰੇ ਵੀ ਸੁਣਦੇ ਹਾਂ ਪਰ ਅਸੀਂ ਸੈਂਸੀਟਾਈਜ਼ ਨਹੀਂ ਹੁੰਦੇ ਉਸ ਚੀਜ਼ ਨੂੰ ਜਾਗਰੂਕ ਨਹੀਂ ਹੁੰਦੇ ਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਅਗਰ ਮੈਨੂੰ ਕੁਛ ਹੋ ਗਿਆ ਹੈ ਤੇ ਮੈਨੂੰ ਇਮੀਡੀਏਟਲੀ ਆਪਣੇ ਆਲੇ ਦੁਆਲੇ ਦੱਸਣਾ ਚਾਹੀਦਾ ਉਹਦਾ ਪੂਰਾ ਪ੍ਰਚਾਰ ਕਰਨਾ ਚਾਹੀਦਾ ਔਰ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਜਿਵੇਂ ਹੁਣ ਮੈਂ ਇੱਥੇ ਸ਼ੇਅਰ ਕੀਤਾ ਹੈ ਤੇ ਸੁਣ ਕੇ ਆਈ ਐਮ ਸ਼ੋਰ ਕਿ ਜਿਹੜੇ ਵੀਰਾਂ ਨੇ ਇਹ ਚੀਜ਼ ਸੁਣ ਲਈ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਹੋਏਗਾ ਕਿ ਕਿੰਨੀ ਕੁ ਤਕਲੀਫ ਹੁੰਦੀ ਹੈ ਸਰੀਰ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਦੇ ਵਿੱਚੋਂ ਦੀ ਸਰੀਰ ਲੰਘਦਾ ਹੈ ਔਰ ਕਰੋਨਾ ਦਾ ਜਿਸ ਤਰ੍ਹਾਂ ਮੇਰੀ ਸਟੇਜ ਮੈਂ ਪਹੁੰਚ ਗਿਆ ਸੀ ਇਹਦੇ ਚੋਂ ਵਾਪਸ ਆਉਣਾ ਇੱਕ ਕਰਾਮਾਤ ਹੀ ਆ ਗੁਰੂ ਦੀ ਪਰਮਾਤਮਾ ਦੀ
जी नहीं तो ये मतलब जिहड़ा है ना ये मौका नहीं मिलता। इस करके सानू साडा अपना बुनियादी फर्ज बन जाता है कि वी शुड डिस्कलोज टू आवर फर्स्ट ऑफ ऑल इन द हाउस एंड दैन टू वेयर एवर वी गो वी शुड स्टॉप एंड टेल दैम दैट आई एम सफरिंग फ्रॉम दिस आई हैव बीन एक्सपोज भाई मेरे को परा रहे हो और आप भी कोशिश करो कि अपने आप को पूर्ण रूप दे विच चेक करो। हुण वेखो ना साडे सामने आ सारियां चीजां कि असी इहदी जिहड़ी सीगी पीक देखी एक्सपोनेंशियल पीक देखी जिहदे विच टॉप ते गया फिर क्वारंटाइन होया सारियां देशां ने कीता क्वारंटाइन दे नाल आपां नूं ते कनेडा दे विच याद भी आ कि अपनी कर्व फ्लैट हो गई सी अपने डेली केसेस मेरे ख्याल 140-145 रह गए सन बिल्कुल ओंटारियो दे है ना ते असी उहदे तों फिर 6000 वल नूं तुर पए आ जिवें अज संघा साहब ने दस्सिया है ते इको जिहड़ा ग्राफ भी तुसीं शुरू दे विच लाया सीगा स्क्रीन दे उत्ते जी तो इहदा मतलब भी की आ वेखो ना सोचण वाली गल आ आम सधारण बंदे नूं इह समझ आउंदी आ भई जिस दिन दे बिजनेस कुछ एक्सटेंट तक खोले गए प्रिकॉशन लेंद्यां लेंद्यां भी साडे जिहड़े केस वध रहे ने इहदा मतलब वेयर लाइज दी कल्परेट कल्परेट लाइज इन दी मीटिंग ईच अदर इन स्पाइट ऑफ दी प्रिकॉशन तो क्यों क्यों नहीं असीं ऐसा करदे भी जिहड़े बंदियां दा बजुर्गां दा घरों जाण तों बिना सर सकदा है। इह ते सब तो बेस्ट समा मिलिया मैं बहुत सारे गुरमुखां दे नाल गल कीती आ ते उहनां नूं पुछिया भी किवें हाल चाल आ कहिंदे जी हुण असीं कहांगे भी चढ़दी कला है। मैं क्या अच्छा चढ़दी कला किवें एक्सप्लेन करो कहिंदे जी चढ़दी कला इस करके आ हुण नौकरी तो रिटायर होए आ ते काम काज कोई करन दी लोड़ नहीं ते हुण बेस्ट टाइम सानू मिलिया है परमात्मा दे नाल जुड़न दा अपने आप नाल जुड़न दा परिवार दे नाल जुड़न दा ते इन्ने आनंद च आ एक दा रिकॉर्ड है जी वह मार्च का बाहर ही नहीं गया वे बजुर्ग जी ते मैं क्या तुसीं एक्सरसाइज किवें करदे जो कहिंदे भी एक्सरसाइज रिकमेंड बाइक करे रख्या है ट्रेडमिल रखी है थले बेसमेंट दे विच सारा जुगाड़ बनाया है सो वह काम चल रहा है ते बाकी है कि बाकी का जिहड़ा हैगा है गुरबाणी विचार दे नाल जुड़दे हाँ अपने आप नाल जुड़दे हाँ सिमरन करदे हाँ ते शरीर का एडा आनंद बनिया है जी दांती कोई नहीं तो इस तरह की अप्रोच जिन्ना चिर असीं नहीं बनाउंदे असीं इस कर्व नूं जिहड़ा कि हुण साडा एक्सपोनेंशियल ग्रोथ दे विच जा रहा है वध रहा है पीक वल नूं जा रहा है दुबारा सो कॉल्ड सैकेंड पीक जी असीं इहनूं तां ही तोड़ सकांगे जे असीं इह सारे प्रिकॉशनस लवांगे अपनी मूवमेंट रिस्ट्रिक्ट करांगे अपना आ जिहड़ियां लंबियां लाइनां ने स्वीट शॉप्स दे उत्ते उहनां तों उहनां नूं अवॉइड करांगे अपने घर दे विच ही जो कुछ असीं बना सकदे हां रॉ मटीरियल तों और बड़ी सोहणी मेरे ख्याल तुसीं जां दलजीत जी ने गल कीती सी ना उह जिहड़े कॉलर सन इक हां जी उस वीर ने कहा कि मोस्ट ऑफ दी ऑर्डरस आई प्लेस ऑनलाइन सानू मतलब जिहड़ा ना कोई मिनिमम जिहड़ा हैगा एक्सपोजर नौजवान जाके लै आउंदा है असीं उह वी अवॉइड करदे हां। आई थिंक दैट इज़ द बेस्ट अप्रोच अगर सानू घरे समान ऑनलाइन पहुंच रहा है असीं दालां खा सकते हैं जरूर असीं सब्जी खानी है प्रोटीन बथेरे ने दालां दे विच भी बिल्कुल डॉक्टर साहब जिहड़ी मैंडेटरी ग्रोसरी आ उह जिहड़ी देखो कोई एमरजेंसी मिल के आ जां इह चीज़ां तुसीं हफ्ते दे विच इक वारी मैं तां कोशिश करदा हुंदा कि सदा ही जदों दा इक वारी जिहड़ी उह जाण दी भी एक वारी जिहड़ा वो स्टॉक आ हफ्ते का लिया जाए तो जो मिनीमम जिहड़ा एक्सपोजर आनू मिले और चांसिस तुसीं घर दे विच मिनीमाइज़ जिहड़े आ वह कर सको यही चीज़ मेरा ख्याल मैं ऑफिस सिर्फ मेरा ख्याल 6 महीनों दे विच जे फैबररी मार्च तो गल करिए हुण तक मेरा ख्याल मैं 3 या 4 वारी ऑफिस गया जाण दी लोड़ नहीं पैंदी अजकल सारा कम जिहड़ा ऑनलाइन ईवन मजोरिटी ऑफ जिहड़े इस वेले जॉब्स ईवन दलजीत नाल ही गल चलती सी ये भी जिहड़े कम करदे आ सारे ऑनलाइन कम चलदे आ सारे सारी लाइफ जिहड़ी आ ऑनलाइन चल रही है। एक कॉलर ने हैलो हाँ जी तुहाडा स्वागत है जी हैलो हाँ जी तुहाडा स्वागत है जी हाँ जी तुहाडा स्वागत है जी हैलो हैलो हाँ जी हाँ जी हाँ जी डॉक्टर साहब अच्छा तुहाडा हाँ जी हाँ जी अच्छा हाँ जी कट हाँ जी हाँ जी हाँ जी हाँ जी तो बिल्कुल जी डेफिनेटली डॉक्टर साहब बहुत ज़्यादा जरूरी है कि जिहड़ियां तुसीं प्रिकॉशनस की गल करते हैं डॉक्टर साहब थोड़ा जिहा उत्थे दा भी तुसीं हॉस्पिटल दे विच रहे तुहाडे आले दुआले तुसीं उस वार्ड दे विच कोविड दे विच रहे राइट बहुत इंपॉर्टेंट है जी हाँ जी हाँ जी डेफिनेटली कैरी ऑन हाँ जी मैं
ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਉੱਥੇ ਇਸ ਤਰ੍ਹਾਂ ਹੋਇਆ ਜੀ ਹਾਂਜੀ ਕਿ ਮੈਂ ਕੋਵਿਡ ਵਾਰਡ ਸੀ ਇੱਥੇ ਵਿਲੀ ਮੌਸਟਰ ਹਸਪੀਟਲ ਦੇ ਵਿੱਚ ਜੀ ਤੇ ਆਲੇ ਦੁਆਲੇ ਜਿਸ ਵੇਲੇ ਫਿਰ ਮੈਂ ਥੋੜਾ ਜਿਹਾ ਸੋਝੀ ਆਈ ਤੇ ਮੈਂ ਆਲੇ ਦੁਆਲੇ ਨੂੰ ਪਤਾ ਕਰਨਾ ਸ਼ੁਰੂ ਕੀਤਾ ਜੀ ਤੇ ਮੈਨੂੰ ਦੱਸਿਆ ਗਿਆ ਕਿ ਤੁਹਾਡੇ ਇਮੀਡੀਏਟਲੀ ਨਾਲ ਦੇ ਕਮਰੇ ਦੇ ਵਿੱਚ ਕੋਈ 45 ਸਾਲ ਦੇ ਨੌਜਵਾਨ ਨੇ ਠੀਕ ਹੈ ਜੀ ਉਸ ਤੋਂ ਅਗਲੇ ਕਮਰੇ 'ਚ ਉਹਦੀ ਵਾਈਫ ਆ ਠੀਕ ਹੈ ਜੀ ਉਸ ਤੋਂ ਅਗਲੇ ਕਮਰੇ 'ਚ ਬੇਟੀ ਆ ਤੇ ਫਿਰ ਬੇਟਾ ਹੈ ਚਾਰ ਹੀ ਮੈਂਬਰ ਨੇ ਫੈਮਿਲੀ ਦੇ ਤੇ ਚਾਰ ਹੀ ਕੋਵਿਡ ਪੋਜ਼ਿਟਿਵ ਨੇ ਔਰ ਉਹਨਾਂ ਨੂੰ ਬੜਾ ਸੀਰੀਅਸ ਕਿਸਮ ਦਾ ਮਤਲਬ ਹੋਇਆ ਵਾ ਉਹਦਾ ਕਾਰਨ ਆ ਕਿ ਇਨੀਸ਼ੀਅਲ ਡੋਜ਼ ਤੁਹਾਨੂੰ ਕਿੰਨੀ ਕੁ ਮਿਲੀ ਆ ਕੋਵਿਡ ਦੀ ਤੁਹਾਡੀ ਬਿਮਾਰੀ ਉਹਦੇ ਹਿਸਾਬ ਨਾਲ ਫਿਰ ਅੱਗੇ ਚੱਲਦੀ ਹੈ ਜਿੰਨਾ ਐਂਟੀਜਨ ਦਾ ਲੋਡ ਪੈਂਦਾ ਬਾਡੀ ਤੇ ਓਨੀ ਸਵੀਰਿਟੀ ਆਫ ਦੀ ਡਿਜ਼ੀਜ਼ ਜਿਹੜੀ ਆ ਹੁਣ ਹੋ ਜਾਂਦੀ ਆ ਜੀ ਇਹਨੂੰ ਅਸੀਂ ਐਂਟੀਜਨ ਲੋਡ ਕਹਿੰਦੇ ਹਾਂ ਮੈਡੀਕਲ ਟਰਮਸ ਦੇ ਵਿੱਚ ਤੇ ਉਹਦੀ ਨੌਜਵਾਨ ਦੀ ਹਾਲਤ ਬੜੀ ਪਤਲੀ ਸੀ ਬੇਟਾ ਤੇ ਬੇਟੀ ਤੇ ਉਹਨਾਂ ਦੇ ਕੋਈ ਤਕਰੀਬਨ ਹਫ਼ਤੇ ਠੀਕ ਹੋ ਕੇ ਤੇ ਘਰ ਚਲੇ ਗਏ ਤੇ ਵਾਈਫ ਤੇ ਹਸਬੈਂਡ ਰਹਿ ਗਏ ਤੇ ਵਾਈਫ ਚਲੇ ਗਈ ਕੋਈ ਤਿੰਨ ਕੁ ਹਫ਼ਤੇ ਬਾਅਦ ਜੀ ਘਰ ਚਲੇ ਗਏ ਠੀਕ ਹੋ ਕੇ ਜਿਵੇਂ ਅੱਗੇ ਵੀ ਮੈਂ ਦੱਸ ਚੁੱਕਾ ਹੈ ਕਿ ਲੇਡੀਜ਼ ਦਾ ਕਿਸੇ ਹੱਦ ਤੱਕ ਕੋਈ ਜੈਨੇਟਿਕਲੀ ਇਸ ਤਰ੍ਹਾਂ ਦਾ ਅੰਦਰ ਹੈ ਜਿਹੜਾ ਅਜੇ ਸਟੈਬਲਿਸ਼ ਨਹੀਂ ਹੋਇਆ ਦੇ ਆਰ ਰੈਜ਼ਿਸਟੈਂਟ ਟੂ ਸੋ ਮੈਨੀ ਡਿਸਆਰਡਰਸ ਐਂਡ ਈਵਨ ਕਰੋਨਾ ਨੂੰ ਵੀ ਕਾਫ਼ੀ ਹੱਦ ਤੱਕ ਉਹਨਾਂ ਨੂੰ ਮਾਈਲਡ ਜਿਹਾ ਹੋ ਕੇ ਠੀਕ ਹੋ ਜਾਂਦਾ ਹੈ ਜੀ ਕੁਛ ਇੱਕ ਨੇ ਜਿਹੜੀਆਂ ਕੋਈ ਮੈਡੀਕਲ ਕੰਡੀਸ਼ਨਸ ਕਰਕੇ ਸਫ਼ਰ ਕਰਦੀਆਂ ਜੀ ਜਿਵੇਂ ਵਾਈਫ ਦੀ ਵੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੈ ਕਿ ਇਹ ਵਿਚਾਰੇ ਉਸੇ ਹਾਲਾਤ ਵਿੱਚ ਹੀ ਘਰ ਦੇ ਵਿੱਚ ਮਤਲਬ ਜਿਹੜਾ ਸੀ ਨਾ ਭੋਜਨ ਪਾਣੀ ਆਪਣਾ ਪਕਾ ਕੇ ਛੱਕਦੇ ਰਹੇ ਔਰ ਸਿਮਰਨ ਆਪਣਾ ਜਾਰੀ ਰੱਖਿਆ ਹਾਂਜੀ ਤੇ ਜਿਹੜਾ ਸੀ ਟੈਂਪਰੇਚਰ ਵੀ ਰਿਹਾ ਖਾਂਸੀ ਇਹਨਾਂ ਨੂੰ ਵੀ ਮੇਰੇ ਵਾਂਗੂ ਲੰਬਾ ਸਮਾਂ ਚੱਲੀ ਪਰ ਡਿਟੀਰੀਓਰੇਸ਼ਨ ਓਨੀ ਨਹੀਂ ਹੋਈ ਇਹਨਾਂ ਦੀ ਬੋਡੀ 'ਚ ਹੁਣ ਇਹਨਾਂ ਨੂੰ ਨਾਲ ਹੀ ਮਤਲਬ ਜਿਹੜੇ ਲੰਗਸ ਵਗੈਰਾ ਵੀ ਇਹਨਾਂ ਦੇ ਜਿਹੜੇ ਟੈਸਟ ਕੀਤੇ ਆ ਤੇ ਇਹਨਾਂ ਦਾ ਬਿਲਕੁਲ ਨੋਰਮਲ ਆ ਤੇ ਮੇਰੇ ਮੁਸ਼ਕਿਲ ਆ ਸੋ ਉਹ ਤਿੰਨਾਂ ਹਫ਼ਤਿਆਂ ਬਾਅਦ ਵਾਈਫ ਗਈ ਜੀ ਔਰ ਮੈਂ ਇਨ ਟੱਚ ਰਿਹਾ ਜੀ ਉਹ ਜਿਹੜਾ ਮੇਲ ਮੈਂਬਰ ਸੀ ਫੈਮਿਲੀ ਦਾ ਹਸਬੈਂਡ ਹਾਂਜੀ ਉਹ ਤਕਰੀਬਨ 3 ਮਹੀਨੇ ਉੱਥੇ ਸਫ਼ਰ ਕਰਦਾ ਰਿਹਾ ਹਸਪੀਟਲ ਦੇ ਵਿੱਚ ਹਾਂ ਹੀ ਵਾਸ ਯੈਸ ਹਾਂਜੀ ਐਂਡ ਹੀ ਹੈਡ ਟੂ ਬੀ ਪੁੱਟ ਔਨ ਦੀ ਵੈਂਟੀਲੇਟਰ ਅੱਛਾ ਜੀ ਉਹ ਬੜਾ ਪੇਨਫੁਲ ਹੈ ਐਕਸਪੀਰੀਅੰਸ ਵੈਂਟੀਲੇਟਰ ਦਾ ਕਿਉਂਕਿ ਤੁਹਾਡੇ ਗਲੇ ਦੇ ਵਿੱਚ ਸ਼ੇਕ ਕਰਕੇ ਤੇ ਜਿਹੜੀ ਆਕਸੀਜਨ ਦੀ ਟਿਊਬ ਹੈ ਉਹ ਪਾਉਂਦੇ ਆ ਤੇ ਪਿੱਛੇ ਮਸ਼ੀਨ ਦੇ ਨਾਲ ਕਨੈਕਟਡ ਹੁੰਦੀ ਹੈ ਤੇ ਲੰਗਸ ਦੇ ਵਿੱਚ ਸਿੱਧੀ ਟ੍ਰੇਕੀਆ ਦੇ ਵਿੱਚ ਉਹ ਪਾਉਂਦੇ ਟਿਊਬ ਹਾਂਜੀ ਹਾਂਜੀ ਔਰ ਫੀਡ ਕਰਨ ਲਈ ਤੁਹਾਨੂੰ ਨੱਕ ਦੇ ਰਾਹੀਂ ਪਾਉਂਦੇ ਆ ਆਪਣਾ ਜਿਹੜਾ ਹੈਗਾ ਸਟਮਕ ਤੱਕ ਉਹ ਵੀ ਤੁਹਾਨੂੰ ਤੰਗ ਕਰਦੀ ਆ ਔਰ ਉੱਪਰੋਂ ਫਨਲ ਦੇ ਵਿੱਚ ਤੁਹਾਡਾ ਫੂਡ ਜਿਹੜਾ ਰੈਡੀਮੇਡ ਲਿਕੁਇਡ ਫੂਡ ਜਿਹੜਾ ਨਾ ਮੈਡੀਕਲੀ ਜੋ ਰਿਕਮੈਂਡਡ ਹੈ ਉਹ ਪਾਈ ਚੱਲਦੇ ਹਾਂਜੀ ਪਰ ਥੈਂਕ ਗੋਡ ਕਿ 3-3.5 ਮਹੀਨੇ ਬਾਅਦ 4 ਮਹੀਨੇ ਬਾਅਦ ਉਹ ਘਰ ਚਲੇ ਗਿਆ ਪਰ ਘਰ ਜਾਣ ਤੋਂ ਬਾਅਦ ਹੁਣ ਮੈਂ ਉਸ ਫੈਮਿਲੀ ਨਾਲ ਇਨ ਟੱਚ ਆ ਚਲੋ ਆਪਾਂ ਨਾਂ ਨਹੀਂ ਇੱਥੇ ਡਿਸਕਲੋਜ਼ ਕਰਨਾ ਚਾਹੀਦਾ ਬਟ ਦਿਸ ਇਜ਼ ਜਿਹਨੂੰ ਕਹਿੰਦੇ ਨਾ ਮੇਰਾ ਮਤਲਬ ਅੱਖੋਂ ਦੇਖਾ ਹਾਲ ਹਾਂਜੀ ਅੱਖੀ ਡੱਠਾ ਹਾਲ ਬਿਲਕੁਲ ਜੀ ਅੱਖਾਂ ਅੱਖੀ ਵੇਖਿਆ ਹਾਲ ਜਿਹੜਾ ਉਹਦੇ ਇਸ ਤਰ੍ਹਾਂ ਹੈ ਕਿ ਉਹਨਾਂ ਨੂੰ ਇੰਨੀਆਂ ਕੰਪਲੀਕੇਸ਼ਨਸ ਨੇ ਬਾਡੀ ਦੇ ਵਿੱਚ ਹੁਣ ਲੰਗਸ ਦੀਆਂ ਖਾਸ ਕਰਕੇ ਜੀ ਔਰ ਇੰਟਰਕੋਸਟਲ ਮਸਲਸ ਦੀਆਂ ਜਿਹੜੇ ਛਾਤੀ ਦੇ ਮਸਲਸ ਨੇ ਵੀ ਪੂਰੀ ਛਾਤੀ ਖੁੱਲਦੀ ਨਹੀਂ ਔਰ ਉਹਨਾਂ ਨੂੰ ਮਤਲਬ ਸਵਾਸ ਪੂਰੀ ਤਰ੍ਹਾਂ ਆ ਨਹੀਂ ਰਿਹਾ ਔਰ ਡਾਕਟਰਸ ਕਹਿੰਦੇ ਆ ਕਿ ਇਟ ਵਿਲ ਟੇਕ ਏ ਈਅਰ ਔਰ ਮੋਰ ਦੈਨ ਦੈਟ ਔਰ ਉਹ ਵੀ 100% ਰਿਕਵਰੀ ਨਹੀਂ ਹੋਏਗੀ 60-70% ਤੁਹਾਡੀ ਰਿਕਵਰੀ ਹੋਏਗੀ ਤੇ ਆ ਐਕਸਰਸਾਈਜ਼ ਤੁਸੀਂ ਕਰੋ ਔਰ ਕੰਮ ਉਹਨਾਂ ਦਾ ਬੰਦ ਆ ਸੋ ਜਿਹੜੇ ਵੀਰ ਕਹਿੰਦੇ ਆ ਨਾ ਵੀ ਚਿੰਤਾ ਨਾ ਕਰਿਆ ਕਰੋ ਤੁਸੀਂ ਇੰਨਾ ਨਾ ਘਬਰਾਇਆ ਕਰੋ ਉਹਨਾਂ ਵਾਸਤੇ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਬੰਦਾ ਕਾਬੂ ਆ ਜਾਂਦਾ ਹੈ ਉਹ ਆਉਂਦੇ ਨਾ ਜਿਸ ਤਰ੍ਹਾਂ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ ਜੀ ਪੀੜ ਪਰਾਈ ਇਸ ਕਰਕੇ ਇਹਦੇ ਤੋਂ ਪੂਰਾ ਸਤਰਕ ਰਹਿਣ ਦੀ ਲੋੜ ਆ ਔਰ ਇਸੇ ਤਰ੍ਹਾਂ ਹੀ ਸਾਨੂੰ ਸੈਂਸੀਟਾਈਜ਼ ਹੋਣ ਦੀ ਲੋੜ ਆ ਕਿ ਅਗਰ ਸਾਡਾ ਏਅਰ ਟਰੈਵਲ ਕਿਸੇ ਤਰੀਕੇ ਨਾਲ ਅਵਾਇਡ ਹੋ ਸਕਦਾ ਹੈ ਸਾਨੂੰ ਮਤਲਬ ਕੋਈ ਏਡੀ ਵੱਡੀ ਮਜਬੂਰੀ ਨਹੀਂ ਹੈ ਜੀ ਤੇ ਉਹ ਅਵਾਇਡ ਕਰਨਾ ਚਾਹੀਦਾ ਹੈ ਕਿਉਂਕਿ ਉੱਥੇ ਇੱਕ ਵੀ ਮੈਂਬਰ ਜੇਕਰ ਕੈਰੀਅਰ ਹੋਇਆ ਤੇ ਉਹ ਸਾਰੇ ਕੈਬਨ ਦੇ ਵਿੱਚ ਸਰਕੂਲੇਟ ਹੋਣੀ ਆ ਉਹਦੀ ਜਿਹੜੀ ਹੈਗੀ ਆ ਕਫਿੰਗ ਜਾਂ ਜੋ ਵੀ ਉਹ ਕਰੇਗਾ ਸਾਫ਼ ਸਵਾਸ ਜਿਹੜਾ ਉਹਦਾ ਔਰ ਦੂਸਰਾ ਤੁਸੀਂ ਦੇਖੋ ਕਿ ਮੈਨੂੰ ਪਤਾ ਲੱਗਾ ਹੈ ਕਿ ਜਿਹੜਾ ਸ਼ੁਰੂ 'ਚ ਆਈ ਸੀ ਨਿਊਜ਼ ਕਿ ਅੱਧੀ ਕਪੈਸਿਟੀ ਨਾਲ ਜਹਾਜ਼ ਚੱਲਦੇ ਆ ਉਹ ਨਹੀਂ ਹੈ ਪੀਪਲ ਸਿਟ ਔਨ ਆਲ ਦੀ ਸੀਟ ਕਿਉਂਕਿ ਉੱਥੇ ਇਕੋਨਮੀ ਹੈਗੀ ਆ ਤੇ ਜਿਹੜੀ ਆ ਫਾਈਨੈਂਸ਼ੀਅਲ ਲੋਸ ਨਹੀਂ ਏਅਰਲਾਈਨ ਸਫ਼ਰ ਕਰਨਾ ਚਾਹੀਦਾ ਸੋ ਸਾਨੂੰ ਹੀ ਅਕਲ ਕਰਨੀ ਚਾਹੀਦੀ ਆ
कि असीं अवॉइड करिए अपना ट्रैवल करना, कोई नहीं एक साल नहीं करांगे जिवें तुसीं कहिंदे सी दिवाली अगली हफ्ते मनाउणी है ना। डेफिनेटली पहला आपां उहदे लई जिंदे भी रहना है ना, उहदे लई आपां तैयार भी होना। डॉक्टर साहब दो कॉलां ले लईए। हां जी डेफिनेटली नाल जी। हां जी तुहाडा स्वागत है जी। काफी कुछ करना चाहिए मेनू। मैं लेनी है पंप भी लेंदी हां सवेर नूं भी तकान भी आप होया जी। हां जी बिलकुल जी। तुसी इन्हां नूं डॉक्टर साहब उन्हां नूं अगे भी आंटी क्योंकि तुसी साडे रेगुलर दर्शक आ इन्ने चिरां तों साडी सांझ है आपस विच ही। तुसी इन्हां नूं इत्थे स्टूडियो दे विच भी देखिया तां ही इह अज असीं इन्हां नूं फोन दे उत्ते लिया होया। तकरीबन कोविड दे दौरान इह सदा ही फोन ते रहे आ। ਇਹਨਾਂ ਨੂੰ ਆਪ ਇਹ ਆਪਣਾ ਹਾਲ ਦੱਸਦੇ ਆ ਜੀ ਜੋ ਕੁਛ ਇਹਨਾਂ ਨੇ ਆਪ ਹੰਡਾਇਆ ਹੈਗਾ ਜੀ ਇਹਦੇ ਦੌਰਾਨ। ਹਾਂਜੀ ਅੱਛਾ ਹਾਂਜੀ ਹਾਂਜੀ। ਮੇਰਾ ਮਤਲਬ ਇਹ ਆ ਵੀ ਇਹ ਤਾਂ ਕੋਈ ਬਹੁਤ ਸੀਰੀਅਸ ਗੱਲ ਹੈਗੀ ਵੀ ਇਹਨਾਂ ਧਿਆਨ ਰੱਖਣਾ ਚਾਹੀਦਾ ਬਹੁਤ ਜ਼ਿਆਦਾ ਜੀ। ਹਾਂਜੀ ਹਾਂਜੀ ਹੈ ਮੈਨੂੰ ਸੰਦੇਹ ਤੇ ਆਪਣਾ ਨੰਬਰ ਦੇ ਜਿਹੜੇ ਵੀ ਕਦੇ ਵਿਕਣਾ 19 ਡੈਥ ਜਿਹੜੀਆਂ ਇੱਕ ਦਿਨ ਦੇ ਵਿੱਚ ਹੋ ਜਾਣੀਆਂ ਇਹਦਾ ਉਸ ਸੀਰੀਅਸ ਤੇ ਹੈ ਹੀ ਇਹ ਕੰਮ 19 ਡੈਥ। ਮੈਂ ਤਾਂ ਹੁਣ ਅੱਜ ਬਹੁਤ ਡਰੀ ਹੈਗੀ ਕਿ ਜਿੱਦਾਂ ਇਹਨੇ ਦੱਸਿਆ ਡਾਕਟਰ ਸਾਹਿਬ ਨੇ। थैंक यू जी। थैंक यू। डरना बैटर है जी। डर ऑलवेज जेडी प्रिकॉशन इज मच बेटर देन क्योर। हां जी राइट। संदीप मगर मैं अपना नंबर दे। मेरा नंबर है 9056088577। मेरे को किधर का नंबर सी मेरा टेलीफोन खराब हो गया हूं। 9056088577। ठीक है कोई नहीं आंटी मैं तुहानू जरूर कॉल करूंगा। ठीक है जी। ओके बहुत शुक्रिया तुहाडी बहुत चंगी। मैं अज मैं पूरा पता लगे पे ਇਹ ਜਿਹੜੇ ਆਫਟਰ ਬਿਮਾਰੀ ਤੋਂ ਬਾਅਦ ਵੀ ਇਫੈਕਟ ਕਿੰਨੇ ਹੁੰਦੇ ਆ। ਬਿਲਕੁਲ ਜੀ। ਹਜੇ ਡਾਕਟਰ ਸਾਹਿਬ ਉਹਨੇ ਹੋਰ ਸਟੋਰੀਆਂ ਦੱਸਣੀਆਂ ਜੀ ਸਾਨੂੰ ਆਫ ਦੀ ਏਅਰ ਦੱਸ ਰਹੇ ਸੀ ਉਹ ਸਾਰੀਆਂ ਸ਼ੇਅਰ ਕਰਨਗੇ ਜਿਹੜੀਆਂ ਇਹਨਾਂ ਕੋਲ ਫਸਟ ਹੈਂਡ ਜਿਹੜੀਆਂ ਇਨਫੋਰਮੇਸ਼ਨ ਹੈਗੀਆਂ ਜੀ। ਥੈਂਕ ਯੂ ਜੀ। ਥੈਂਕ ਯੂ ਆਂਟੀ। ਥੈਂਕ ਯੂ ਜੀ। ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ। ਹੈਲੋ ਹੈਲੋ ਦਲਜੀਤ ਮੈਂ ਕਹਿੰਦਾ ਸਾਡੇ ਪ੍ਰੋਗਰਾਮ ਦਾ ਸਫਲਤਾ ਆਹੀ ਹੋ ਗਿਆ ਜਿਵੇਂ ਆਂਟੀ ਹੋਣੀ ਕਹਿ ਲਿਆ ਵੀ ਹੁਣ ਅੱਜ ਦੇਖੋ ਠੀਕ ਹੈ ਵੀ ਮੈਂ ਦੇਖ ਲਓ ਵੀ ਮੈਨੂੰ ਪਤਾ ਨਹੀਂ ਸੀ ਇਹਨਾਂ ਬਾਰੇ ਜੀ। ਹਾਲਾਂਕਿ ਆਂਟੀ ਗੋਸਲ ਹੋਣੀ ਵੈਲ ਨੋਨ ਵੈਲ ਰਿਸਪੈਕਟਡ ਆਪਣੀ ਕਮਿਊਨਿਟੀ ਦੇ ਵਿੱਚ ਇਹ ਹਾਂਜੀ ਔਰ ਬਹੁਤ ਜ਼ਿਆਦਾ ਇਹਨਾਂ ਦੀ ਦੇਣ ਆ। ਇਹਨਾਂ ਦੇ ਬੇਟੇ ਸੈਟ ਗੋਸਲ ਹੋਣੀ ਇੱਥੇ ਪ੍ਰੋਮੀਨੈਂਟ ਲਾਇਰ ਨੇ ਔਰ ਬੜੀ ਕੰਟਰੀਬਿਊਸ਼ਨ ਇਹਨਾਂ ਦੇ ਹਸਬੈਂਡ ਦੀ ਸ਼ੁਰੂ ਤੋਂ ਔਰ ਗੋਸਲ ਫੈਮਿਲੀ ਦੀ ਰਹੀ ਆ। ਪਰ ਔਰ ਇਹ ਚੀਜ਼ ਦੇਖੋ ਫਿਰ ਵੀ ਉਹ ਅੱਜ ਐਕਸੈਪਟ ਕਰ ਗਏ ਵੀ ਹਾਂ ਵੀ ਮੈਂ ਇਸ ਲੈਵਲ ਤੱਕ ਅਵੇਅਰ ਨਹੀਂ ਸੀ ਜਿੰਨੀ ਅੱਜ ਡਾਕਟਰ ਸਾਹਿਬ ਹੋਣੀ ਜਾਂ ਤੁਸੀਂ ਬੈਠ ਕੇ ਇੱਥੇ ਕੀਤੀ ਆ। ਸੋ ਇਹੀ ਸਾਡਾ ਮੇਨ ਮਕਸਦ ਹੈ। ਇਹ ਮਕਸਦ ਜਿਹੜਾ ਇਹ ਸੀਗਾ ਕਿ ਅਵੇਅਰਨੈਸ ਜਿਹੜੀ ਹੁਣ ਮਾਤਾ ਜੀ ਹੋਣਾ ਨੂੰ ਪਤਾ ਲੱਗਿਆ ਹੋਊਗਾ ਮੈਨੂੰ ਇਹ ਜਿਸ ਤਰ੍ਹਾਂ ਨਾਲ ਇਹਨਾਂ ਤੁਸੀਂ ਵੀ ਦੱਸਿਆ ਕਿ ਵੈਲ ਰੈਪੂਟੇਡ ਫੈਮਿਲੀ ਤੋਂ ਹੈਗੇ ਨੇ ਕਿ ਅੱਗੇ ਵੀ 10 ਬੰਦਿਆਂ ਨੂੰ ਜ਼ਰੂਰ ਦੱਸਣਗੇ ਤੇ ਦੱਸਿਓ ਵੀ ਜ਼ਰੂਰ ਮਾਤਾ ਜੀ ਤੁਸੀਂ ਕਿਉਂਕਿ ਬਿਲਕੁਲ ਇਹ ਜਿਹੜੀ ਅਵੇਅਰਨੈਸ ਅੱਗੇ ਲੋਕਾਂ ਤੱਕ ਦੱਸੂਗੇ ਉਹ ਬਹੁਤ ਜ਼ਰੂਰੀ ਆ ਤਾਂ ਕਿ ਲੋਕ ਜਿੱਦਾਂ ਤੁਸੀਂ ਕਿਹਾ ਕਿ ਡਰ ਗਏ ਸੀ ਤੇ ਤੁਸੀਂ ਵੀ ਕਿਹਾ ਸੰਦੀਪ ਭਾਈ ਡਰਨਾ ਜ਼ਰੂਰੀ ਹੈ। ਡੈਫੀਨੇਟ ਡਰ ਜਿਹੜਾ ਹੈਗਾ ਇਸ ਚੀਜ਼ ਤੋਂ ਉਹ ਸਾਨੂੰ ਐਕਸੈਪਟ ਕਰਨਾ ਚਾਹੀਦਾ ਹੈ ਔਰ ਉਹਦੇ ਤੇ ਫੋਲੋ ਕਰਨਾ ਚਾਹੀਦਾ ਔਰ ਅੱਗੇ ਲੋਕਾਂ ਤੱਕ ਵੀ ਪਹੁੰਚਾਓ। ਜੀ ਜੀ। ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਸਾਹਿਬ ਬੋਲਦੇ ਜੀ? ਮੈਂ ਸੁਰਿੰਦਰ ਬੋਲਦਾ। ਹਾਂਜੀ ਸੁਰਿੰਦਰ ਜੀ। ਹਾਂਜੀ ਮੈਂ ਕਹਿਣਾ ਸੀਗਾ। ਹਾਂਜੀ ਮੈਂ ਕਹਿਣਾ ਸੀ ਭਾਈ ਸਾਹਿਬ ਤੁਸੀਂ ਡਾਕਟਰ ਸਾਹਿਬ ਨੂੰ ਤੇ ਦਲਜੀਤ ਹੋਰਾਂ ਨੂੰ ਕੰਟੀਨਿਊ ਰੱਖੋ। ਲੋਕਾਂ ਨੂੰ ਵਿੱਚ ਬਹੁਤਾ ਇੰਟਰਪ੍ਰੇਸ਼ਨ ਨਾ ਕਰੋ ਕਿਉਂਕਿ ਹੀ ਬਹੁਤ ਅੱਛੀ ਇਨਫੋਰਮੇਸ਼ਨ ਪਾਸ ਕਰ ਰਹੇ ਉਹ ਵਿੱਚ ਕੱਟ ਆਫ ਹੋ ਜਾਂਦਾ ਸਾਰਾ ਤਾਂ ਬਸ ਬੈਡ ਹੈਗਾ। ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹੁਣ ਅਸੀਂ ਪਾਸਟਨ ਦੀ ਮੈਸੇਜ। ਠੀਕ ਹੈ ਜੀ 10-15 ਮਿੰਟ ਲਈ ਕੋਈ ਕਾਲ ਨਹੀਂ ਲਵਾਂਗੇ ਜੀ। ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ। ਹਾਂ ਜੀ ਡਾਕਟਰ ਸਾਹਿਬ ਕਰੋ ਕੈਰੀ ਔਨ ਜੀ। ਡੈਫੀਨਟਲੀ ਦੇਖ ਲਓ ਜੀ ਉਹ ਕਹਿੰਦੇ ਜੀ ਵੀ ਡਾਕਟਰ ਸਾਹਿਬ ਉਹਨਾਂ ਦਾ ਜਿਹੜਾ ਲਾਈਨ ਆ ਤੁਸੀਂ ਹਾਂਜੀ ਡਿਸਕਨੈਕਟ ਕਰੋ ਜੀ। ਡਾਕਟਰ ਸਾਹਿਬ ਸਿੰਘ ਸਾਹਿਬ ਬਸ ਇਹਦੇ ਵਿੱਚ ਜਿਹੜੀ ਮੇਜਰ ਅੱਜ ਦੀ ਆਪਣਾ ਜਿਹੜਾ ਫੋਕਲ ਪੁਆਇੰਟ ਹੈ ਨਾ ਫੋਕਸ ਆ ਸਾਰੀ ਡਿਸਕਸ਼ਨ ਦਾ ਹਾਂਜੀ ਉਹ ਆ ਕਮਿਊਨਿਟੀ ਨੂੰ ਸੈਂਸੀਟਾਈਜ਼ ਕਰਨਾ ਜੀ ਉਹਨੂੰ ਜਾਗਰੂਕ ਕਰਨਾ ਕਿ ਭਾਈ ਆਹ ਕੁਛ ਵਾਪਰ ਰਿਹਾ ਤੁਹਾਡੇ ਆਲੇ ਦੁਆਲੇ ਜਿਵੇਂ ਦਲਜੀਤ ਜੀ ਨੇ ਸ਼ੁਰੂ 'ਚ ਗੱਲ ਕੀਤੀ ਸੀ ਵੀ ਇਹਨਾਂ ਨੇ ਕੁਛ ਇੱਕ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦੇ ਆ ਜਾ ਕੇ ਫੈਮਿਲੀਜ਼ ਦੇ ਵਿੱਚ ਗੱਲ ਕਰਦੇ ਆ ਵੀ ਅੱਜ ਦੇ ਕਿੰਨੇ ਕੇਸ ਆ ਜੀ ਤੇ ਉਹ ਕੋਈ ਇਹਨਾਂ ਨੂੰ ਮਤਲਬ ਜਿਹੜਾ ਤਸੱਲੀ ਬਖਸ਼ ਉੱਤਰ ਨਹੀਂ ਮਿਲਦਾ ਜੀ ਇਹਦਾ ਮਤਲਬ ਇਹ ਆ ਵੀ ਸਾਡੀ ਕਮਿਊਨਿਟੀ ਜਦੋਂ ਕੋਈ ਨਵੀਂ ਨਵੀਂ ਚੀਜ਼ ਹੁੰਦੀ ਉਦੋਂ ਉਹਨੂੰ ਸੁਣਦੀ ਆ ਤੇ ਜਿਸ ਵੇਲੇ ਜੇ ਉਹ ਆਪ ਠੀਕ ਠਾਕ ਨੇ ਤੇ ਉਹ ਸਮਝਦੇ ਵੀ ਸਭ ਕੁਝ ਠੀਕ ਠਾਕ ਆ ਜੀ ਤਾਂ ਇਹ ਗੱਲ ਐਸੀ ਨਹੀਂ ਹੈ ਕਿਉਂਕਿ ਜਿੰਨਾ ਚਿਰ ਅਸੀਂ ਸਾਰੇ ਜਣੇ ਪਾਰਟਿਸਪੇਟ ਨਹੀਂ ਕਰਾਂਗੇ
unless we get sensitized 100% community, ਉਹਨਾਂ ਚਿਰ ਸਾਨੂੰ ਮਤਲਬ ਜਿਹੜਾ ਨਾ ਇਸ ਚੀਜ਼ ਤੋਂ ਅਸੀਂ ਇਹਦੇ ਕਾਬੂ ਆਉਣਾ ਬੜਾ ਸੌਖਾ ਸਾਡੇ ਵਾਸਤੇ ਜੀ। ਅਸੀਂ ਇਹਦੇ ਵਿਕਟਿਮ ਬਣਾਂਗੇ, ਵਿਕਟਿਮ ਬਣਾਂਗੇ ਤੇ ਸਾਡੇ ਘਰ ਦੇ ਵਿੱਚ ਜਿਹੜੇ ਬਾਕੀ ਮੈਂਬਰਸ ਆ ਉਹਨਾਂ ਦੀ ਮੁਸ਼ਕਿਲ ਆਏਗੀ, ਉਸ ਤੋਂ ਗਾਂਹ ਸੁਸਾਇਟੀ 'ਚ ਵੀ ਸਪਰੈਡ ਕਰ ਸਕਦੀ ਆ ਜੀ। ਔਰ ਅਸੀਂ ਤਾਂ ਰਿਕੁਐਸਟ ਕਰਾਂਗੇ ਆਪਣਾ ਜਿਹੜਾ ਹੈਗਾ ਵੱਡੇ ਲੈਵਲ 'ਤੇ ਵੀ ਕਿ ਗੌਰਮੈਂਟ ਨੂੰ ਸਾਡੀ ਨੂੰ ਰੀਥਿੰਕ ਕਰਨਾ ਚਾਹੀਦਾ ਹੈ ਕਿ ਜਿਹੜੇ ਸਕੂਲ ਅਸੀਂ ਖੋਲ੍ਹੇ ਆ ਜੀ ਉਹਦੀ ਵੀ ਜ਼ਰੂਰ ਹਾਂਜੀ ਐਡਰੈਸ ਹਾਂਜੀ ਉਹਦੀ ਵੀ ਜ਼ਰੂਰ ਧਿਆਨ ਕਰਨਾ ਕਿਉਂਕਿ ਉਹ ਬੜਾ ਇੱਕ ਡੇਂਜਰਸ ਪੁਆਇੰਟ ਹੈ ਜਿੱਥੇ ਕਿ ਬੱਚੇ ਦੀ ਇਮਿਊਨਿਟੀ ਜਿਹੜੀ ਆ ਉਹ ਬੜੀ ਸਟਰੋਂਗ ਆ ਤੇ ਹੀ ਕੈਨ ਈਜ਼ਲੀ ਬੀ ਏ ਕੈਰੀਅਰ ਜੀ ਐਂਡ ਸਪਰੈਡਿੰਗ ਟੂ ਦੀ ਰੈਸਟ ਆਫ ਦੀ ਫੈਮਿਲੀ ਐਂਡ ਅਦਰ ਐਲਡਰਲੀ ਪੀਪਲ ਵੇਅਰ ਐਵਰ ਹੀ ਔਰ ਸ਼ੀ ਗੋਜ਼। ਔਰ ਹੁਣ ਤਾਂ ਬੱਚਿਆਂ ਦੇ ਵਿੱਚ ਵੀ ਕੁਛ ਇੱਕ ਕੇਸਿਸ ਰਿਪੋਰਟ ਹੋਏ ਨੇ ਬੜੇ ਸੀਰੀਅਸ ਕਿਸਮ ਦੇ। ਅੱਛਾ ਜੀ। ਮੈਨੂੰ ਇੰਡੀਆ ਤੋਂ ਖਬਰ ਮਿਲੀ ਆ ਔਰ ਅਡਲਟਸ ਦੇ ਵਿੱਚ ਵੀ ਜਿਹੜੀ ਹੈਗੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ ਕਿ ਆਪਣੇ ਰਿਸ਼ਤੇਦਾਰ ਹੀ ਨੇ ਅੱਛਾ ਜੀ ਉਹਨਾਂ ਨੂੰ ਮੈਂ ਬਹੁਤ ਜ਼ੋਰ ਲਾਇਆ ਦਿੱਲੀ ਰਹਿੰਦੇ ਨੇ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਨੇ ਬੇਸਿਕਲੀ ਬਟ ਹਿਸ ਬਿਜ਼ਨਸ ਇਜ਼ ਇਨ ਦਿੱਲੀ ਦਾ ਬਿਜ਼ਨਸ ਆ ਤੇ ਉਹ ਵੀ ਇਸ ਤਰ੍ਹਾਂ ਹੀ ਕਰਦੇ ਸੀਗੇ ਕਿ ਥੋੜਾ ਜਿਹਾ ਖਾਣ ਪੀਣ ਦਾ ਸ਼ੌਕ ਸੀ ਉਹਨਾਂ ਨੂੰ ਜੀ ਤੇ ਸ਼ਾਮ ਨੂੰ ਮਹਿਫਲ ਅਵਾਇਡ ਨਹੀਂ ਸੀ ਕਰਦੇ ਜਿਵੇਂ ਆਪਣੇ ਰਿਵਾਜ ਹੈ ਨਾ ਪੰਜਾਬੀਆਂ ਦੇ ਵਿੱਚ ਕਿ ਅੱਜ ਬਈ ਆ ਜਾਇਓ ਬਵਾਂਗੇ। ਹਾਂਜੀ 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 ਟਿਪੀਕਲ ਡਾਇਲੋਗ ਹੁੰਦਾ ਤੇ ਬਵਾਂਗੇ ਮੀਨਸ ਵੀ ਆਪਾਂ ਡਰਿੰਕ ਕਰਾਂਗੇ ਜੀ। ਅੱਛਾ ਜਦੋਂ ਤੁਸੀਂ ਹੁਣ ਚਾਰ ਸਰੀਰ ਬੈਠ ਗਏ ਸਾਰੀ ਦਿਹਾੜੀ ਤੁਸੀਂ ਕਿਤਿਓ ਨਾ ਕਿਤਿਓ ਵੱਖ ਵੱਖ ਬੰਦਿਆਂ ਨੂੰ ਮਿਲ ਕੇ ਆਏ ਜੇ ਜੀ ਤੇ ਸ਼ਾਮ ਨੂੰ ਆਣ ਕੇ ਬੈਠ ਕੇ ਤੁਸੀਂ ਡਰਿੰਕ ਲੈ ਰਹੇ ਜੇ ਜਿੰਨੇ ਮਰਜ਼ੀ ਦੂਰ ਬੈਠ ਜਾਓ ਜਦੋਂ ਤੁਸੀਂ ਡਰਿੰਕ ਪੋਰ ਕਰਨੀ ਆ ਜਾਂ ਤੁਹਾਨੂੰ ਥੋੜਾ ਜਿਹਾ ਡਰਿੰਕ ਦਾ ਅਸਰ ਹੋ ਜਾਣਾ ਫਿਰ ਤੁਸੀਂ ਆਪਸ ਵਿੱਚ ਜਫੀਆਂ ਵੀ ਪਾਉਣ ਲੱਗ ਪੈਂਦੇ। ਬਿਲਕੁਲ ਸਹੀ। ਹਾਂਜੀ ਹਾਂਜੀ ਯੂ ਗੈਟ ਕਲੋਜ਼ਰ ਟੂ ਈਚ ਅਦਰ। ਯੈਸ ਜੀ। ਔਰ ਆਈ ਐਮ ਸ਼ੋਰ ਕਿ ਇਹਨਾਂ ਨੂੰ ਮਤਲਬ ਇਹਨਾਂ ਦੇ ਦੋਸਤ ਨੂੰ ਮੇਰੇ ਨਾਲ ਮੈਂ ਸਾਰੀ ਗੱਲ ਕੀਤੀ ਉਹਨਾਂ ਦੀ ਫੈਮਿਲੀ ਨੇ ਜੀ ਉਹਨਾਂ ਦੇ ਇੱਕ ਦੋਸਤ ਨੂੰ ਬੁਖਾਰ ਤੇ ਖੰਘ 6-7 ਦਿਨ ਤੋਂ ਆ ਰਹੀ ਸੀ ਤੇ ਉਹਨੂੰ ਸਪੈਸ਼ਲ ਸੱਦ ਲਿਆ। ਅੱਛਾ ਜੀ। ਯਾਰ ਤੂੰ ਡਰਦਾ ਸਾਡੇ ਕੋਲੋਂ ਦੱਸੋ ਹੱਦ ਹੋ ਗਈ ਆ ਤੂੰ ਆ ਕੀੜੇ ਮਾਰੀਏ ਤੇਰੇ ਵੀ ਬਸ ਉਹੀ ਚੀਜ਼ ਜਿਹੜੇ ਸੈਣੀ ਸਾਹਿਬ ਕਹਿ ਕੇ ਗਏ। ਹਾਂਜੀ ਹਾਂ ਹਾਂ ਹਾਂਜੀ ਲਓ ਜੀ ਉਹਨੂੰ ਘਰ ਸੱਦ ਲਿਆ ਤੇ ਇੱਕ ਕਿਸਮ ਦਾ ਕਰੋਨਾ ਨੂੰ ਇਨਵੀਟੇਸ਼ਨ ਹੋ ਗਈ ਨਾ ਜੀ ਉਹਨੇ ਵੀ ਦੱਸਿਆ ਨਹੀਂ ਗਾ ਤੇ ਇਹਨਾਂ ਨੂੰ ਉਹ ਡੋਜ਼ ਜਿਹੜੀ ਸੀ ਮਿਲ ਗਈ। ਹੋ ਸਕਦਾ ਹੈ ਈਵਨ ਐਗ ਵਾਲੇ ਗਲਾਸ ਵੀ ਬਦਲ ਗਏ ਹੋਣ। ਓਕੇ ਹੋ ਸਕਦਾ ਚਲੋ ਹਾਂਜੀ ਨਾ ਵੀ ਬਦਲੇ ਹੋਣ ਉੱਥੇ ਇਨਹੇਲੇਸ਼ਨ ਜਿਹੜੀ ਬ੍ਰੀਥਿੰਗ ਹੈ ਇਨਹੇਲੇਸ਼ਨ ਹੀ ਬੜੀ ਹੈ ਗੋਲੀ ਨਾ ਪਿਆ। ਹਾਂਜੀ ਤੇ ਫਿਰ ਜੀ ਉਹ ਬਸ 2 ਦਿਨਾਂ ਦੇ ਵਿੱਚ ਜਿਹੜਾ ਸੀ ਨਾ ਮੁਸ਼ਕਲ ਆ ਗਈ ਜਿਸ ਤਰ੍ਹਾਂ ਮੇਰੀ ਸਿਚੁਏਸ਼ਨ ਆਲਮੋਸਟ ਉਸੇ ਤਰ੍ਹਾਂ ਹੀ। ਹਾਂਜੀ ਬੋਡੀ ਵੀਕ ਖਾਂਸੀ ਬੁਖਾਰ ਤੇ ਨਾਲ ਨੌਜ਼ੀਆ ਬੜਾ ਬੁਰੀ ਤਰ੍ਹਾਂ ਡਾਇਰੀਆ ਨੌਜ਼ੀਆ ਹਾਲਾਂਕਿ ਨੌਜ਼ੀਆ ਤੇ ਡਾਇਰੀਆ ਇੰਨਾ ਕਾਮਨ ਨਹੀਂ ਬਟ ਹੀ ਬਹੁਤਿਆਂ ਨੂੰ ਹੋ ਕਈਆਂ ਨੂੰ ਹੋ ਜਾਂਦਾ ਵਿੱਚ ਵਿੱਚ। ਠੀਕ ਹੈ ਜੀ ਤੇ ਹੀ ਵਾਜ਼ ਹੋਸਪਿਟਲਾਈਜ਼ਡ ਜੀ ਤੇ ਤੀਸਰੇ ਦਿਨ ਹੀ ਉਹਨਾਂ ਨੂੰ ਜਿਹੜਾ ਸੀਗਾ ਉਹਦੇ ਤੇ ਵੈਂਟੀਲੇਟਰ ਤੇ ਪਾਉਣਾ ਪਿਆ ਤੇ ਵੈਂਟੀਲੇਟਰ ਤੇ ਪਾਉਣ ਤੋਂ 3 ਦਿਨ ਬਾਅਦ ਉਹ ਕੋਮਾ ਚਲੇ ਗਿਆ ਔਰ ਮਤਲਬ ਜਿਹੜੀ ਉਹਨਾਂ ਦੇ ਬਚਣ ਦੀ ਆਸ 0% ਲੱਗ ਰਹੀ ਹੈ 1% ਵੀ ਚਾਂਸਿਸ ਨੇ ਜੋ ਹਾਲਾਤ ਨੇ ਇਸ ਵੇਲੇ ਕਿਉਂਕਿ ਬਾਡੀ ਈਵਨ ਵੈਂਟੀਲੇਟਰ ਤੋਂ ਜਿਹੜੀ ਆਕਸੀਜਨ ਹੈ ਨਾ ਜਸਟ 40% ਲੈ ਰਹੀ ਹੈ ਵਿਚ ਇਜ਼ ਡੇਂਜਰਸ ਕ੍ਰਿਟੀਕਲ ਸੋ ਇਸ ਕਰਕੇ ਸੈਂਸੀਟਾਈਜ਼ ਹੋਣਾ ਬਹੁਤ ਜ਼ਰੂਰੀ ਹੈ ਜੀ ਤਾਂ ਹੀ ਸਾਡਾ ਜਿਹੜੀ ਆ ਹੁਣ ਸੈਕਿੰਡ ਪੀਕ ਕੈਨੇਡਾ ਦੇ ਵਿੱਚ ਜਾਂ ਦੁਨੀਆਂ ਦੇ ਵੇਖੋ ਉਹਨਾਂ ਨੂੰ ਲੋਕਡਾਊਨ ਲਾਉਣਾ ਕਰਨਾ ਪਿਆ ਆਪਣਾ ਇੰਗਲੈਂਡ ਨੂੰ ਬਿਲਕੁਲ ਕਰਨਾ ਪਿਆ ਜੀ ਹਾਂਜੀ ਠੀਕ ਹੈ ਜੀ ਤੇ ਅਸੀਂ ਉੱਧਰ ਵੱਲ ਨੂੰ ਵੱਧ ਰਹੇ ਹਾਂ ਸੋ ਸਾਨੂੰ ਇਮੀਡੀਏਟਲੀ ਖਾਸ ਕਰਕੇ ਜਿਹੜੀ ਸਾਡੀ ਸਾਊਥ ਏਸ਼ੀਅਨ ਕਮਿਊਨਿਟੀਜ਼ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਜਿਹੜੀਆਂ ਗੈਦਰਿੰਗਸ ਆ ਭਾਵੇਂ ਉਹ ਧਰਮ ਸਥਾਨਾਂ ਤੇ ਆ ਭਾਵੇਂ ਉਹ ਘਰਾਂ ਦੇ ਵਿੱਚ ਆ ਇਹ ਸੋਚ ਕੇ ਕਿ ਕੋਈ ਗੱਲ ਨਹੀਂ ਅਸੀਂ ਮਤਲਬ ਜਿਹੜੇ ਆ ਆਪਸ ਵਿੱਚ ਹੀ ਮਾਸੀ ਚਾਚੀ ਤਾਈ ਤੇ ਇਕੱਠੇ ਹੋ ਰਹੇ ਹਾਂ ਉਹ ਗਲਤ ਗੱਲ ਆ ਜੀ ਜੀ ਉਹਦਾ ਰੀਜ਼ਨ ਆ ਕਿ ਹਰ ਇੱਕ ਫੈਮਿਲੀ ਦਾ ਮੇਲ ਬਾਹਰ ਜਾਂਦਾ ਸ਼ਾਮ ਨੂੰ ਘਰ 'ਚ ਆਉਂਦਾ ਬੱਚਾ ਪੜ੍ਹਨ ਜਾ ਰਿਹਾ ਉਹ ਘਰ ਆਉਂਦਾ ਯੂਨੀਵਰਸਿਟੀ ਜਾ ਰਿਹਾ ਉਹ ਘਰ ਆਉਂਦਾ ਉਹ ਪਤਾ ਨਹੀਂ ਕਦੋਂ ਕੈਰੀਅਰ ਬਣ ਜਾਵੇ ਤੇ ਉਹ ਸਾਰੀ ਸਿਚੁਏਸ਼ਨ ਜਿਹੜੀ ਆ ਨਾ ਉਹ ਖਰਾਬ ਹੋਣ ਦੇ ਚਾਂਸਿਸ ਹੈ ਇਸ ਕਰਕੇ ਸਾਨੂੰ ਇੱਕਦਮ ਇਹ ਜਿਹੜੀ ਚੀਜ਼ ਆ ਨੋਇੰਗ ਦੀ ਨੰਬਰ ਆਫ ਦੀ ਕੇਸਿਸ ਸਾਨੂੰ ਇਮੀਡੀਏਟਲੀ ਅਵਾਇਡ ਕਰਨਾ ਚਾਹੀਦਾ ਤੇ ਉਹ ਜਿਵੇਂ ਗੁਰਬਾਣੀ ਚ ਆਉਂਦਾ ਹੈ ਨਾ ਵੀ ਰੱਬ ਜਿਹੜਾ ਵਾ ਉਹ ਕੋਈ ਇਕੱਲਾ ਗੁਰਦੁਆਰੇ 'ਚ ਥੋੜਾ ਵੱਸਦਾ ਵਾ ਠੀਕ ਹੈ ਜੀ ਅਲੋ ਇੱਕ ਮਸੀਤ ਬਸ ਹੈ ਅਵਰ ਮੁਲਖ ਕਿਸਕੇਰਾ ਤੇ ਬਾਕੀ ਦਾ ਬਈ ਕੀਦਾ ਸਾਰਾ ਜਹਾਨ ਇਹ ਪਰਮਾਤਮਾ ਦੀ ਹਰ ਇੱਕ ਜਗ੍ਹਾ ਹੈ ਉਹਦੇ ਸਥਾਨ ਨੇ ਤੁਸੀਂ ਘਰ ਬਹਿ ਕੇ ਵਾਹਿਗੁਰੂ ਨੂੰ ਯਾਦ ਕਰੋ
ਤੇ ਕੋਈ ਗੱਲ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਿਆਲੂ ਨੇ, ਗੁਰੂ ਦਾ ਸ਼ਬਦ ਦਿਆਲੂ ਹੈ, ਜਿੱਥੇ ਵੀ ਬਹਿ ਕੇ ਯਾਦ ਕਰੋਗੇ ਤੁਹਾਡਾ ਭਲਾ ਹੋਏਗਾ। ਆਪਾਂ ਇਸ ਚੀਜ਼ ਨੂੰ ਅਵਾਇਡ ਕਰੀਏ। ਇਹ ਵੀ ਤੇ ਗੁਰਮਤ ਦਾ ਸਿਧਾਂਤ ਹੈ ਨਾ ਕਿ ਸਾਨੂੰ ਇਨਫੈਕਸ਼ਨ ਨਹੀਂ ਫੈਲਾਉਣੀ ਚਾਹੀਦੀ। ਸੁੱਚਮ ਕਿੰਨੀ ਵੇਖੋ ਸਾਡੇ ਧਰਮ ਚ, ਤੇ ਸੁੱਚਮ ਦੇ ਬਾਰੇ ਬੜਾ ਗੱਲ ਕੀਤੀ। ਬਿਲਕੁਲ ਸਹੀ, ਬਿਲਕੁਲ ਸਹੀ, ਹੈ ਨਾ। ਤੇ ਸੁੱਚਮ ਦਾ ਮਤਲਬ ਇਹ ਹੀ ਹੈ ਵੀ ਕਿਸੇ ਵੀ ਕਿਸਮ ਦੀ ਸਾਨੂੰ ਇਨਫੈਕਸ਼ਨ ਰੋਟੀ ਰਾਹੀਂ ਜਾਂ ਗੈਦਰਿੰਗ ਦੇ ਰਾਹੀਂ ਜਾਂ ਸੰਗਤ ਦੇ ਰਾਹੀਂ ਨਹੀਂ ਫੈਲਾਉਣੀ ਚਾਹੀਦੀ, ਤਾਂ ਕਿ ਸਾਰੀ ਕਮਿਊਨਿਟੀ ਦਾ ਜਿਹੜਾ ਹੈਗਾ ਉਹ ਭਲਾ ਹੋਵੇ। ਸੋ ਸੈਂਸੀਟਾਈਜੇਸ਼ਨ ਇਜ਼ ਮੋਸਟ ਇੰਪੋਰਟੈਂਟ। ਅੱਜ ਦਾ ਫੋਕਸ ਸਾਰਾ ਹੀ ਸਾਡਾ, ਅਸੀਂ ਰਿਕੁਐਸਟ ਕਰਾਂਗੇ ਸਾਰੇ ਜੋ ਵੀ ਵੀਰ ਸੁਣ ਰਹੇ ਨੇ ਵੀ ਇਹਨਾਂ ਗੱਲਾਂ ਨੂੰ ਸੀਰੀਅਸ ਲਈਏ। ਕਿੰਨੀ ਕਿੰਨੀ ਮੁਸ਼ਕਲ ਆਉਂਦੀ ਹੈ ਸਰੀਰ ਨੂੰ, ਔਰ ਬਹੁਤੇ ਤਾਂ ਮਤਲਬ ਜਿਹੜੇ ਆ ਉਹ ਚਾਲੀ ਵਾਸਤੇ ਆ। ਮੇਰੇ ਕੋਲ ਹੁਣ ਮੈਂ ਬਹੁਤਾ ਡਿਸਕਰਜ ਨਹੀਂ ਕਰਨਾ ਚਾਹੁੰਦਾ, ਬਹੁਤ ਸਾਰਾ ਡੇਟਾ ਆਪਣੇ ਕੋਲ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਉਹ ਰਹੇ ਨਹੀਂ, ਸਾਥੀ ਸਾਡੇ ਰਹੇ ਨਹੀਂ, ਦੇ ਵਸੇ ਨਹੀਂ। ਉਹਦੇ ਵਿੱਚ ਯੂਨੀਵਰਸਿਟੀ ਮੇਰੀ ਬੈਗ ਜਿੱਥੇ ਮੈਂ ਪੜ੍ਹਾਉਂਦਾ ਆਇਆ ਵਾਂ ਜੀ, ਉਹਦੇ ਵਿੱਚ ਚਾਰ ਕੇਸ ਹੋਏ ਆ ਔਰ ਚਾਰੇ ਯੰਗ ਪ੍ਰੋਫੈਸਰਾਂ ਦੇ ਹੋਏ ਆ। ਅੱਛਾ ਜੀ, ਸਾਥੋਂ ਕਿਤੇ ਛੋਟੇ ਸਨ, ਸਾਡੇ ਹੱਥਾਂ ਚ ਪਲੇ ਸਨ। ਅੱਛਾ ਜੀ, ਹਾਂਜੀ ਹਾਂਜੀ, ਮੈਂ ਮਤਲਬ ਚਲੋ ਆਪਾਂ ਔਨ ਏਅਰ ਨਾਂ ਨਹੀਂ ਲੈਣਾ, ਬਟ ਇਟ ਇਜ਼ ਇਫੈਕਟ। ਨਹੀਂ ਜੀ, ਬਿਲਕੁਲ ਜੀ, ਇੱਥੇ ਆਰਮ ਲੈਗ ਦੇ ਉੱਤੇ ਮੈਂ ਤਕਰੀਬਨ ਲਾ ਲਓ, ਸਾਡੇ ਕਿਹਨੂੰ ਨਹੀਂ ਪਤਾ, ਚਾਹੇ ਸਾਡੇ ਪੂਨੀਆ ਸਾਹਿਬ ਦੀ ਗੱਲ ਕਰੀਏ, ਕਮਿਊਨਿਟੀ ਐਕਟੀਵਿਸਟ ਸੀ ਇੱਥੇ ਸਾਡੇ ਬੱਚਾ ਗਰੇਵਾਲ, ਏਅਰਪੋਰਟ ਦੇ ਉੱਤੇ ਤਕਰੀਬਨ 10 ਤੋਂ ਪਲੱਸ ਟੋਟਲ ਜਿਹੜੇ ਸਾਡੇ ਲਿਮੋਜ਼ੀਨ ਵੀਰ ਆ, ਚਾਹੇ ਉਹਦੇ ਵਿੱਚ ਸਾਡੀ ਕਮਿਊਨਿਟੀ ਤੋਂ 6-7 ਕੇਸ ਹੈਗੇ ਆ ਔਰ ਬਾਕੀ ਕਮਿਊਨਿਟੀਜ਼ ਤੋਂ 4-5 ਕੇਸ ਹੈਗੇ ਆ। ਓਵਰ 10 ਸਾਡੀਆਂ ਕੈਜੂਅਲਟੀਜ਼ ਉੱਥੇ ਹੋ ਚੁੱਕੀਆਂ। ਇੱਥੇ ਤੁਹਾਨੂੰ ਪਤਾ ਬ੍ਰੈਂਪਟਨ ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ ਉਦੋਂ ਕਿੰਨੀ ਨਿਊਜ਼ ਫਲੈਸ਼ ਕੀਤੀ ਸੀ ਕਿ ਫੈਮਿਲੀ ਆਫ 5 ਦੇ ਆਲ ਗੋਟ ਇਨਫੈਕਟਡ, ਔਰ ਸਾਊਥ ਏਸ਼ੀਅਨ ਸਾਡੀ ਆਪਣੀ ਸ਼੍ਰੀਲੰਕਾ ਤੋਂ ਫੈਮਿਲੀ ਸੀ, ਐਂਡ ਬੋਥ ਮਦਰ ਐਂਡ ਫਾਦਰ ਲੈਫਟ ਦੇਅਰ 3 ਅੰਡਰ ਏਜ ਡਾਟਰਸ ਜੀ। ਸੋ ਉਹਨਾਂ ਫੈਮਿਲੀਆਂ ਨੂੰ ਪੁੱਛਿਆ ਜਾਣਗੇ, ਜਿਵੇਂ ਅੱਜ ਡਾਕਟਰ ਸਾਹਿਬ ਹੁਣੀ ਤੁਹਾਨੂੰ ਦੱਸ ਰਹੇ ਆ ਕਿ ਕਿੰਨੀ ਸਵੀਅਰਨੈਸ ਆ ਇਸ ਚੀਜ਼ ਦੀ, ਅਸੀਂ ਇਸ ਚੀਜ਼ ਨੂੰ ਕੈਜੂਅਲ ਨਾ ਲਈਏ। ਮੇਨ ਚੀਜ਼ ਸਾਡਾ ਅੱਜ ਦੇ ਸਾਰੇ ਪ੍ਰੋਗਰਾਮ ਦਾ ਇਹੀ ਚੀਜ਼ ਆ, ਅਸੀਂ ਕਿਸੇ ਨੂੰ ਡਰਾਉਣਾ ਨਹੀਂ। ਰਿਕਵਰੀ ਰੇਟ ਬਹੁਤ ਜ਼ਿਆਦਾ ਆ, ਪਰ ਜਿਹੜੀਆਂ 19 ਡੈਥ, ਅੱਜ ਹਾਈਐਸਟ ਨੰਬਰ ਆਫ ਡੈਥ ਇੰਨੇ ਡੇ ਆ, ਇਹ ਕਿਉਂ ਹੋਈਆਂ? 19 ਜਾਨਾਂ ਦੀ ਵੈਲਿਊ ਆ ਕੋਈ? ਇਹ ਕੱਲ੍ਹ ਨੂੰ ਜੇ ਅਸੀਂ ਜੇ ਅਸੀਂ ਆਪਣਾ ਜੋ ਐਜ਼ ਏ, ਕਈ ਵਾਰੀ ਕਹਿ ਦਿੰਦੇ ਜੀ ਤੁਹਾਡੇ ਕਹਿਣ ਨਾਲ ਕੀ ਹੁੰਦਾ, ਅਸੀਂ ਉਸ ਚਿੜੀ ਦੇ ਵਿੱਚ ਹੋਣਾ ਆ ਜਿਹੜੀ ਉਹ ਬਲਦੇ ਦਰਖਤ ਦੇ ਉੱਤੇ ਚੁੰਝਣਾ ਪਾਣੀ ਪਾਉਂਦੀ ਸੀ। ਸੋ ਫਰਕ ਪਵੇ ਨਾ ਪਵੇ, ਪਰ ਹੋਕਾ ਦੇਣਾ ਜਿਹੜਾ, ਚਾਹੇ ਮੈਂ ਉੱਥੇ ਖੜ ਕੇ ਜਿੱਥੇ ਫੁੱਲ ਝੜੀਆਂ ਲੈਣ ਗਿਆ ਸੀ ਉੱਥੇ ਖੜ ਕੇ ਉਹਨਾਂ ਨੂੰ ਸੁਣਵਾਈ, ਉਹ ਕੱਲ੍ਹ ਨੂੰ ਭਾਵੇਂ ਉਹ ਮੈਨੂੰ ਗਾਲਾਂ ਹੀ ਕੱਢਦੇ ਹੋਣ ਕਿ ਇਹ ਸਾਡੀ ਵੀ ਹੋ ਸਕਦਾ ਸ਼ਿਕਾਇਤ ਕਰੇ, ਜਾਂ ਉਹਨਾਂ ਦੀ ਸ਼ਿਕਾਇਤ ਕੀਤੀ, ਮੈਂ ਸ਼ਿਕਾਇਤ ਨਹੀਂ ਕੀਤੀ, ਮੈਂ ਉਹ ਬਿਲਕੁਲ ਸ਼ਿਕਾਇਤ ਨਹੀਂ ਕੀਤੀ। ਮੈਂ ਉਹ ਆਪਣਾ ਬਣਦਾ ਫਰਜ਼ ਜਿਹੜਾ, ਮੈਂ ਸਪੈਸ਼ਲ ਉਸ ਜਿਹੜਾ ਉਹ ਲਾਅ ਐਂਡ ਐਨਫੋਰਸਮੈਂਟ ਆਫਿਸਰ ਸੀ ਉਹਨਾਂ ਨੂੰ ਵੀ, ਮੈਂ ਕੌਂਸਲਰ ਨੂੰ ਵੀ ਸਪੈਸ਼ਲ ਇਹ ਕਿਹਾ, ਮੈਂ ਕਿਹਾ ਵੀ ਆਈ ਹੈਵ ਨੋ ਇੰਟੈਂਸ਼ਨ ਟੂ ਹਰਟ ਦੇਅਰ ਬਿਜ਼ਨਸ ਔਰ ਐਨੀ ਵਨ, ਆਈ ਡੋਂਟ ਵਾਂਟ ਯੂ ਟੂ ਜਸਟ ਇਸ਼ੂ ਦ ਟਿਕਟਸ, ਜਸਟ ਗੋ ਦੇਅਰ, ਬੀ ਦੇਅਰ ਫੋਰ 5-10 ਮਿੰਟਸ, ਟੈਲ ਦੈਮ ਦ ਰੂਲਸ, ਸੈਟਅਪ ਦੇਅਰ ਲਾਈਕ ਜਿਹੜੀ ਇੰਟਾਇਰ ਸੈਟਅਪ, ਮੈਂ ਐਪਰੀਸ਼ੀਏਟ ਕਰਦਾ। ਇੱਥੇ ਮੈਂ ਨਾਂ ਲੈ ਕੇ ਗੱਲ ਕਰਦਾ, ਸਾਡੇ ਦੀਪਕ ਆਨੰਦ ਹੁਣਾਂ ਨੂੰ ਮੈਂ ਫੋਨ ਕੀਤਾ ਜਦੋਂ ਇਹਨਾਂ ਨੇ ਫੇਜ਼ 2 ਦੇ ਵਿੱਚ, ਜਦੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਹਨਾਂ ਨੇ ਮੱਥਾ ਟੇਕਣ ਲਈ ਅਲਾਓ ਕੀਤਾ, ਮੈਂ ਇੱਕ ਦੋ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ, ਮੈਂ ਕਿਹਾ ਜੀ ਖਾਸ ਤੌਰ ਦੇ ਉੱਤੇ ਮੈਨੂੰ ਚਾਨਾ ਸਾਹਿਬ ਸਾਡੇ ਦੇਖ ਰਹੇ ਹੋਣੇ ਆ, ਹਾਂਜੀ ਸਤਿਕਾਰਯੋਗ ਨੇ, ਔਰ ਉਹਨਾਂ ਨੇ ਦਸ਼ਮੇਸ਼ ਦਰਬਾਰ ਤੋਂ ਮੈਨੂੰ, ਮੈਂ ਉਚੇਚੇ ਤੌਰ 'ਤੇ ਗੱਲ ਕਰਦਾ, ਉਹਨਾਂ ਨੇ ਕਿਹਾ ਸੰਦੀਪ ਕੋਈ ਆਪਾਂ ਨੂੰ ਮਿਲ ਸਕਦੀ ਗਾਈਡੈਂਸ ਕੀ ਆ? ਮੈਂ ਨਾਂ ਲੈ ਕੇ ਗੱਲ ਕਰਦਾ ਜੀ, ਮੈਂ ਅਮਰਜੋਤ ਸੰਧੂ ਹੁਣਾਂ ਨੂੰ, ਦੀਪਕ ਆਨੰਦ ਹੁਣਾਂ ਨੂੰ, ਦੋਨੋਂ ਵੀਰਾਂ ਦੀ ਕਾਲ ਆਈ, ਔਰ ਉਸ ਤੋਂ ਪਹਿਲਾਂ ਦੀਪਕ ਆਨੰਦ ਹੁਣੀ ਕਹਿੰਦੇ ਜੀ ਗੱਲੇ ਹੀ ਕੋਈ ਨਹੀਂ, ਮੈਂ ਡਿਕਸੀ ਗੁਰਦੁਆਰਾ ਸਾਹਿਬ ਵੀ ਨਿਸ਼ਾਨੀਆਂ ਲਵਾ ਕੇ ਗੌਰਮੈਂਟ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਸਾਰਾ 1-way ਸੈਟਅਪ ਕਰਕੇ ਉਹਨਾਂ ਦੀ ਹੈਲਪ ਕਰਕੇ ਆਇਆ, ਅਤੇ ਮੈਂ ਉੱਥੇ ਦਸ਼ਮੇਸ਼ ਦਰਬਾਰ ਜਾ ਕੇ ਵੀ, ਔਰ ਬਕਾਇਦਾ ਆਪ ਗਏ ਦੀਪਕ ਆਨੰਦ ਹੁਣੀ, ਸਾਰੀ ਸੈਟਅਪ ਕਰਵਾਈ, ਉਹ ਕਹਿੰਦੇ ਜੀ ਇੱਦਾਂ ਹੀ ਮੈਂ ਮੰਦਰ ਦੇ ਵਿੱਚ ਵੀ। ਸੋ ਇਹੋ ਜਿਹੇ ਸਾਡੇ ਐਕਟੀਵਿਸਟ ਜਿਹੜੇ ਸਾਡੇ ਇੱਕ ਹਾਕ ਮਾਰੀ ਦੇ ਉੱਤੇ ਉੱਥੇ ਪਹੁੰਚਦੇ ਆ, ਇਹੀ ਚੀਜ਼ ਸਾਡਾ ਬਣਦਾ ਯੋਗਦਾਨ ਹੈ, ਤਾਂ ਜੋ ਉਹਨਾਂ ਵੀ ਸਾਡੀਆਂ ਰਿਲੀਜੀਅਸ ਪਲੇਸਿਸ ਦੇ ਉੱਤੇ ਕੱਲ੍ਹ ਨੂੰ ਖਾਸ ਤੌਰ 'ਤੇ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ, ਡਿਕਸੀ ਰੋਡ ਗੁਰਦੁਆਰਾ ਸਾਹਿਬ ਵੱਲੋਂ, ਸਕਾਰਬਰੋ ਗੁਰਦੁਆਰਾ ਸਾਹਿਬ ਵੱਲੋਂ, ਡਿਕਸੀ ਪੀਟਰ ਰੋਬਸਨ, ਹਰ ਇੱਕ ਨੂੰ ਇਹ ਸੁਨੇਮਰ ਬੇਨਤੀ ਆ ਕਿ ਕਿਸੇ ਨੇ ਵੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸਿਟਿੰਗ ਇਜ਼ ਨੋਟ ਅਲਾਊਡ, ਤੁਸੀਂ ਇੱਕ ਮਿੰਟ ਵੀ ਬੈਠ ਨਹੀਂ ਸਕਦੇ, ਔਰ ਬਕਾਇਦਾ ਤੁਸੀਂ ਆਪ ਇਹ ਚੀਜ਼ ਦਾ ਖਿਆਲ ਰੱਖਣਾ ਆ, ਟੈਂਟ ਉਹਨਾਂ ਨੇ ਲਗਾਏ ਆ ਤੁਹਾਡੇ ਸ਼ੂ ਲਾਉਣ ਲਈ ਜਾਂ ਉੱਥੇ ਦੂਏ ਲਈ, ਪਰ 6 ਫੁੱਟ ਦੀ ਦੂਰੀ ਤੋਂ ਪਹਿਲੀ ਗੱਲ ਤਾਂ ਮੇਰੇ ਵੀਰੋ ਜਾਣ ਦੀ ਲੋੜ ਨਹੀਂ ਹੈਗੀ। ਮੈਂ ਹੱਥ ਜੋੜ ਕੇ ਅਗਲੇ ਸਾਲ ਫਿਰ ਜਾਂ ਕੱਲ੍ਹ ਨੂੰ ਦੀ ਬਜਾਏ ਪਰਸੋਂ ਨੂੰ ਦਿਨ ਵੇਲੇ ਮੱਥਾ ਟੇਕਿਆ ਜਦੋਂ ਕੋਈ ਨਾ ਹੋਇਆ, ਸਾਡਾ ਤਾਂ ਬਾਬਾ ਬਾਹਲਾ ਹੀ ਫਲੈਕਸੀਬਲ ਆ, ਪਰਮਾਤਮਾ ਹਰ ਇੱਕ ਦਾ ਹੀ ਬੜਾ ਫਲੈਕਸੀਬਲ ਆ, ਉਹ ਕਹਿੰਦਾ ਉਹ ਸਾਡੇ ਤਾਂ ਇੱਕ ਕਹਿੰਦੇ ਹੁੰਦੇ ਜੀ ਕਿ ਦਿਲ ਯਾਰ ਵੱਲ ਹੱਥ ਕਾਰ ਵੱਲ, ਮੇਰਾ ਖਿਆਲ ਉਹ ਚੀਜ਼ ਆ ਜੀ, ਤੁਸੀਂ ਇੱਥੇ ਹੀ ਬੈਠੇ ਆਪਣੇ ਕੰਮ ਜਿੱਥੇ ਵੀ ਬੈਠੇ ਆ ਉਸ
सच्चे यार नू, उस यार नू जिन तुहाडा कदी साथ नहीं छड़ना, जिन मरदे दम तक तुहाडा साथ देना, उस यार वालू तां तुसीं ध्यान ही कर लिया जिहड़ा उही तुहाडा मेरे हिसाब नाल सफल हो जांदा। बाकी कोई मैं एडा रिलीजियस लीडर नहीं हैगा, डॉक्टर साहब होना नू बहुत ज्यादा संगत साहब बड़ी जबरदस्त तुसीं गल कीती आ। गुरबाणी दे अंदर भगत नामदेव जी दा शब्द आउंदा बकायदा। अच्छा जी। नाम कहे ते लोचना मुक्ते नाम समान, हाथ पाम कर काम कर चीत निरंजन नाल। वाहिगुरु। सो ये बकायदा मतलब जेड़ा है भई चित कार चित यार वाल ते हाथ कार वाल, बिलकुल गल सही है। और मैं फिर मैं कहां भई कोई माइंड ना करे, एक गुरु घर दे अंदर गुरुद्वारा साहब दे अंदर जाके टेंट च मैं देखिया, टेंट दे विच एक फैमिली दे मतलब एक फैमिली नहीं किसी की डेथ हो गई सी, ते काफी फैमिलीज कठियां हुई सी, कोई तकरीबन 50 दे करीब मैंबर सन, और किसी किस्म का उस टेंट दे अंदर लंगर का भी प्रबंध सी, ते किसी किस्म का प्रिकॉशन नहीं सी लिया जा रहा और उहदे च फिर कंसीक्वेंसिज भी आए जिहड़े चलो आपां हुण नहीं दसने हैगे। हाँ जी, हाँ जी, हाँ जी। पर गुरु ने मेहर कीती भी उह बचा हो गया, जल्दी जल्दी कंट्रोल हो गया। तो इस करके हुण थोड़ा जिहा संगा साहब इह वी गल करिए, लोकी सोचते होने अपने व्यूअर सोचते होने संगत सोचती होएगी ਵੀ ਅਸੀਂ ਕੀ ਕੁਛ ਹੋਰ ਕਰ ਸਕਦੇ ਹਾਂ। ਹਾਂਜੀ ਹਾਂਜੀ, ਵੈਰੀ ਗੁੱਡ। ਹਾਂਜੀ, ਤੋ ਜਿਹੜਾ ਕੀ ਕੁਛ ਹੋਰ ਕਰ ਸਕਦੇ ਹਾਂ ਉਹਦੇ ਵਿੱਚ ਪਰਮਾਤਮਾ ਨੇ ਸਾਡੇ ਅੰਦਰ ਇੱਕ ਸ਼ਕਤੀ ਭਰੀ ਹੋਈ ਆ ਜੀ, ਜਿਹਨੂੰ ਆਪਾਂ ਰਾਮ ਕਾਰਜਾਂ ਮੈਨੂੰ ਠੀਕ ਕਿਹਾ ਵਾ। ਹਾਂਜੀ, ਸਤਿਗੁਰੂ ਦੀ ਬਾਣੀ ਚ ਆਉਂਦਾ ਨਾ ਕਿ ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਹਾਂਜੀ ਹਾਂਜੀ ਹਾਂਜੀ। ਤੋ ਉਹ ਜੇ ਉਹ ਦਿੱਤੀ ਆ ਤੇ ਉਹਦਾ ਅਸੀਂ ਬੈਸਟ ਯੂਜ਼ ਕਿਵੇਂ ਕਰਨਾ ਹੈ? ਤੋ ਅਸੀਂ ਇਹਨੂੰ ਪ੍ਰੋਫਲੈਕਸਿਸ ਕਹਿੰਦੇ ਹਾਂ ਸਾਇੰਸ ਦੇ ਅੰਦਰ, ਮੈਡੀਕਲ ਸਾਇੰਸ ਦੇ ਅੰਦਰ, ਵੀ ਉਹ ਚੀਜ਼ ਕਰਨੀ ਜਿਹੜੀ ਬਿਮਾਰੀ ਦੇ ਹੋਣ ਤੋਂ ਪਹਿਲਾਂ ਅਸੀਂ ਕਰ ਸਕਦੇ, ਉਹਨੂੰ ਕਹਿੰਦੇ ਆ ਪ੍ਰੋਫਾਈਲੈਕਸਿਸ ਜਾਂ ਪ੍ਰੋਫਾਈਲੈਕਟਿਕ ਮੈਜਰ। ਠੀਕ ਹੈ ਜੀ। ਤੇ ਜਿਹੜੇ ਸੱਜਣ ਮੈਡੀਕਲ ਸਾਇੰਸ ਦੇ ਨੇ ਆਪਣੇ ਉਹ ਸਾਰੇ ਸਮਝਦੇ ਨੇ ਜੀ, ਪਰ ਇਹ ਸਧਾਰਨ ਲੋਕਾਂ ਵਾਸਤੇ ਆਪਾਂ ਦੱਸਣ ਲੱਗੇ ਕਿਉਂਕਿ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਵਾ। ਹਾਂਜੀ ਹਾਂਜੀ। ਪਰ ਪਿਛਲੀ ਵਾਰੀ ਆਪਾਂ ਨੂੰ ਇਸ ਤਰ੍ਹਾਂ ਦੀ ਗੱਲ ਹੋਈ ਸੀ, ਗੱਲ ਮੈਂ ਤਾਂ ਕੀਤੀ ਹੈ ਕਿ ਉਹ ਕਹਿੰਦੇ ਸੀ ਜੀ ਇਹ ਤਾਂ ਸਾਨੂੰ ਪਤਾ ਹੀ ਹੈ, ਤੇ ਫਿਰ ਆਪਾਂ ਬੇਨਤੀ ਕੀਤੀ ਸੀ ਵੀ ਤੁਹਾਨੂੰ ਪਤਾ ਹੈ ਨਾ ਬਾਕੀਆਂ ਨੂੰ। ਤੇ ਉਹਦੇ ਵਿੱਚ ਸੰਗਤ ਸਾਹਿਬ ਹੁਣ ਕਈ ਪੁੱਛਦੇ ਆ ਵੀ ਸਟੀਮ ਦੇ ਨਾਲ ਕੀ ਹੋ ਜੂਗਾ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਇਹਦਾ ਸਾਇੰਟਿਫਿਕ ਰੀਜ਼ਨ ਦੱਸਦੇ ਆ ਵੀ ਗਾਰਗਲ ਤੇ ਸਟੀਮ ਤੇ ਕਾੜਾ ਕੀ ਕਰਦੇ। ਠੀਕ ਹੈ ਜੀ, ਹੈ ਨਾ। ਜਿਵੇਂ ਜਿਵੇਂ ਤੁਸੀਂ ਕਹੋਗੇ ਪਹਿਲਾਂ ਇੱਕ ਇੱਕ ਚੀਜ਼ ਦੀ ਗੱਲ ਆਪਾਂ ਕਰੀ ਚੱਲਦੇ ਹਾਂ, ਫਿਰ ਤੁਹਾਡੇ ਸਮੇਂ ਦੇ ਮੁਤਾਬਕ ਕਿਉਂਕਿ ਤੁਹਾਨੂੰ। ਨਹੀਂ ਜੀ, ਬਿਲਕੁਲ ਅਸੀਂ ਤਿੰਨੇ ਚੀਜ਼ਾਂ ਕਵਰ ਡੈਫੀਨਿਟਲੀ ਕਰਾਂਗੇ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਆ ਸਟੀਮ ਇਨਹੇਲੇਸ਼ਨ ਉਹਦੀ ਗੱਲ ਕਰ ਲਓ। ਹਾਂਜੀ, ਉਹਦਾ ਕੀ ਫਾਇਦਾ ਹੈਗਾ? ਬਿਲਕੁਲ ਜੀ, ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਜਿਸ ਵੇਲੇ ਅਸੀਂ ਇੱਕ ਤੇ ਸਟੀਮ ਇਨਹੇਲ ਕਿਵੇਂ ਕਰਨੀ ਆ, ਵੀ ਇਹਦਾ ਜਿਹੜਾ ਮੈਂ ਸੌਖਾ ਤਰੀਕਾ ਲੱਭਿਆ ਨਾ, ਹਾਂਜੀ, ਉਹ ਇਹ ਹੈ ਕਿ ਆਪਣੀ ਇਲੈਕਟ੍ਰਿਕ ਕੈਟਲ ਮਿਲ ਜਾਂਦੀ ਹੈ ਜਾਂ ਸਟੀਮਰ ਮਿਲਦਾ ਹੈ, ਪਰ ਸਟੀਮਰ ਨਾਲੋਂ ਵੀ ਇਲੈਕਟ੍ਰਿਕ ਕੈਟਲ ਫਾਸਟ ਹੈ। ਹਾਂਜੀ, ਠੀਕ ਹੈ। ਜਿਹੜੀ ਚਾਹ ਬਣਾਉਣ ਲਈ ਪਾਣੀ ਉਬਾਲਣ ਵਾਲੀ ਕੈਟਲ ਜਿਹੜੀ ਹੈ, ਹਾਂਜੀ, ਪਾਣੀ ਉਬਾਲਣ ਵਾਲੀ ਕੈਟਲ ਜਿਹੜੀ ਹੈ ਨਾ ਜੀ, ਹਾਂਜੀ, ਮੇਰੇ ਖਿਆਲ 20 25 30 ਡਾਲਰ ਤੱਕ ਉਹ ਮੇਰੇ ਖਿਆਲ 15 ਡਾਲਰ ਤੋਂ ਲੈ ਕੇ 25 ਤੱਕ ਮਿਲ ਜਾਂਦੀ ਜੀ ਉਹ। ਹਾਂਜੀ ਹਾਂਜੀ। ਉਹਨੂੰ ਅਸੀਂ ਆਪਣੇ ਬਾਥਰੂਮ 'ਚ ਟਿਕਾ ਦਈਏ। ਠੀਕ ਹੈ ਜੀ। ਤੇ ਜਿਸ ਵੇਲੇ ਅਸੀਂ ਵਾਸ਼ਰੂਮ 'ਚ ਐਂਟਰ ਕੀਤੇ ਹਾਂ ਬ੍ਰਸ਼ ਬਰੁਸ਼ ਕਰਨ ਲਈ, ਅਸੀਂ ਉਹਨੂੰ ਪਾਣੀ ਪਾ ਕੇ ਔਨ ਕਰ ਦਈਏ। ਠੀਕ ਹੈ ਜੀ। ਤੇ ਜਦੋਂ ਤੱਕ ਤੁਸੀਂ ਬ੍ਰਸ਼ ਕਰਨਾ, ਉਹਦੇ 'ਚ ਸਟੀਮ ਜਿਹੜੀ ਆ ਗਰਮ ਹੋ ਕੇ ਬਣ ਚੁੱਕੀ ਹੋਣੀ। ਠੀਕ ਹੈ ਜੀ। ਤੇ ਤੁਸੀਂ ਆਪਣੀ ਸਟੀਮ ਜਿਸ ਵੇਲੇ ਢੱਕਣ ਖੋਲੋਗੇ ਤੇ ਸਟੀਮ ਰੈਡੀ ਆ, ਤੁਸੀਂ ਇਨਹੇਲ ਕਰੋ, ਇੱਕ ਨਾਸ ਨੂੰ ਬੰਦ ਕਰਕੇ ਦੂਸਰੀ ਨਾਸ ਥਾਣੀ ਖਿੱਚੋ। ਬਿਲਕੁਲ ਜੀ। ਫਿਰ ਉਹਨੂੰ ਬੰਦ ਕਰਕੇ ਦੂਸਰੀ ਥਾਣੀ ਖਿੱਚੋ, ਇਸ ਤਰ੍ਹਾਂ ਕੀ ਹੋਏਗਾ ਕਿ ਥੋੜੀ ਜਿਹੀ ਫੋਰਸ ਨਾਲ ਅੰਦਰ ਜਾਏਗੀ ਉਹ। ਬਿਲਕੁਲ, ਹਾਂਜੀ। ਤੇ ਸਾਡੇ ਟ੍ਰੇਕੀਆ ਚੋਂ ਲੰਘ ਕੇ ਲੰਗਸ ਤੱਕ ਵੀ ਪਹੁੰਚਦੀ ਆ। ਠੀਕ ਹੈ। ਇਹ ਸਾਰਾ ਜਿਹੜਾ ਪੈਸੇਜ ਹੈ ਨਾ, ਠੀਕ ਹੈ ਜੀ, ਇਹਦੇ ਵਿੱਚ ਕੋਈ ਵੀ ਮਾਈਕਰੋਬ ਹੋਏਗਾ ਉਹ ਤਕਰੀਬਨ ਸਟੀਮ ਉਹ ਤਕਰੀਬਨ ਸਾਡੇ ਅੰਦਰ ਜਾਂਦੀ ਆ ਤੇ 60-65 ਡਿਗਰੀ ਤੇ ਪਹੁੰਚਦੀ ਆ। ਅੱਛਾ ਜੀ। ਜਿੱਥੇ ਸਾਨੂੰ ਗਰਮ ਮਹਿਸੂਸ ਹੁੰਦੀ ਉਹ 55-60 ਡਿਗਰੀ ਟੈਂਪਰੇਚਰ ਉਹਦਾ ਹੁੰਦਾ। ਠੀਕ ਹੈ ਜੀ। ਉਹਦੇ ਨਾਲ ਨਾ ਬੈਕਟੀਰੀਆ ਨਿੰਮੋ ਝੂਣਾ ਜਿਹਾ ਹੋ ਜਾਂਦਾ, ਜਾਂ ਵਾਇਰਸ ਵੀ ਹੋਵੇ ਤਾਂ ਉਹ ਵੀ ਤਕਰੀਬਨ ਮਰੀ ਹੋਈ ਹਾਲਤ ਵਿੱਚ ਹੋ ਜਾਂਦਾ। ਅੱਛਾ ਜੀ। ਬਟ ਸਾਇੰਟੀਫਿਕਲੀ ਵੇਖਿਆ ਗਿਆ ਕਿ ਫਿਰ ਵੀ ਉਹ ਕਿਸੇ ਹੱਦ ਤੱਕ ਬਚ ਜਾਂਦਾ, ਉਹਦੀਆਂ ਸਿਸਟਸ ਬਚ ਜਾਂਦੀਆਂ ਜੇ ਹੋਵੇ ਸਾਡੇ ਅੰਦਰ ਤੇ। ਠੀਕ ਹੈ ਜੀ। ਲੇਕਿਨ ਸਟੀਮ ਕੀ ਕਰਦੀ ਆ, ਰੋਜ਼ ਸਟੀਮ ਲੈਣ ਨਾਲ ਸਾਡਾ ਜਿਹੜਾ ਲੋਕਲ ਇਮਿਊਨ ਸਿਸਟਮ ਹੈ ਨਾ, ਟੌਨਸਿਲ, ਟੌਨਸਿਲ ਦਾ ਨਾਂ ਲੋਕਾਂ ਨੇ ਆਮ ਸੁਣਿਆ ਤਾਂ ਮੈਂ ਨਾਂ ਲਿਆ, ਇਹ ਤਿੰਨ ਪੇਅਰ ਸਾਡੇ
ਗਲੇ ਦੇ ਵਿੱਚ ਹੈਗੇ ਨੇ ਇਹਦੇ ਟੌਨਸਲਸ ਦੇ ਹਾਂਜੀ ਟੌਨਸਲ ਜਦੋਂ ਅਸੀਂ ਕਹੀਏ ਨਾ ਵੀ ਆ ਕਰੋ ਤੇ ਉਹ ਦਿਸਦੇ ਆ ਅੰਦਰ ਅੱਛਾ ਜੀ ਹਾਂ ਤੇ ਕਾਂਜੇ ਹੈ ਨਾ ਉਹਦੇ ਮਗਰਲੇ ਪਾਸੇ ਉਹ ਤਿੰਨੇ ਜੜੇ ਹੋਏ ਆ ਅੱਛਾ ਜੀ ਹਾਂ 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 ਠੀਕ ਹੈ ਉਹ ਗਾਰਡ ਬਿਠਾਏ ਆ ਰਾਮਕਾਰ ਦੇ ਰਾਮਕਾਰ ਉਹ ਰਾਮਕਾਰ ਦਾ ਹਿੱਸਾ ਨੇ ਠੀਕ ਹੈ ਜੀ ਉਸ ਤੋਂ ਇਲਾਵਾ ਜਿੰਨੀ ਸਾਡੇ ਅੰਦਰ ਇਸ ਏਰੀਆ ਦੇ ਵਿੱਚ ਸਾਡੀ ਮਤਲਬ ਮੂੰਹ ਦੇ ਅੰਦਰ ਗੱਲਾਂ ਦੇ ਅੰਦਰਲੇ ਪਾਸੇ ਜੀ ਉਹ ਮੈਂਬਰੇਨ ਆਲੇ ਦੁਆਲੇ ਲੱਗੀ ਹੋਈ ਉਹ ਮੈਂਬਰੇਨ ਗਾਂ ਥੱਲੇ ਲੰਗਸ ਤੱਕ ਜਾਂਦੀ ਹੈ ਸਟਮਕ ਤੱਕ ਜਾਂਦੀ ਆ ਗੰਢੇ ਦੀ ਜਿਹੜੀ ਛਿੱਲ ਹੁੰਦੀ ਨਾ ਪਤਲੀ ਉਹਦੇ ਵਰਗੀ ਉਹ ਸਿੰਗਲ ਸੈਲਡ ਲੇਅਰ ਹੈ ਮੈਂਬਰੇਨ ਮਿਊਕਸ ਮੈਂਬਰੇਨ ਨੂੰ ਕਹਿੰਦੇ ਜਿਹੜੀ ਛਿੱਲ ਤੋਂ ਅੰਦਰਲੇ ਪਾਸੇ ਲੱਗੀ ਹੋਈ ਹੁੰਦੀ ਹੈ ਹਾਂਜੀ ਪਿਆਜ਼ ਦੇ ਹਾਂਜੀ ਹਾਂ ਹਾਂਜੀ ਪਿਆਜ਼ ਦੇ ਪਤਲੀ ਜੀ ਹੁੰਦੀ ਨਾ ਹਾਂਜੀ ਪਤਲੀ ਜੀ ਬਿਲਕੁਲ ਫਾਈਨ ਹਾਂਜੀ ਹਾਂ ਉਹੋ ਜੀ ਫਾਈਨ ਕਵਰਿੰਗ ਹੈ ਪਰ ਬੜੀ ਟਫ ਆ ਠੀਕ ਹੈ ਜੀ ਨੋਰਮਲੀ ਸਾਡੀ ਜੇ ਉਹ ਇੰਟੈਕਟ ਰਵੇ ਤੇ ਕਿਸੇ ਬੈਕਟੀਰੀਆ ਦੀ ਜ਼ਰੂਰਤ ਹੀ ਨਹੀਂ ਪੈਂਦੀ ਵੀ ਉਹ ਗਰੋ ਕਰ ਜਾਵੇ ਠੀਕ ਹੈ ਜੀ ਕਿਉਂਕਿ ਉਸ ਮੈਂਬਰੇਨ ਦੇ ਥੱਲੇ ਜਿਸ ਤਰ੍ਹਾਂ ਟੌਨਸਲ ਨੇ ਇਸ ਤਰ੍ਹਾਂ ਬਹੁਤ ਸਾਰੇ ਵਾਈਟ ਸੈਲਸ ਜਿਹੜੇ ਆ ਨਾ ਉਹਨਾਂ ਦੀਆਂ ਢੇਰੀਆਂ ਦੱਬੀਆਂ ਹੋਈਆਂ ਜਿਹੜੀਆਂ ਸਾਨੂੰ ਨਹੀਂ ਦਿਸਦੀਆਂ ਠੀਕ ਹੈ ਜੀ ਪਿੰਨ ਹੈਡ ਸਾਈਜ਼ ਦੀਆਂ ਨੇ ਈਵਨ ਉਸ ਤੋਂ ਵੀ ਛੋਟੀਆਂ ਨੇ ਮਾਈਕਰੋਸਕੋਪਿਕ ਕੁਲੈਕਸ਼ਨਸ ਨੇ ਉਹ ਚਿੱਟੇ ਸੈੱਲਾਂ ਦੀਆਂ ਠੀਕ ਹੈ ਜੀ ਉਹਨਾਂ ਨੂੰ ਲਿੰਫ ਨੋਡਿਊਲਸ ਕਹਿੰਦੇ ਆ ਠੀਕ ਹੈ ਜੀ ਚਿੱਟੇ ਸੈੱਲਾਂ ਦੀਆਂ ਕੁਲੈਕਸ਼ਨਸ ਨੇ ਮਤਲਬ ਢਾਣੀਆਂ ਬਣਾ ਕੇ ਬੈਠੇ ਉੱਥੇ ਉਹ ਠੀਕ ਹੈ ਜੀ ਉਹ ਲਗਾਤਾਰ ਐਂਟੀਬਾਡੀਜ਼ ਜਿਹੜੀਆਂ ਬਣਾ ਰਹੇ ਨੇ ਠੀਕ ਹੈ ਜੀ ਸਟੀਮ ਲੈਣ ਨਾਲ ਕੀ ਹੁੰਦਾ ਹੈ ਕਿ ਉਹ ਜਿਹੜੀਆਂ ਢੇਰੀਆਂ ਐਕਟੀਵੇਟ ਹੋ ਜਾਂਦੀਆਂ ਅੱਛਾ ਜੀ ਤੇ ਉਹ ਐਂਟੀਬਾਡੀਜ਼ ਬਣਾ ਬਣਾ ਕੇ ਨਾ ਤੇ ਸਾਰੇ ਜਿਸ ਤਰ੍ਹਾਂ ਕਿਸੇ ਚੀਜ਼ ਦੀ ਮਤਲਬ ਆਇਲਿੰਗ ਕਰ ਦਿੱਤੀ ਨਾ ਸਾਰੇ ਸਾਡੇ ਪੈਸੇਜ ਦੀ ਆਇਲਿੰਗ ਕਰ ਦਿੰਦੇ ਫੌਜੀ ਟ੍ਰੇਡ ਕਰ ਕਰਕੇ ਬਾਹਰਲੇ ਭੇਜੀ ਜਾਂਦੇ ਜਾਣੀ ਬੇਸਿਕਲੀ ਪੰਜਾਬੀ ਹਾਂਜੀ ਹਾਂ ਔਰ ਉਹਨਾਂ ਦੀਆਂ ਜਿਹੜੀਆਂ ਸੈਂਟੀਫਿਕਲੀ ਸਪੀਕਿੰਗ ਇੰਨੀ ਵਰਾਇਟੀ ਹੈ ਵੀ ਆਪਾਂ ਮੈਥੇਮੈਟੀਕਲੀ ਉਹਨੂੰ ਐਕਸਪ੍ਰੈਸ ਕਰਦੇ ਹਾਂ 10 ਰੇਸ ਟੂ ਦੀ ਪਾਵਰ 9 ਟੂ 12 ਅੱਛਾ ਜੀ 10 ਦੀ ਪਾਵਰ 9 ਟੂ 12 ਉਹ ਬੋਲੇ ਇੰਨੀ ਕਿਸਮ ਦੇ ਵਿੱਚੋਂ ਕੋਈ ਵੀ ਬੈਕਟੀਰੀਆ ਅੰਦਰ ਆ ਜਾਵੇ ਤੇ ਉਹਨੂੰ ਮਾਰਨ ਦੀ ਸ਼ਕਤੀ ਰੱਖ ਠੀਕ ਹੈ ਜੀ ਹੁਣ ਇੰਨਾ ਸਟਰੋਂਗ ਸਿਸਟਮ ਹੈ ਸਾਡਾ ਜਿਹੜੇ ਉਹ ਬਚੇ ਖੁਚੇ ਸਟੀਮ ਤੋਂ ਬਾਅਦ ਰਹਿ ਜਾਂਦੇ ਆ ਨਾ ਸਟੀਮ ਲੈਣ ਨਾਲ ਇਹ ਜਿਹੜੀ ਸਾਡੀ ਐਂਟੀਬਾਡੀਜ਼ ਨੇ ਇਹਨਾਂ ਦੀ ਸਕ੍ਰੀਸ਼ਨ ਵੱਧ ਜਾਂਦੀ ਹੈ ਠੀਕ ਹੈ ਹਾਂਜੀ ਹਾਂਜੀ ਜਿਹੜੇ ਅੰਦਰ ਮੈਕਰੋਫਾਜਸ ਨੇ ਥੱਲੇ ਪਏ ਉਹਨਾਂ ਦੀ ਵੀ ਸ਼ਕਤੀ ਵੱਧ ਜਾਂਦੀ ਹੈ ਹਰ ਕਿਸਮ ਦੇ ਚਿੱਟੇ ਸੈੱਲ ਜਿਹੜੇ ਇੱਥੇ ਗਾਰਡ ਕੀਤਾ ਗਿਆ ਕਿਉਂਕਿ ਪਰਮਾਤਮਾ ਨੂੰ ਪਤਾ ਵੀ ਫੂਡ ਦੇ ਨਾਲ ਐਂਟੀਜਨ ਨੇ ਅੰਦਰ ਜਾਣਾ ਹੀ ਜਾਣਾ ਪੈਥੋਜਨ ਨੇ ਮਾਈਕਰੋਬਸ ਨੇ ਜਾਣਾ ਹੀ ਜਾਣਾ ਠੀਕ ਹੈ ਤੇ ਉਹਨੂੰ ਪਹੁੰਚਣ ਤੋਂ ਪਹਿਲਾਂ ਹੀ ਉਹਨੂੰ ਨਿਟਾਲ ਕਰ ਦਿੰਦੇ ਮਾਰ ਦਿੰਦੇ ਆ ਸੋ ਸਟੀਮ ਦਾ ਕੀ ਕੰਮ ਆ ਕਿ ਸਾਡੀਆਂ ਡਰਾਈ ਮੈਂਬਰੇਨਸ ਜਿਹੜੀਆਂ ਰੋਜ਼ਾਨਾ ਜਿਹੜੀਆਂ ਅੰਦਰ ਹੈਗੀਆਂ ਇਹ ਮਿਊਕਸ ਮੈਂਬਰੇਨਸ ਇਹਨਾਂ ਦੇ ਥੱਲਿਓਂ ਐਂਟੀਬਾਡੀ ਉਨੀ ਨਹੀਂ ਬਣਦੀ ਜੀ ਸਟੀਮ ਉਹਨੂੰ 10 ਗੁਣਾ ਬਣਾ ਦਿੰਦੀ ਹੈ 10 ਟਾਈਮਸ ਮੋਰ ਐਂਟੀਬਾਡੀਜ਼ ਆਰ ਜਨਰੇਟਡ ਮਤਲਬ ਇਮਿਊਨ ਸਿਸਟਮ ਪੋਟੈਂਸ਼ੀਏਟ ਹੋ ਜਾਂਦਾ ਹਾਂਜੀ 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 ਤੇ ਰੋਜ਼ ਜਿਹੜਾ ਵੀ ਕੋਈ ਐਂਟੀਜਨ ਸਾਡੇ ਅੰਦਰ ਆਏਗਾ ਭਾਵੇਂ ਫਲੂ ਦਾ ਵਾਇਰਸ ਹੋਵੇ ਭਾਵੇਂ ਬੈਕਟੀਰੀਆ ਆਵੇ ਭਾਵੇਂ ਸਾਡੇ ਭੋਜਨ ਚੋਂ ਕੋਈ ਰਿਹਾ ਵਾ ਜੀ ਉਹ ਮੂੰਹ ਦੇ ਵਿੱਚ ਹੀ ਤਕਰੀਬਨ ਮਾਰਿਆ ਜਾਂਦਾ ਹੈ ਠੀਕ ਹੈ ਹਾਂਜੀ ਹਾਂਜੀ ਸੋ ਸਟੀਮ ਇਨਹੇਲੇਸ਼ਨ ਦੇ ਨਾਲ ਸਟੀਮ ਲੈਣ ਦੇ ਨਾਲ ਸਾਡੀ ਮੂੰਹ ਸਾਡੀ ਜਿਹੜੀ ਜ਼ਬਾਨ ਤੋਂ ਗਾਂ ਜਿੰਨਾ ਵੀ ਹਿੱਸਾ ਹੈ ਉਹ ਉਸ ਤੋਂ ਅੱਗੇ ਸਾਡੀ ਵਿੰਡ ਪਾਈਪ ਆ ਉਹ ਉਸ ਤੋਂ ਅੱਗੇ ਲੰਗਸ ਆ ਇਹ ਪੂਰੇ ਸਟੇਰਾਈਲ ਰਹਿੰਦੇ ਆ ਜੀ ਤੇ ਇਹਨਾਂ ਦੇ ਵਿੱਚ ਸਾਡੀ ਇਮਿਊਨਿਟੀ ਪਰਫੈਕਟਲੀ ਜਿਹੜੀ ਆ 10 ਟਾਈਮਸ ਟੂ 20 ਟਾਈਮਸ ਮੋਰ ਇਫੈਕਟਿਵ ਹੋ ਕੇ ਤੇ ਪੈਥੋਜਨਸ ਨੂੰ ਮਾਰਦੀ ਆ ਡਾਕਟਰ ਸਾਹਿਬ ਇੱਕ ਮੇਰਾ ਕੁਐਸਚਨ ਆ ਛੋਟਾ ਜਿਹਾ ਉਹ ਜ਼ਰੂਰ ਐਡਰੈਸ ਕਰਨਾ ਬਈ ਜਿਹੜੀ ਜਦੋਂ ਸਟੀਮ ਲੈਣੀ ਆ ਕੀ ਉਹਦੇ ਵਿੱਚ ਵਿਕਸ ਪਾਉਣੀ ਜ਼ਰੂਰੀ ਆ ਜਾਂ ਨੈਚੁਰਲ ਵਾਟਰ ਦੀ ਜਿਹੜੀ ਨਾਰਮਲ ਸਟੀਮ ਆ ਉਹ ਵੀ ਉਨੀ ਇਫੈਕਟਿਵ ਆ ਜੇ ਤੇ ਸਾਨੂੰ ਫਰਜ਼ ਕਰੋ ਬਹੁਤ ਸਟਫੀ ਨੋਜ਼ ਆ ਠੀਕ ਹੈ ਜੀ ਬੜਾ ਰੁਕਿਆ ਸਾਹ ਸਾਡਾ ਠੀਕ ਹੈ ਜੀ ਤੇ ਫਿਰ ਅਸੀਂ ਜਿਹੜੀ ਆ ਵਿਕਸ ਜਿਹੜੀ ਪਾ ਵੀ ਸਕਦੇ ਹਾਂ ਪਰ ਵਿਕਸ ਨੂੰ ਕੈਟਲ 'ਚ ਨਹੀਂ ਪਾਉਣਾ ਅਸੀਂ ਵਿਕਸ ਵਾਸਤੇ ਫਿਰ ਇਹ ਆ ਵੀ ਉਹ ਪਾਣੀ ਕੱਪ ਦੇ ਵਿੱਚ ਉਹ 'ਚ ਉਬਲਦਾ ਉਬਲਦਾ ਪਾਣੀ ਲੈ ਕੇ ਨਾ ਹਾਂਜੀ ਅਤੇ ਛੋਲਿਆਂ ਦੇ ਦਾਣੇ ਜਿੰਨੀ ਚਮਚੇ ਦੀ ਡੰਡੀ ਦੇ ਨਾਲ ਉਹ ਕੱਪ ਦੇ ਵਿੱਚ ਪਾ ਕੇ ਅਤੇ ਉਹ ਫਟਾਫਟ ਸਟੀਮ ਤੁਸੀਂ ਲੈ ਲੈਣੀ ਉਸ ਤੋਂ ਬਾਅਦ ਫਿਰ ਨੋਰਮਲ ਸਟੀਮ ਲਓ ਕਿਉਂਕਿ ਜੇ ਵਿੱਚ ਪਾਇਆ ਉਹਨੂੰ ਸਾਫ਼ ਕਰਨਾ ਔਖਾ ਹੋ ਜਾਵੇ ਠੀਕ ਹੈ ਹਾਂਜੀ 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 ਉਹਨੂੰ ਤੁਸੀਂ ਸਿੰਪਲ ਵਾਟਰ ਦੀ ਸਟੀਮ ਹੀ ਇੰਨੀ ਇਫੈਕਟਿਵ ਆ ਵੀ ਜੇ ਤੁਸੀਂ ਰੂਟੀਨ 'ਚ ਕਰੋ ਸਵੇਰੇ ਅਤੇ ਸ਼ਾਮ ਜੀ ਅਤੇ ਮੈਂ ਪਿਛਲੇ 30 ਸਾਲਾਂ 'ਚ ਦੇਖਿਆ ਵੀ ਜ਼ੁਕਾਮ ਨੇੜੇ ਨਹੀਂ ਆਇਆ ਆਮ ਕਦੇ ਨਹੀਂ ਸੀਜ਼ਨਲ ਫਲੂ ਤੁਹਾਨੂੰ ਹੋਇਆ ਹੈ ਜਿਹੜਾ ਜ਼ੁਕਾਮ ਹੈ ਨਾ ਨਾ ਵਾਹਿਗੁਰੂ ਬੋਲੋ ਵਾਹਿਗੁਰੂ ਬੋਲੋ ਇਹ ਤੇ ਪ੍ਰੈਕਟੀਕਲ ਐਸਪੈਕਟ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ 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 ਤੇ ਇੱਥੇ ਜਿੰਨਿਆਂ ਨੂੰ ਮੈਂ ਦੱਸਿਆ ਹੈ ਹਾਂਜੀ ਕੋਈ ਤਕਰੀਬਨ 20-25 ਇੰਡਸਟਰੀਲਿਸਟ ਨੇ ਹਾਂਜੀ ਉਹਨਾਂ ਦੇ ਜਾ ਕੇ ਮੈਂ ਡੈਮੋਨਸਟ੍ਰੇਸ਼ਨ ਦਿੱਤੀ ਕੈਟਲ ਖੜ ਕੇ ਕੋਲ ਅੱਛਾ ਜੀ ਉਹਨਾਂ ਦੇ ਮਾਲਕ ਵੀ ਉਹ ਚੀਜ਼ ਕਰ ਰਹੇ ਆ ਹਾਂਜੀ ਤੇ ਸਟਾਫ ਵੀ ਉਹ ਚੀਜ਼ ਕਰ ਰਿਹਾ ਵਾ ਅੱਛਾ ਜੀ ਔਰ ਦੂਸਰੀ ਚੀਜ਼ ਉਹਨਾਂ ਦੇ ਇੰਟਰੋਡਿਊਸ ਕੀਤੀ ਆ ਆਪਾਂ ਵੀ ਜਿੰਨੇ ਉਹਨਾਂ ਦੇ ਡੈਸਕ 'ਚ ਆ ਵਰਕਿੰਗ ਪਲੇਸ ਆ ਹਫ਼ਤੇ ਬਾਅਦ ਉਹਨੂੰ ਸਟੀਮਿੰਗ ਕਰਵਾ ਦਿੱਤੀ ਆ
अच्छा जी स्टरलाइज कर दीदा उन्हों का सारा करवा दीदा है कंपनियां हैगियां जिहड़ियां कर जांदियां टीम दे नाल ते प्लस वो अपना जिहड़ा हैगा सैनिटाइजर है स्पेशल बनिया कमर्शियल यूज का हाँ जी वो दोवें चीजा वरत के उन्हां दी वर्किंग प्लेस नूं क्योंकि वर्किंग प्लेस भी बड़ी डेंजरस है डेडली है खास करके जिहड़ियां कुंडियां और तुहाडियां इहदियां टैब्स ने अपने कंप्यूटर दिया कीबोर्ड जड़े हाँ जी कीबोर्ड हाँ जी दी हाईली इंफेक्टेड एरिया इज दी कीबोर्ड एंड बाथरूम जड़े हैगे हैंडल हाँ जी हाँ जी हाँ जी और जड़ी साड़ी वाटर टैंक अंदर छड़ दे या टैब खोल दे हाँ जी उना दी प्रिकॉशन उना दसी है कि हाउ यू डोंट कम इन कॉन्टैक्ट विद दी एनीथिंग स्टिकिंग टू दीज प्लेसिस ठीक है जी ईवन जो सिंपल वो और उत्थे शुरू शुरू के उन्होंने चार मैंबर एक इंडस्ट्री च बीमार हुए थे उस दिन तो बाद कोई बंदा बीमार नहीं हुआ कोविड नहीं हुआ उत्थे अच्छा जी हाँ हाँ ये जिन्हीं इंडस्ट्रीज दे विच आपां गए हैं ठीक है वेरी गुड डेटा होर थोड़ा जिहा इकट्ठा हो जाए जांदा ते आपां जनतक करांगे उन्होंने ना इंडस्ट्रीज ते उन्होंने मालकां नूं लियावांगे तुहाडे वाइस चैनल वेरी नाइस सो नाइस ऑफ यू डॉक्टर साहब तुसीं इन्नी कम्युनिटी दे विच अवेयरनेस क्रिएट कर रहे हैं तुहाडे वर्गे तां ही मैं तो यह कहना हूं जी असी वी आर सो फॉर्चुनेट एंड ब्लैसड के सानू तुहाडे वर्गियां शख्सियतां मिलियां होईयां कि ऑलवेज एक माड़ी जी कॉल दे उत्ते लाली इन्हां नूं भी जदों तैनू कॉल कीता दलजीत भाई भाजी भाई आओ आपां बैठीए ते यही चीज़ डॉक्टर साहब उन्होंने कहिंदे गल्ले कोई नहीं जी जी राइट भाई आपां देखो उन्होंने भी इंडस्ट्रीज़ के उत्ते जाके डेमोज दित्तियां सारा कुछ कीता भी उहदे नाल किन्नियां लाइफ जिहड़ियां किन्नियां गईयां राइट हां जी और मैनू मैनू संदीप भाजी इह लग रिहा कि लोगों को कितना फायदा मिल रहा इंटरव्यू आ हूँ तो सुन रहे हैं इस तो बाद अगे भी कितने शेयर होणगियां जां वीडियो बिल्कुल जी कल फिर टैलीकास्ट होनी है सवेरे हाँ जी जी 10 बजे फिर लोगों को इस चीज़ का फायदा होएगा कि एक्सपीरियंस के थ्रू डॉक्टर साहब बोल रहे हैं तो लोग जरूर तुहानू यह गुजारिश है कि तुम ये सुनो भी तो अगे भी लोगों तक पहुँचाओ क्योंकि ये लोगों का भला हो सकता है बिल्कुल जी डॉक्टर साहब दूसरे नंबर दे उत्ते काढ़ा जिहड़ा तुसी काढ़ा बनाओ हाँ जी ओदी थोड़ी जिहा इनग्रीडियंट भी दस देने आ हाँ जी हुण इहनू टू प्रोंग स्ट्रैटेजी आपां कह सकदे आ भी दोवां पासियां तों फायदा लैणा ठीक है जी वैसे ते मल्टी प्रोंग दे पर आपां दो चीज़ां ही जे डिस्कस करनियां एक स्टीम दी गल करनी है हाँ जी और दूसरी आपां जिहड़ी आ तुसी कनकॉक्शन दी जां काढ़े दी गल कीती आ हाँ जी ओह भी देखो आयुर्वेदिक दा इक बड़ा मन्निया परमन्निया फार्मूला बाहर आया वा ठीक है जी और तकरीबन हर एक नूं पता है पर कोई उनू प्रैक्टिस च नहीं लिया जी हुण देखो मौसम शुरू हो जाना गर्मियों च थोड़ा जिहा उनू एक वारी कर दीदा हाँ जी और सर्दियों दे विच उनू दो या तीन वारी जिहड़ा है कर दीदा ठीक है जी लईदा आपां हाँ जी ते उहदे च बड़ा सिंपल आ भई तुसीं जे घर दे विच दो मैंबर ने जिहड़े हसबैंड वाइफ दी मैं एग्जाम्पल देना हुंना हाँ जी हाँ जी तां ओह तीन कप पानी दे पाउण ढाई कप सॉरी ढाई कप पानी दे पाउण ठीक है जी हाँ जी और वह जिस वेले अपना पानी उबलन लग पवे ते उहदे विच छे सत चीज़ां ने जिहड़ियां मेनली लोकी पाउंदे आ जां दसदे आ हाँ जी ठीक है और मैं भी वह प्रैक्टिकली करके देखियां भी एक ते सिंपल जिहड़ी घर दे विच सौंफ है वह पाउणी है मिठी सौंफ मिठी सौंफ कह लो नहीं कोई भी सौंफ हो ठीक है जी जड़ी एक मतलब, हाँ जी ठीक है हाँ जी ईवन जड़ी आ मतलब आम अवेलेबल आ इंडियन सौंफ आपां जड़ी मोटी किस्म दी हाँ सौंफ है हाँ वो ठीक है ठीक है हाँ जी एक ते ना थोड़ी जी ग्रीन जी ते बड़ी छोटी छोटी हाँ जी हाँ जी वो पहाड़ी सौंफ कहते हैं जी साडे हाँ जी हाँ जी हां ते आपां दूसरी सौंफ लेनी हाँ जी मिठी सौंफ हाँ जी हाँ जी ते वो सौंफ पा दरड़ फरड़ करके ते एक चम्मच ओदे च पा देनी ठीक है दो कप ढाई कप दो चम्मच पा देनी ठीक है जी मीडियम साइज दे चम्मच ठीक है इसे तरह ही आपां कोई एक अपनी जिहड़ी समझ लो इंच क लंबी ते 1 mm दी जिहड़ी ओ हुंदी ना गुल्ली जी हां जी मलठी दी हां जी मलठी दी हां जी ओनू ओनू कुट लेना ठीक है जी ओनू विच पा देना ओदे ठीक है जी और चम्मच दा चौथा हिस्सा अजवाइन पा देनी है ठीक है जी ये कट पाउणी है हां जी क्वार्टर हां जी ये कट पाउणी है ठीक है जी ते तीन चीजां हो गईयां जी हां जी चौथी चीज आपां पाउणी आ इहनां तों बाद तुलसी दे 10 पत्ते जां पाउडर मिल जांदा हां जी हां जी हां जी तुलसी जे ताजी होवे घर च गमले च लगी ते बहुत ही वधिया 8-10 पत्ते उह पा देने ठीक है जी पुदीने दे पत्ते 8-10 पा देने आ ठीक है छोटे छोटे कट के जी हां जी फिर आउंदा है जिहड़ा मोस्ट इंपॉर्टेंट इनग्रेडिएंट इहदे विच जिंजर अदरक हाँ जी हाँ जी घरां च आपां अचार पाउंदे आ ना हाँ जी हाँ जी ते अचार दी फाड़ी दा साइज़ तकरीबन चीची क जिद्दां हुंदी आ लंबी हाँ जी ओह 4 फाड़ियां दे बराबर जिंजर दी गंढी जिहड़ी आ कुट के हाँ जी
ਛਿਲ ਕੇ ਤੇ ਉਹ ਭਾਵੇਂ ਗਰੇਟਿੰਗ ਕਰਕੇ ਆ ਜਿਹੜੀ ਉਹਦੇ ਨਾਲ ਗਰੇਟ ਕਰਕੇ ਛੋਟੀ ਛੋਟੀ ਕਰਕੇ ਤੇ ਉਹ ਵਿੱਚ ਪਾ ਦੇਣੀ ਹੈ ਨਾ। ਬਿੱਲੀ ਕਸ਼ ਵੀ ਕਹਿ ਦਿੰਦੇ ਆਪਾਂ, ਕੱਦਾ ਕਸ਼ ਵੀ, ਕੱਦੂ ਕਸ਼ ਵੀ ਕਹਿ ਦਿੰਦੇ ਆ, ਉਹ ਕਰਕੇ ਤੇ ਉਹਦੇ ਵਿੱਚ ਪਾ ਦੇਣੀ ਹੈ। ਔਰ ਚਾਰ ਕਾਲੀਆਂ ਮਿਰਚਾਂ ਦਰੜ ਫਰੜ ਕਰਕੇ ਪਾ ਦੇਣੀਆਂ। ਠੀਕ ਹੈ ਜੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਉਬਲਣ ਦੇਣਾ ਮੱਠੀ ਮੱਠੀ ਅੱਗ ਤੇ ਜੀ, ਤੇ ਦੋ ਕੁ ਕੱਪ ਜਿਸ ਵੇਲੇ ਰਹਿ ਜਾਏ ਹਾਂਜੀ, ਤੇ ਸਵਾਦ ਮੁਤਾਬਕ ਤੁਸੀਂ ਉਹਦੇ ਵਿੱਚ ਸ਼ਹਿਦ ਪਾ ਕੇ, ਜਿਹੜਾ ਮਾਖੀ ਉਹਦਾ ਸ਼ਹਿਦ ਆ ਓਰੀਜਨਲ ਮੱਖੀਆਂ ਦਾ, ਠੀਕ ਹੈ, ਸਵਾਦ ਮੁਤਾਬਕ। ਜੇ ਡਾਇਬਟੀਜ਼ ਹੈ ਤੇ ਭਾਵੇਂ ਫਿੱਕੀ ਪੀ ਲਓ ਜੀ ਜੀ, ਤੇ ਜੇ ਤੁਹਾਨੂੰ ਨਹੀਂ, ਈਵਨ ਡਾਇਬਟਿਕ ਵੀ ਸ਼ਹਿਦ ਤੇ ਪਾ ਹੀ ਸਕਦੇ, ਠੀਕ ਹੈ, ਕਿਉਂਕਿ ਸ਼ਹਿਦ ਦਾ ਇੱਕ ਆਪਣਾ ਇਹ ਗਲੂਕੋਜ਼ ਨੂੰ ਬਹੁਤਾ ਮਤਲਬ ਇਹਦਾ ਗਲਾਈਸ, ਡਾਕਟਰ ਸਾਹਿਬ ਇਹ ਫਰਕ ਹੈਗਾ ਜਿਹੜਾ ਡਾਇਬਟੀਜ਼ ਵਾਲਾ, ਬਈ ਸ਼ਾਇਦ ਜੇ ਲੈ ਲਵੇ ਇਹਦੇ ਨਾਲ ਕੋਈ ਦੂਸਰੀ ਸ਼ੂਗਰ ਨਾਲ, ਇਹਦੀ ਕੋਈ ਕੈਮੀਕਲ ਕਨਫੀਗਰੇਸ਼ਨ ਅਲੱਗ ਹੈਗੀ ਆ? ਹਾਂਜੀ। ਅੱਛਾ, ਉਹਦਾ ਰੀਜ਼ਨ ਹੈ ਜੀ ਕਿ ਇਹ ਆਪਣਾ ਜਿਹੜੀ ਹੈਗੀ ਆ ਨਾ ਮੱਖੀ, ਹਾਂਜੀ, ਮਧੂ ਮੱਖੀ, ਹਾਂਜੀ, ਉਹਦੇ ਰਾਹੀਂ ਚੂਸ ਕੇ ਤੇ ਉਹਦੇ ਮੂੰਹ ਦੇ ਵਿੱਚ ਰਹਿੰਦਾ ਹੈ ਕੁਛ ਚਿਰ, ਠੀਕ ਹੈ ਜੀ, ਫਿਰ ਉਹ ਛੱਤੇ ਚ ਲਿਆ ਕੇ ਉਹਨੂੰ ਛੱਡਦੀ ਆ ਜੀ। ਇਸ ਦੇ ਦੌਰਾਨ ਇਹ ਬੜਾ ਕੰਪਲੈਕਸ ਮਿਕਸਚਰ ਬਣ ਜਾਂਦਾ ਹੈ। ਅੱਛਾ ਜੀ। ਤੇ ਆਮ ਖੰਡ ਜਿਹੜੀ ਆ ਜਿਸ ਵੇਲੇ ਖਾਂਦੇ ਹੋ ਫਟ ਟੁੱਟ ਕੇ ਗਲੂਕੋਜ਼ ਬਣ ਜਾਂਦੀ ਹੈ। ਅੱਛਾ ਜੀ, ਠੀਕ ਹੈ। ਤੇ ਫਰੂਟਸ ਦੇ ਵਿੱਚ ਜਿਹੜੀ ਸ਼ੂਗਰ ਆ, ਹਾਂਜੀ, ਤੇ ਜਾਂ ਇਹ ਮਾਖੀਆਂ ਦੇ ਸ਼ਹਿਦ ਵਿੱਚ ਸ਼ੂਗਰ, ਇਹ ਹੌਲੀ ਹੌਲੀ ਰਿਲੀਜ਼ ਹੁੰਦੀ ਹੈ ਗਲੂਕੋਜ਼ ਦੇ ਵਿੱਚ। ਅੱਛਾ ਜੀ, ਹਾਂ ਹਾਂ। ਤੇ ਡਾਇਬਟੀਜ਼ ਕੀ ਹੈ ਵੀ ਇੱਕਦਮ ਪੀਕ ਨਹੀਂ ਬਣਨੀ ਚਾਹੀਦੀ ਗਲੂਕੋਜ਼ ਦੀ, ਵੈਸੇ ਬੋਡੀ ਡਾਈਜੈਸਟ ਕਰ ਲੈਂਦੀ ਹੈ, ਮਸਲ ਤੁਹਾਨੂੰ ਖਾ ਜਾਂਦੇ ਆ, ਗਲੂਕੋਜ਼ ਤੋਂ ਬਿਨਾਂ ਸਾਡਾ ਸਰੀਰ ਚੱਲ ਨਹੀਂ ਸਕਦਾ। ਜੋ ਅਸੀਂ ਖਾਂਦੇ ਹਾਂ, ਸਟਾਰਚ ਖਾਂਦੇ ਹਾਂ, ਕਾਰਬੋਹਾਈਡਰੇਟ ਖਾਂਦੇ ਹਾਂ, ਪ੍ਰੋਟੀਨ ਖਾਂਦੇ ਹਾਂ, ਅਲਟੀਮੇਟਲੀ ਇਹ ਸਾਰੀਆਂ ਚੀਜ਼ਾਂ ਬਰਨ ਕਰਨ ਲਈ ਇਹਨਾਂ ਨੂੰ ਸਰੀਰ ਦੇ ਅੰਦਰ ਭੱਠੀ ਲੱਗੀ, ਸਾਡੇ ਹਰ ਇੱਕ ਸੈੱਲ ਦੇ ਅੰਦਰ, ਜਿਹਨੂੰ ਮਾਈਟੋਕੋਂਡਰੀਆ ਕਹਿੰਦੇ ਨੇ, ਉਹਦੇ ਅੰਦਰ ਗਲੂਕੋਜ਼ ਹੀ ਬਲਦਾ ਹੈ ਜਿਹੜਾ ਏਡੀਪੀ ਨਾਂ ਦੀ ਐਨਰਜੀ ਰਿਲੀਜ਼ ਕਰਦਾ ਹੈ। ਸੋ ਇਸ ਕਰਕੇ ਸ਼ਹਿਦ ਦਾ ਮਿੱਠਾ ਜਿਹੜਾ ਉਹ ਕੋਈ ਬਹੁਤਾ ਡੇਂਜਰਸ ਨਹੀਂ ਹੈ। ਠੀਕ ਹੈ ਜੀ, ਠੀਕ ਹੈ। ਨਹੀਂ ਤੇ ਤੁਸੀਂ ਅਵਾਇਡ ਕਰ ਲਓ, ਠੀਕ ਹੈ। ਕਈ ਵਾਰੀ ਮਿੱਥ ਹੁੰਦੀ ਹੈ ਪਰ ਸਾਇੰਟੀਫਿਕਲੀ ਇਟ ਇਜ਼ ਅ ਵੈਰੀ ਸਲੋਲੀ ਰਿਲੀਜ਼ਡ ਐਂਡ ਯੂ ਕੈਨ ਈਟ ਇਟ, ਨੋ ਪ੍ਰੋਬਲਮ। ਸੋ ਇਹ ਜਿਹੜਾ ਕਾੜਾ ਹੈ ਨਾ ਜੀ, ਹਾਂਜੀ, ਅਸੀਂ ਤਿੰਨ ਦਿਨ ਹੁਣ ਸਰਦੀਆਂ ਸ਼ੁਰੂ ਹੋ ਜਾਣੀਆਂ, ਅਸੀਂ ਤਿੰਨ ਦਿਨ ਇਹਨੂੰ ਜਾਰੀ ਰੱਖੀਏ, ਗਰਮੀਆਂ 'ਚ ਇਹਨੂੰ ਇੱਕ ਵੇਲੇ ਕਰ ਦਿਓ, ਠੀਕ ਹੈ ਜੀ। ਜੇ ਕਿਸੇ ਨੂੰ ਨਹੀਂ ਸੂਟ ਕਰਦਾ ਤੇ ਉਹ ਭਾਵੇਂ ਹਫਤੇ 'ਚ ਇੱਕ ਵਾਰੀ ਪੀ ਲਵੇ, ਇਟਸ ਅ ਵੈਰੀ ਗੁੱਡ ਇਮਿਊਨੋ ਬੂਸਟਰ, ਔਰ ਤੁਹਾਡੀ ਇਮਿਊਨਿਟੀ ਨੂੰ ਬਰਕਰਾਰ ਰੱਖਦਾ ਵਾ, ਠੀਕ ਹੈ ਜੀ। ਔਰ ਤੁਹਾਨੂੰ ਮਤਲਬ ਜਿਹੜਾ ਹੈਗਾ ਹੈ ਗਲੇ ਦੀਆਂ ਬਿਮਾਰੀਆਂ, ਸਟਮਕ ਦੀਆਂ ਬਿਮਾਰੀਆਂ, ਬਲੱਡ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਚੀਜ਼ ਹੈ ਇਨਫੈਕਸ਼ਨ, ਉਹਨਾਂ ਨੂੰ ਹੋਣ ਤੋਂ, ਕਿਉਂਕਿ ਇਮਿਊਨ ਸਿਸਟਮ ਨੂੰ ਇਹਨੇ ਮਤਲਬ ਜਿਹੜਾ ਨਾ ਬੂਸਟ ਕਰਨਾ ਜੀ, ਜੀ, ਬੇਸਿਕਲੀ ਇਮਿਊਨੋ ਮੋਡੂਲੇਟਰ ਵੀ ਕਾਲ ਦਿਸ, ਮੋਡੂਲੇਟ ਕਰਦਾ ਇਮਿਊਨ ਸਿਸਟਮ ਨੂੰ ਪੋਜ਼ਿਟਿਵ ਸਾਈਡ ਨੂੰ ਜੀ। ਸੋ ਤੇ ਤੀਸਰੀ ਚੀਜ਼ ਜਿਹੜੀ ਕਿ ਇਹਦੇ ਨਾਲ ਹੀ ਰਿਲੇਟਡ ਆ, ਹਾਂਜੀ, ਅਸੀਂ ਭੋਜਨ ਘਰ ਦਾ ਖਾਈਏ ਜੀ, ਠੀਕ ਹੈ, ਫਰੈਸ਼ ਖਾਈਏ ਜੀ, ਵੈਜੀਟੇਬਲਸ ਦਾ ਇਸਤੇਮਾਲ ਜ਼ਿਆਦਾ ਕਰੀਏ ਫਰੈਸ਼ ਦਾ ਜੀ, ਜਿਹੜੀਆਂ ਬਹੁਤੀਆਂ ਬਹੀਆਂ ਸਬਜ਼ੀਆਂ ਜਾਂ ਜਿਹੜੀਆਂ ਪ੍ਰਿਜ਼ਰਵਡ ਨੇ, ਜਿਸ ਤਰ੍ਹਾਂ ਕਈ ਵੀਰ ਉਹ ਲੈ ਆਉਂਦੇ ਉੱਥੋਂ ਸਬਜ਼ੀਆਂ ਜਿਹੜੀਆਂ ਹੈਗੀਆਂ ਕੈਂਡ, ਹਾਂਜੀ, ਜਾਂ ਫਰੋਜ਼ਨ, ਹਾਂਜੀ, ਉਹ ਜਿਹੜੀਆਂ ਡੈੱਡ ਸਬਜ਼ੀਆਂ ਉਹਨਾਂ ਦਾ ਕੋਈ ਇੰਨਾ ਫਾਇਦਾ ਨਹੀਂ ਸਰੀਰ। ਅੱਛਾ ਜੀ। ਤੇ ਤੀਸਰੇ ਅਸੀਂ ਫਰੂਟਸ ਖਾਈਏ, ਹਾਂਜੀ, ਉਹ ਵੀ ਦੇ ਆਰ ਗੁੱਡ ਇਮਿਊਨੋ ਬੂਸਟਰਸ, ਹਾਂਜੀ ਹਾਂਜੀ ਹਾਂਜੀ, ਜਿਹੜੇ ਡਾਇਬੀਟਿਕਸ ਨੇ ਉਹ ਫਰੂਟ ਦੀ ਸਿਲੈਕਸ਼ਨ ਕਰ ਸਕਦੇ ਆ, ਠੀਕ ਹੈ, ਉਹ ਬਹੁਤੇ ਮਿੱਠੇ ਫਰੂਟ ਨਾ ਖਾਣ, ਪਰ ਮੈਂ ਅੱਗੇ ਦੱਸਿਆ ਵੀ ਜੇ ਸਵਾਦ ਲਈ ਈਵਨ ਉਹ ਮਿੱਠਾ ਵੀ ਫਰੂਟ ਖਾ ਲੈਣ, ਥੋੜ੍ਹੀ ਮਾਤਰਾ 'ਚ ਖਾ ਲੈਣ, ਤੇ ਕੋਈ ਨੁਕਸਾਨ ਨਹੀਂ ਉਹਦਾ, ਕਿਉਂਕਿ ਉਹਦੀ ਸ਼ੂਗਰ ਇੱਕਦਮ ਰਿਲੀਜ਼ ਹੋਣੀ, ਠੀਕ ਹੈ ਜੀ, ਠੀਕ ਹੈ, ਪੇਟ ਭਰ ਕੇ ਨਾ ਖਾਣ, ਠੀਕ ਹੈ, ਭੁੱਖ ਰੱਖ ਕੇ ਖਾਣ ਜੀ। ਸੋ ਜੇ ਸਾਨੂੰ ਪੇਟ ਦੀ ਇਨਫੈਕਸ਼ਨ ਨਾ ਹੋਵੇ, ਗਲੇ ਦੀ ਇਨਫੈਕਸ਼ਨ ਨਾ ਹੋਵੇ, ਨੋਰਮਲ ਫਲੂ ਨਾ ਹੋਵੇ ਜੀ, ਤੇ 95% ਚਾਂਸਿਸ ਆ ਕਿ ਕੋਵਿਡ ਜੇ ਸਾਨੂੰ ਅਵਲ ਤੇ ਹੋਏਗਾ ਨਹੀਂ, ਹਾਂਜੀ, ਜੇ ਹੋ ਵੀ ਜਾਵੇ ਤੇ ਅਸੀਂ ਆਰਾਮ ਦੇ ਨਾਲ ਉਹਦੇ ਵਿੱਚੋਂ ਗੁਰੂ ਦੀ ਮਿਹਰ ਦੇ ਨਾਲ ਜਿਹੜੀ ਰਾਮਕਾਰ ਹੈ ਸਾਨੂੰ ਕੱਢ ਲਿਆਏਗੀ, ਕਿਉਂਕਿ ਵੇਖੋ 80% ਲੋਕ ਬਿਨਾਂ ਪ੍ਰੀਕੋਸ਼ਨ ਤੋਂ ਠੀਕ ਹੋ ਰਹੇ, ਹਾਂਜੀ ਹਾਂਜੀ ਹਾਂਜੀ, ਹੋ ਰਹੇ ਆ, ਹੋ ਰਹੇ ਆ, ਬਿਨਾਂ ਪ੍ਰੀਕੋਸ਼ਨ ਤੋਂ ਠੀਕ ਹੋ ਰਹੇ ਨਾ, 90 ਮੋਰ ਦੈਨ, ਮੇਰਾ ਖਿਆਲ 90% ਸਾਡਾ ਜਿਹੜਾ 93-94% ਜਿਹੜਾ ਰਿਕਵਰੀ ਰੇਟ ਆ, ਹਾਂਜੀ, ਉਹ ਇਸੇ ਗੱਲ ਕਰਕੇ ਆ। ਪਰ ਨਾਲ ਦੀ ਨਾਲ ਆਹ ਜਿਹੜੀ ਚੀਜ਼ ਆ, ਇਹ ਕਿਸੇ ਨਾ ਕਿਸੇ ਦੀ ਜਿਹੜੀ ਇਮਿਊਨਿਟੀ ਕੰਪਰੋਮਾਈਜ਼ ਹੋਈ ਹੋਈ ਆ, ਉਹਦੇ ਲਈ ਇਹ ਬੂਸਟਰ ਆ, ਉਹਦਾ ਸੁਣ ਲਓ ਕਿਵੇਂ ਕੰਪਰੋਮਾਈਜ਼ ਹੋਈ ਆ। ਹਾਂਜੀ ਹਾਂਜੀ, ਡਾਕਟਰ ਸਾਹਿਬ ਇੱਕ ਕਾਲ ਆ, ਹਾਂਜੀ ਕਾਲ ਲੈ ਲਈਏ ਇੱਕ, ਹਾਂਜੀ ਪਲੀਜ਼ ਜੀ, ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਮੈਂ ਯੁਧਵੀਰ ਜਸਵਾਲ ਬੋਲ ਰਿਹਾ ਜੀ। ਹਾਂਜੀ ਯੁਧਵੀਰ ਜੀ, ਹਾਂਜੀ ਹਾਂਜੀ, ਤੁਹਾਡਾ ਧੰਨਵਾਦ, ਸੋਰੀ ਜੀ, ਤੁਹਾਨੂੰ ਵੀ ਅਸੀਂ ਤਾਂ ਤਕਰੀਬਨ 20 ਮਿੰਟ ਹੋਲਡ ਤੇ ਪਾ ਰੱਖਿਆ। ਹਾਂਜੀ ਸੋਰੀ ਜੀ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਮੈਂ ਦੋ ਤਿੰਨ ਚੀਜ਼ਾਂ ਸੀਗੀਆਂ, ਇੱਕ ਤੇ ਮੈਂ
डॉक्टर सुखदेव सिंह जी का बहुत हाथ जोड़ के महाराज जी सत्श्रीकाल सत्श्रीकाल जी सत्श्रीकाल तुहाडे दर्शन कर रहे हैं जी तुहाडी गल्लां सुन रहे हैं और संगा साहब जिस तरह दस रहे हैं कि दर्शन तो कर ही रहे हैं इन्निया वधिया गल्लां तुसीं दस रहे हो मैनूं बहुत बहुत कदे भी दूसरे प्रोग्राम च कॉल नहीं करदा पर डॉक्टर साहब मेरे को अज रहा नहीं गया मैं वाहेगुरु जी और हाजिर हैं एक एक सवाल भी है मेरा वैसे बाकी सारिया गल्लां तो मैं सुन ही रहा तुहाडे कोलों जिदा बाकी चीजा के इंडीकेटर होंगे है ठीक है तो वह दस देंगे तुम्हें चैक करके कि इन्ना बॉडी टेंपरेचर है इन्ना ब्लड प्रेशर है इन्ना डायबिटीज वास्ते नंबर हर चीज का नंबर बनया हुआ ईवन कोलेस्ट्रॉल का हर चीज का नंबर है ये जी इम्यूनिटी होंगी है कोई साइंस ने कोई ऐसी चीज नहीं कभी कि तुम्हारी इम्यूनिटी का लेवल दसया जाए कोई 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 डिवाइस हो सिंपल जो आप डॉक्टर कई बार सारे कहते ब्लड वर्क कराओ तो टीएलसी नाम टेस्ट पाया हुआ टोटल ल्यूकोसाइट काउंट एक तो पैरामीटर है बड़ा तगड़ा भी किन्नी गिनती है साढ़े सैलां की पांच तो दस हजार पर माइक्रोलीटर जिहड़े सैल जां नॉर्मल मने गए हैं उस तो उपर चले जाण ते सानू कोई ना कोई बॉडी च इनफेक्शन हुंदी आ ते जे बहुते थले चले जाण पांच तो होर ठान चले जाण ते फिर समझ लो कि साडी इम्यूनिटी डाउन है ठीक है जी एक तो पैरामीटर यह है दूसरा पैरामीटर इसका यह है कि डिफरेंशियल ल्यूकोसाइट काउंट डी एल सी कहते हैं ठीक है डिफरेंशियल ल्यूकोसाइट काउंट की है कि ये कोई चार पांच किस्म ने सैलां दियां चिट्टियां दियां जिन्हां कुदरत ने वक्रे वक्रे फंक्शन असाइन किए आ किसी किसी बैक्टीरिया मारन का किसी कुछ मारन का किसी कुछ मारन का किसी किसी ढंग अटैक करन का है वह पंजे चारे टी एल सी पता लगते डिफरेंशियल ल्यूकोसाइट काउंट्स के किन्ने यूसिनोफिल है किन्ने बेसोफिल है किन्ने ल्यूकोसाइट है किन्ने लिम्फोसाइट है डी एल सी कहते हैं एक पैरामीटर है तीसरा पैरामीटर आ एन के एक्टिविटी अज असी डिस्कस की है ये खास हालतों के मतलब जी ना वर्कआउट की जाती है खास करके जिन्हें मरीजा कैंसर हो जाए उन्होंने एन के एक्टिविटी पहला डाउन जाती है तो पता लग जाता कि इन्होंने अंदर कुछ ना कुछ गड़बड़िया बहुत अर्ली स्टेज के दस दें भी इस अंदर कैंसर जिहड़ा ना मुढ़ली स्टेज दे विच आ गया है जां कोई रसौली आ गई है जां कुछ इस तरह की चीज़ आ गई है सो इस तरह करके ना बड़ी लंबी लिस्ट है अजकल और वो जिहड़ी है उहदे नाल बहुत अच्छा प्रोगनोसिस हो रहा है प्रोगनोसिस का मतलब है कि डिजीज नूं होण तों वापरन तों पहला ही चैक कर लेना जिस तरह तुसीं आम टैस्ट सुनिया होगा पीएसए हाँ जी प्रोस्टेट ग्लैंड का जिहड़ा है हाँ जी प्रोस्टेट स्पैसिफिक एंटीजन पीएसए कहिंदे उहनूं सो इस तरह ना यह कोई 15-20 पैरामीटर्स ने जिहड़े इम्यूनिटी के वख वख अंगा नूं दर्शाउंदे ने ते डॉक्टर्स नूं पता हुंदा कि कि हालत विच किहड़े पैरामीटर्स वर्कआउट करने हुण मेरे केस दे विच यह सारियां एक्टिविटीज जिहड़ियां सन पीक ते सन नॉर्मल सन ईवन वैन वाई एन आई वैन आई वाज सिक और उही कारण बनिया गुरु की मेहर हुई कि आई केम आउट आफ्टर 14 डेज आउट ऑफ द होल दिस स्ट्रगल दर्शन करके और गल सुन के मैं बस हाथ ही जोड़ सकता अगे बहुत शुक्रिया मेहरबानी समा नहीं लवांगा बिलकुल जी थैंक यू सो मच जी थैंक यू जी थैंक यू जी नेक्स्ट कॉल जी तुहाडा स्वागत है जी हेलो हेलो हाँ जी पिछो टीवी हौली करोगे जी प्लीज हेलो हाँ जी पिछो टीवी बंद करोगे जी आवाज सुन रही तुहाडे टीवी दी सानू हेलो हाँ जी तुसी टीवी बंद कर सकते जी पिछो हेलो हाँ जी थैंक यू जी थैंक यू जी हाँ जी कैरी ऑन हाँ जी हेलो सत श्री अकाल जी सत श्री अकाल जी मेरा नाम महेंद्र सिंह है जी हाँ जी महेंद्र सिंह जी हाँ जी मैं 86 ईयर ओल्ड हां ठीक है जी जो कुछ डॉक्टर साहब ने दसिया इन्ना लाभदायक है इन्ना बेनिफिशियल है थैंक यू के जी करदा पे सारी रात सुनी जाइए थैंक यू जी साडा तो आप नहीं जी 3 घंटे हो गए बैठे नु अजे भी इदा लगदा वे जे तो होणा ही बैठे हुंदे आ हां जी
ਬੜਾ ਜੀ ਕਰਦਾ ਵੀ ਚੱਲਦੇ ਰਹਿਣ ਚੱਲਦੇ ਰਹਿਣ ਚੱਲਦੇ ਰਹਿਣ। ਹਾਂਜੀ, ਤੇ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਜੋ ਕੁਛ ਦੱਸ ਰਹੇ ਆ ਇਹ ਇੱਕ ਬਹੁਤ ਜ਼ਿਆਦਾ ਲਾਭਦਾਇਕ ਚੀਜ਼ ਆ ਔਰ ਸਾਰਿਆਂ ਨੂੰ ਸੁਣਨਾ ਚਾਹੀਦਾ ਔਰ ਅਮਲ ਕਰਨਾ ਚਾਹੀਦਾ ਇਹਦੇ ਉੱਤੇ। ਥੈਂਕ ਯੂ ਜੀ, ਥੈਂਕ ਯੂ ਸੋ ਨਾਈਸ ਆਫ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਓਕੇ, ਤਾਂ ਤੁਸੀਂ ਵੀ ਜਿਸ ਤਰ੍ਹਾਂ ਸਾਰਾ ਪ੍ਰੈਜ਼ੈਂਟ ਕਰ ਰਹੇ ਹੋ ਦਿਸ ਵੈਰੀ ਗੁੱਡ। ਥੈਂਕ ਯੂ ਜੀ, ਥੈਂਕ ਯੂ ਜੀ, ਵਧਾਈਆਂ ਤੁਹਾਨੂੰ ਬਹੁਤ ਸਾਰੀਆਂ। ਥੈਂਕ ਯੂ ਜੀ, ਥੈਂਕ ਯੂ ਜੀ। ਤੁਸੀਂ ਸਾਡੇ ਜ਼ਿਲ੍ਹੇ ਦੇ ਵੀ ਬੰਦੇ ਹੋ, ਸਾਡੇ ਬਹੁਤ ਸਾਰਾ ਬੜੀ ਖੁਸ਼ੀ ਦੀ ਗੱਲ ਹੈ। ਮੈਂ ਤਾਂ ਇੰਗਲੈਂਡ ਰਿਹਾ ਨੀਅਰਲੀ 50 ਈਅਰਸ। ਠੀਕ ਹੈ ਜੀ, ਥੋੜ੍ਹਾ ਜਿਹਾ ਹੀ ਹੋਇਆ ਇੱਥੇ ਆਏ ਨੂੰ। ਠੀਕ ਹੈ ਜੀ, ਤੇ ਜੋ ਕੁਛ ਸੁਣਿਆ ਇਹਨਾਂ ਕੋਲੋਂ, ਇਹ ਜਦ ਵੀਰ ਹੋਣੀ ਤੁਸੀਂ ਸਾਰੇ ਰੱਖ ਕੇ ਜੋ ਕੁਛ ਕਰ ਰਹੇ ਹੋ ਬੜੇ ਸ਼ਲਾਘਾਯੋਗ ਆ। ਥੈਂਕ ਯੂ ਜੀ, ਤੇ ਤੁਹਾਡੇ ਬਹੁਤ ਸਾਰੀ ਕਿਰਪਾ ਆ ਕਿ ਤੁਸੀਂ ਸਾਰੀ ਪਬਲਿਕ ਨੂੰ ਅਗਾਹ ਕਰ ਰਹੇ ਹੋ, ਦੱਸ ਰਹੇ ਹੋ ਸਾਰਾ ਕੁਛ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਔਰ ਤੁਸੀਂ ਸੁਣਦੇ ਰਿਹਾ ਕਰੋ ਜੀ, ਫੀਡਬੈਕ ਦਿੰਦੇ ਰਿਹਾ ਕਰੋ ਸਾਨੂੰ ਜ਼ਰੂਰ। ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਦਲਜੀਤ ਸਿੰਘ ਜੀ ਔਰ ਜੋਧਵੀਰ ਹੋਣੀ ਵੀ ਬੜੀ ਵਧੀਆ। ਹਾਂਜੀ, ਉਹ ਥੋੜ੍ਹਾ ਜਿਹਾ ਮਿਸ ਕਰ ਗਏ ਸੀ ਵਿੱਚੋਂ, ਜਿਵੇਂ ਡਾਕਟਰ ਸਾਹਿਬ ਹੋਣੀ ਦੁਆਰਾ ਬਰੀਫ ਦੇ ਵਿੱਚ, ਔਰ ਸਾਡੇ ਕਾਲਰਸ ਜਿਹੜੇ ਆਏ ਵੀ ਇਸ ਚੀਜ਼ ਨੂੰ ਅਕਨੋਲਜ ਕਰ ਰਹੇ ਆ। ਇਹੀ ਸਾਡਾ ਮੇਨ ਅੱਜ ਦਲਜੀਤ ਪ੍ਰੋਗਰਾਮ ਦਾ ਸਾਡਾ ਏਜੰਡਾ ਸੀਗਾ ਜੀ, ਬਈ ਅਵੇਅਰਨੈਸ ਜਿਹੜੀ ਆ, ਅਵੇਅਰਨੈਸ ਇਜ਼ ਦਾ ਕੀ। ਮੈਂ ਤਾਂ ਕਹਿੰਦਾ ਹਰ ਚੀਜ਼ ਦੇ ਵਿੱਚ ਜਿਹੜੀ ਆ, ਕਿਸੇ ਵੀ ਚੀਜ਼ ਦੇ ਵਿੱਚ, ਅਸੀਂ ਕੈਨੇਡਾ ਦੇ ਵਿੱਚ ਆਏ, ਸਾਨੂੰ ਕਿਸੇ ਚੀਜ਼ ਦੀ ਅਵੇਅਰਨੈਸ ਨਹੀਂ ਸੀ, ਕਿਉਂਕਿ ਅਸੀਂ ਇੰਡੀਆ ਸਿੱਖ ਕੇ। ਹਾਂਜੀ, ਹੌਲੀ 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 ਕਿਵੇਂ ਰੋਡ ਦੇ ਉੱਤੇ ਤੁਰਨਾ ਹੈ, ਕਿਵੇਂ ਗੱਡੀ ਚਲਾਉਣੀ ਆ, ਹਰ ਚੀਜ਼ ਦੀ ਜਿਹੜੀ ਅਵੇਅਰਨੈਸ ਆ ਗੱਡੀ ਦੇ ਉੱਤੇ ਕਿਹੜੇ ਪਾਸੇ ਧਿਆਨ ਰੱਖਣਾ, ਉਸ ਦੇ ਡਰਾਈਵਿੰਗ ਇੰਸਟ੍ਰਕਟਰ ਤੋਂ ਅਵੇਅਰਨੈਸ ਮਿਲਣੀ ਸ਼ੁਰੂ ਹੋ ਜਾਂਦੀ ਆ ਜਦੋਂ ਅਸੀਂ ਕੈਨੇਡਾ ਦੇ ਵਿੱਚ ਆਉਂਦੇ। ਹਾਂਜੀ, ਰਾਈਟ, ਲਾਸਟ ਕਾਲ ਜੀ, ਤਕਰੀਬਨ ਫਿਰ ਡਾਕਟਰ ਸਾਹਿਬ ਤੋਂ ਵੀ। ਹਾਂਜੀ, ਫਿਰ ਅਸੀਂ ਰੈਪ ਅਪ ਵੀ ਕਰਨਾ ਹੈਗਾ ਜੀ। ਹਾਂਜੀ ਹਾਂਜੀ, ਤੁਹਾਡਾ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੇ ਸੰਦੀਪ ਜੀ, ਮੈਂ ਮੁੜ ਕੇ ਆਈ। ਹਾਂਜੀ ਹਾਂਜੀ ਆਂਟੀ, ਹਾਂਜੀ ਹਾਂਜੀ, ਕੋਈ ਨੀ ਜੀ, ਆਓ। ਹਾਂਜੀ, ਉਹਨਾਂ ਜਿਹੜੇ ਦਸੀਆਂ ਤੋਂ ਆਈਆਂ ਪਈਆਂ ਖਾਣੀ, ਜਿਹੜਾ ਮੈਂ ਅਦਰਕ ਪਾ ਕੇ ਜੇ ਪੀਵਾਂ ਤਾਂ ਮੈਨੂੰ ਗਰਮੀ ਬਹੁਤ ਹੋ ਜਾਂਦੀ, ਇਹਦਾ ਇਹਦਾ ਕੀ ਇਲਾਜ ਹੋਵੇ? ਨੱਕ ਚੋਂ ਖੂਨ ਆਉਣ ਲੱਗ ਜਾਊਗਾ, ਇਹ ਮਿਸ ਕਰ ਦਿਓ ਤੁਸੀਂ, ਜਿੰਜਰ ਮਿਸ ਕਰ ਦਿਓ। ਉਹ ਕਹਿੰਦੇ ਜੀ ਜਿੰਜਰ ਨਾ ਪਾਓ ਫੇ। ਹਾਂਜੀ, ਅੱਛਾ ਅੱਛਾ, ਚਲੋ ਮੈਂ ਵੀ ਇਹੀ ਪੁੱਛਣਾ ਸੀ। ਹਾਂਜੀ, ਮੈਂ ਜੋ ਉਹਦਾ ਵਿਸ਼ਵਾਸ ਪਾਲਵਾ ਨਾ, ਜਿੰਦਰ ਸੋਢੀ ਮੈਨੂੰ ਬਹੁਤ ਗਰਮੀ ਕਰਦੀ। ਹਾਂਜੀ, ਕਈਆਂ ਦੇ ਗਰਮ ਤਸੀਰ ਦੇ ਵਿੱਚ ਸੁਭਾਅ ਹੁੰਦਾ ਜੀ, ਬਹੁਤ ਜ਼ਿਆਦਾ ਸਾਡੇ ਮੇਰਾ ਬਹੁਤ ਤਸੀਰ ਗਰਮ ਹੋ ਜੀ। ਹਾਂਜੀ, ਬਸ ਫੇ ਤਾਂ ਹੀ। ਹਾਂਜੀ, ਤੁਸੀਂ ਮਿਸ ਕਰ ਲਓ ਜੀ, ਉਹ ਕਹਿੰਦੇ ਜਿੰਜਰ। ਠੀਕ ਹੈ ਜੀ, ਠੀਕ ਆ ਠੀਕ ਆ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਿਲਕੁਲ ਜੀ। ਡਾਕਟਰ ਸਾਹਿਬ ਜਿਵੇਂ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਸਾਰੀ ਰਾਤ ਸ਼ੋਅ ਚੱਲੀ ਜਾਵੇ, ਮੈਂ ਵੀ ਜਿਸਲੇ ਘੜੀ ਦੇਖਦਾ ਮੈਂ ਆਲਮੋਸਟ 10:30 ਵੱਜ ਚੱਲੇ, 3 ਘੰਟੇ ਬੈਠਿਆਂ ਨੂੰ ਹੋ ਗਏ ਆ, ਪਰ ਇੰਨਾ ਲੱਗਦਾ ਵੀ ਡਾਕਟਰ ਸਾਹਿਬ ਦੇ ਨਾਲ ਭਾਵੇਂ ਵਾਕਿਆ ਹੀ ਸਾਰੀ ਰਾਤ ਕੱਢ ਲਈਏ, ਕਿਉਂਕਿ ਇਨਫੋਰਮੇਸ਼ਨ ਇੰਨੀ ਵਧੀਆ ਮਿਲ ਰਹੀ ਆ। ਰਾਈਟ ਡਾਕਟਰ ਸਾਹਿਬ, ਸ਼ਾਇਦ ਤੁਹਾਨੂੰ ਚੇਤਾ ਹੋਊਗਾ, ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਯੂਰਪ ਤੋਂ ਕੁਝ ਫੈਮਿਲੀਆਂ ਦਾ ਜ਼ਿਕਰ ਕੀਤਾ ਸੀ। ਆਰ ਦੇ ਇਨ ਗੁੱਡ ਹੈਲਥ? ਜਸਟ ਵਾਂਟ ਟੂ ਮੇਕ ਸ਼ੋਰ। ਹਾਂਜੀ ਬਿਲਕੁਲ ਜੀ, ਬਹੁਤ ਸਾਰੀਆਂ ਫੈਮਿਲੀਆਂ ਜਿਨ੍ਹਾਂ ਨੂੰ ਆਪਾਂ ਮੋਨੀਟਰ ਕਰ ਰਹੇ ਹਾਂ ਗੁਰੂ ਦੀ ਕਿਰਪਾ ਨਾਲ ਨਾ। ਹਾਂਜੀ ਹਾਂਜੀ ਹਾਂਜੀ, ਤੇ ਉਹਨਾਂ ਨੂੰ ਇੱਕੋ ਚੀਜ਼ ਦੱਸੀ ਆ ਵੀ ਸਤਿਗੁਰੂ ਦੀ ਬਾਣੀ ਦੀ ਇੱਕ ਪੰਕਤੀ ਵਸਾ ਲਓ ਮਨ ਚ ਜੀ, ਜਿਹੜੀ ਰਹਿਰਾਜ ਸਾਹਿਬ ਦੇ ਅੰਦਰ ਜਦੋਂ ਆਪਾਂ ਪਾਠ ਕਰਦੇ ਹਾਂ ਨਾ। ਹਾਂਜੀ, ਸਤਿਗੁਰ ਕਹਿੰਦੇ ਨੇ ਵੀ ਜੇ ਕੋਈ ਚੀਜ਼ ਨੂੰ ਖਾਵੇ, ਹਾਂਜੀ, ਤੇ ਖਾ ਕੇ ਪਚਾਵੇ ਨਾ, ਤਾਂ ਉਹਦਾ ਫਾਇਦਾ ਨਹੀਂ ਹੁੰਦਾ, ਉਲਟੀ ਕਰ ਦੇਵੇ। ਹਾਂਜੀ ਹਾਂਜੀ, ਠੀਕ ਹੈ, ਉਹ ਖਾਵੇ ਤੇ ਪਚਾਵੇ ਤੇ ਫੇਰ ਉਹ ਸਰੀਰ ਦਾ ਹਿੱਸਾ ਬਣਨੀ ਆ। ਜੀ ਜੀ ਜੀ, ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਗੱਲਾਂ ਹੈ ਨਾ, ਜੇ ਵੀਰ ਜਿਹੜੇ ਸੁਣ ਰਹੇ ਆ, ਜੇ ਉਹ ਮਨ ਚ ਵਸਾ ਲੈਣਗੇ, ਹਾਂਜੀ ਹਾਂਜੀ, ਉਹਨਾਂ ਫੈਮਿਲੀ ਜਿਹਨੇ ਵਸਾਈਆਂ, ਇਟਲੀ ਵਾਲੀ ਫੈਮਿਲੀ ਨੇ ਵਸਾਈਆਂ, ਇੰਗਲੈਂਡ ਵਾਲੀ ਨੇ, ਆਸਟ੍ਰੇਲੀਆ ਵਾਲੀ ਨੇ, ਮੇਰੇ ਬਹੁਤ ਸਾਰੇ ਸਟੂਡੈਂਟਸ ਨੇ, ਖੈਰ ਹਾਂਜੀ ਹਾਂਜੀ, ਉਹਨਾਂ ਸਾਰਿਆਂ ਨੇ ਵਸਾਈਆਂ ਜੀ, ਤੇ ਉਹਨਾਂ ਨੂੰ ਮੈਂ ਨਾ ਇਹ ਚੀਜ਼ ਕਿਹਾ ਵੀ ਇਹ ਪੰਕਤੀ ਮੈਨੂੰ ਸੁਣਾਓ, ਉਹ ਸਾਰਿਆਂ ਨੂੰ ਯਾਦ ਸੀ, ਉਹ ਤੁਸੀਂ ਵੀ ਸੁਣ ਲਓ। ਹਾਂਜੀ ਹਾਂਜੀ, ਤੇ ਕਿਉਂਕਿ ਆਪਾਂ ਜਦੋਂ ਨਿਤਨੇਮ ਕਰਦੇ ਹਾਂ ਪੰਕਤੀ ਰੋਜ਼ ਆਉਂਦੀ ਆ, ਪਰ ਕਈ ਵਾਰੀ ਅਸੀਂ ਨਾ ਗੌਰ ਨਹੀਂ ਦਿੰਦੇ, ਵੀ ਆਰ ਨਾਟ ਸੈਂਸਿਟਿਵ ਟੂ, ਅਸੀਂ ਸੁਣਦੇ ਵੀ ਘੱਟ ਆ ਨਾ। ਹਾਂਜੀ, ਅਸੀਂ ਗੁਰੂ ਦੀ ਗੱਲ ਤੇ ਬਿਲਕੁਲ ਨਹੀਂ ਨਾ ਸੁਣਦੇ, ਕਹਿੰਦੇ ਇਹਦੀ ਕੋਈ ਗੱਲ ਨਹੀਂ, ਇਹ ਤਾਂ ਪਤਾ ਨਹੀਂ ਗੁਰੂ ਸਾਡਾ ਫਲੈਕਸੀਬਲ ਹੀ ਬੜਾ ਜੀ, ਸਾਡੇ ਵਰਗੇ ਜਿਹੜੇ ਅਸੀਂ ਨਾਸਤਕ ਲੋਕ ਆ, ਉਹਨਾਂ ਦੀ ਵੀ ਤੇ ਵੀ ਉਹ ਕਿਰਪਾ ਇੰਨੀ ਕਰੀ ਜਾਂਦਾ ਵੀ ਗੱਲਾਂ ਛੱਡ ਦੋ। ਹਾਂਜੀ, ਕੈਰੀ ਔਨ। ਹਾਂਜੀ ਡਾਕਟਰ ਸਾਹਿਬ, ਹਾਂਜੀ, ਸਤਿਗੁਰ ਕਹਿੰਦੇ ਆ, ਹਾਂਜੀ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਇਆ, ਪਹਿਲਾਂ ਖਾਵੇ, ਹਾਂਜੀ, ਫਿਰ ਪੁੰਚੇ, ਹਾਂਜੀ, ਪਚਾਵੇ, ਪੁੰਚੇ ਮੈਨੂੰ ਪਚਾਵੇ, ਅਸਿਮੀਲੇਟ ਕਰੇ ਬਾਡੀ ਦੇ ਵਿੱਚ। ਹਾਂਜੀ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ, ਇਹ ਵਸਤ ਜੀ ਨ ਜਾਈ, ਨਿਤ ਨਿਤ ਰੱਖੇ ਉਰਧਾਰੋ ਜੀ। ਉੱਥੇ ਤਾਂ ਬਹੁਤ ਵੱਡੀ ਗੱਲ ਕਹੀ ਨਾ ਸਤਿਗੁਰੂ ਨੇ, ਉੱਥੋਂ ਤੱਕ ਤੇ ਆਪਾਂ ਪਤਾ ਨੀ ਪਹੁੰਚ ਸਕਦੇ ਕਿ ਨਹੀਂ ਜੀ, ਉਹ ਨਾਮ ਦੀ ਗੱਲ ਕਰ ਰਹੇ ਵੀ ਨਾਮ ਦੀ ਸ਼ਕਤੀ
इन्नी ज्यादा है भाई इनू पहला खाओ खाओ का मतलब जपो हाँ जी फिर इनू इनू प्रेम करो पुंचो पचाओ हाँ जी ते फिर तुहाडे शरीर दे विच आधार होएगा भाव तुसी इन्हां विकारां तो छुट जाओगे जी नित नित करना पो नित नित रख ये वस्त तजी नहीं जाई जे कहो भी छड दिया इनू हाँ जी ते फिर तेरा कोई बने वो फिर गल मुश्किल है ठीक है नित नित ये जिहड़ी प्रिकॉशन दसे असीं शरीर दे उत्ते बिलकुल करदे आ कि गुरु ने सानू दे के तोरिया करता पुरख ने उस परमात्मा ने इन्ना वधिया सिस्टम दिते आ नर्वस सिस्टम दिता है डिजेस्टिव सिस्टम दिता है सतगुरु दी बाणी कहिंदी ना जे प्रसाद छत्ती अमृत खाहे तिस ठाकर को रख मन माहे हां हां ठीक है ते आए सदा मनया ते ए जिहड़ी चीज आ भी स्टीम नू असीं लगातार लेना है ठीक है जी ਤਾਂ ਕਿ ਸਾਨੂੰ ਬਾਹਰੋਂ ਕੋਈ ਇਨਫੈਕਸ਼ਨ ਡਾਊਨ ਨਾ ਕਰ ਸਕੇ ਭੋਜਨ ਅਸੀਂ ਸਾਫ ਖਾਣਾ ਹੈ ਘਰ ਦਾ ਬਣਿਆ ਖਾਣਾ ਹੈ ਬਾਜ਼ਾਰ ਦਾ ਨਹੀਂ ਖਾਣਾ ਜੀ ਕਿਉਂਕਿ ਬਾਜ਼ਾਰ ਦੇ ਵਿੱਚ ਤਾਂ ਜਿਆਲਡੀਆ ਤੇ ਅਮੀਬਾ ਹੀ ਨਹੀਂ ਖਤਮ ਹੁੰਦਾ ਸਾਡੇ ਪੇਟ ਦੇ ਅੰਦਰੋਂ ਗੈਸਟ੍ਰਾਈਟਿਸ ਹੋਇਆ ਇੱਥੇ ਆਪਣੇ ਸਾਰੇ ਕੈਨੇਡਾ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਕੀ ਹੈ ਮੇਜਰ ਕੋਲਾਈਟਿਸ ਗੈਸਟ੍ਰਾਈਟਿਸ ਅਲਵੇਲਾਈਟਿਸ ਇਹ ਪ੍ਰੋਬਲਮਸ ਨੇ ਪੇਟ ਦੀਆਂ ਜਿਹਦੇ ਨਾਲ ਉਹਨਾਂ ਦੀ ਡਾਈਜੈਸ਼ਨ ਜਿਹੜੀ ਆ ਉਹ ਪ੍ਰੋਪਰ ਨਹੀਂ ਹੈ ਉਹਨਾਂ 'ਚ ਤਾਕਤ ਹੀ ਨਹੀਂ ਬਣਦੀ ਸਰੀਰ ਨਿਟਾਲ ਰਹਿੰਦੇ ਉਹਨਾਂ ਦੇ ਸਾਰੀ ਦਿਹਾੜੀ ਕੰਮ ਨਹੀਂ ਕਰ ਸਕਦੇ ਥੱਕ ਜਾਂਦੇ ਆ ਤੇ ਕਾਰਨ ਕੀ ਹੈ ਵੀ ਇਸ ਚੀਜ਼ ਦਾ ਪਤਾ ਨਹੀਂ ਵੀ ਨੁਕਸਾਨ ਕਿੱਥੋਂ ਹੋ ਰਿਹਾ ਤੋ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਮਨ ਦੇ ਵਿੱਚ ਜੇ ਵਸਾਈਏ ਤੇ ਸਾਨੂੰ ਤਕਰੀਬਨ ਤਕਰੀਬਨ ਕਿਸੇ ਦਵਾਈ ਦੀ ਲੋੜ ਨਾ ਪਵੇ ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ ਤੁਹਾਡੇ ਸਾਹਮਣੇ ਤੁਸੀਂ ਸਾਡੇ ਸਾਹਮਣੇ ਬਿਲਕੁਲ ਜਾਗ ਦੀ ਮਿਸਾਲ ਆ ਕਿ 30 ਸਾਲਾਂ ਤੋਂ ਮਦਰ ਫਾਦਰ ਸਾਡੇ 2 ਤੋਂ 3 ਵਾਰੀ ਵੀ ਨਹੀਂ ਤਾਂ 2 ਵਾਰੀ ਤਾਂ ਅਸੀਂ ਵੀ ਮੈਂ ਹੁਣ ਇੱਥੋਂ ਜਾ ਕੇ ਵੀ ਜੀ ਬਈ ਜ਼ਰੂਰ ਸਟੀਮ ਜਿਹੜੀ ਆ ਤਾਂ ਕੋਸ਼ਿਸ਼ ਕਰੀਦੀ ਆ ਬਈ 3-4 ਮਿੰਟ ਲਈ 3 ਕੁ ਮਿੰਟ ਲਈ ਜਿਹੜੀ ਆ ਘੱਟੋ ਘੱਟ ਤੁਸੀਂ ਜੇ ਰੋਜ਼ਾਨਾ ਲੈਣ ਲੱਗ ਪੋ ਤੇ 1.5 ਮਿੰਟ ਹੀ ਬੜਾ ਵਾ ਅੱਛਾ ਜੀ ਹਾਂ 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 ਜੀ ਹਾਂ ਜੀ ਔਰ ਰੱਖੋ ਆਪਣੇ ਉੱਥੇ ਈਜ਼ੀ ਕਿਉਂਕਿ ਥੱਲੇ ਵਾਲਾ ਜੁਗਾੜ ਜਿਹੜਾ ਨਾ ਉਹਦੇ ਨਾਲ ਕਈ ਵਾਰੀ ਤੁਹਾਨੂੰ ਗਰਮੀ ਪੈਂਦੀ ਹੈ ਆਪਣੇ ਤੋਂ ਗੈਸ ਤੋਂ ਨਹੀਂ ਜੀ ਉਦੋਂ ਵੀ ਸਿੰਪਲ ਸਾਡੇ ਤਾਂ ਅਸੀਂ ਚਲੋ ਦੂਸਰਾ ਜਿਹੜਾ ਖੁੱਲ੍ਹੇ ਪਤੀਲੇ ਦੇ ਵਿੱਚ ਪਾਣੀ ਰੱਖ ਦੇਈਦਾ ਅਤੇ ਉਹਨੂੰ ਉੱਥੇ ਵੀ ਜਿਹੜੀ ਆ ਉਹ ਨੇਜ਼ਲ ਦੇ ਨਾਲ ਜਿਵੇਂ ਤੁਸੀਂ ਕਹਿੰਦੇ ਬਿਲਕੁਲ ਜੀ ਉਹ ਆਪਣੇ ਯੋਗ ਆਸਣ ਵਾਲਾ ਕੰਮ ਆ ਜੀ ਵੀ ਇੱਕ ਨਸ ਦੇ ਉੱਤੇ ਰੱਖ ਕੇ ਇੱਕ ਚੋਂ ਉਹਦੇ ਨਾਲ ਸੰਗਤ ਸਾਹਿਬ ਬਿਲਕੁਲ ਜੀ ਕਰੀ ਦੀ ਤੁਸੀਂ ਕਰ ਠੀਕ ਰਹੇ ਜੇ ਹਾਂਜੀ ਪਰ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਹੈ ਨਾ ਤੁਹਾਨੂੰ ਤੁਹਾਡੇ ਕੰਟਰੋਲ 'ਚ ਨਹੀਂ ਇੰਨੀ ਉਹ ਹੁੰਦੀ ਅਤੇ ਜੇ ਉਹਨੂੰ ਉੱਤੋਂ ਲਾ ਲਓ ਤਾਂ ਉਹਨੇ ਸਟੀਮ ਨੇ ਬਣਨਾ ਬੰਦ ਹੋ ਜਾਣਾ ਹਾਂਜੀ 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 ਸਮਝੇ ਨਾ ਠੀਕ ਹੈ ਜੀ ਐਕਚੁਅਲ ਸਟੀਮ ਲੈਣੀ ਅਸੀਂ ਜਿਹੜੀ ਨਿਕਲਦੀ ਹੈ ਵਿੱਚੋਂ ਦਿਸਦੀ ਹੈ ਸਾਨੂੰ ਹਾਂਜੀ 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 ਉਨੀ ਕੁ ਹਾਈਟ ਤੇ ਆਪਣੇ ਨੱਕ ਨੂੰ ਕਰਨਾ ਵੀ ਤੁਹਾਨੂੰ ਨੱਕ ਸੜੇ ਨਾ ਹਾਂਜੀ ਤੇ ਕਿਉਂਕਿ ਜੇ ਪਤੀਲਾ ਗਰਮ ਕਰਕੇ ਥੱਲੇ ਲਾ ਲਿਆ ਤੇ ਉਹ 1 ਮਿੰਟ ਅੱਧੇ ਮਿੰਟ ਬਾਅਦ ਹੀ ਉਹਨੇ ਆਉਣਾ ਹੀ ਨਹੀਂ ਨਹੀਂ ਡਾਕਟਰ ਸਾਹਿਬ ਅਸੀਂ ਉਦਾਂ ਅਸੀਂ ਇਦਾਂ ਕਰਦੇ ਹਾਂ ਜੀ ਰੱਖੀ ਦਾ ਅੱਗ ਤੇ ਅੱਗ ਸਲੋ ਕਰਕੇ ਉਹ ਐਨ ਸਟੀਮ ਤਾਂ ਪੂਰੀ ਨਾ ਪੈਂਦੀ ਆ ਉਸ ਲੈਵਲ ਤੇ ਹਾਂਜੀ ਥੋੜੀ ਜਿਹਾ ਬੈਂਡ ਹੋ ਕੇ ਤੇ ਮਤਲਬ ਹਾਂਜੀ ਬਿਲਕੁਲ ਸਹੀ ਤੁਹਾਡੀ ਗੱਲ ਸਹੀ ਆ ਹਾਂਜੀ ਬਈ ਉਹ ਤੁਹਾਡੇ ਵਾਲਾ ਤਰੀਕਾ ਬਹੁਤ ਜ਼ਿਆਦਾ ਔਰ ਉਹਦੇ ਵਿੱਚ ਵੋਲਿਊਮ ਵੀ ਜ਼ਿਆਦਾ ਨਿਕਲਦਾ ਜਦੋਂ ਤੁਸੀਂ ਤੁਹਾਡੇ ਵਾਲੇ ਤਰੀਕੇ ਦੇ ਨਾਲ ਹਾਂਜੀ ਔਰ ਫੋਰਸ ਨਾ ਆਉਂਦਾ ਹਾਂਜੀ ਉਹ ਫੋਰਸ ਨਾ ਆਉਂਦਾ ਕਈ ਵਾਰੀ ਉਨੀ ਹੈਂਡਲ ਨਹੀਂ ਹੁੰਦੀ ਹਾਂਜੀ ਕੈਟਲ ਘਰ ਰੱਖੀ ਨਹੀਂ ਉਹਨੂੰ ਇਸ ਤਰ੍ਹਾਂ ਨਾ ਉਹ ਜਿਹੜਾ ਸਵਿਚ ਤੇ ਹੱਥ ਰੱਖੋ ਆਪਣਾ ਹਾਂ ਆ ਨਹੀਂ ਅਸੀਂ ਕਰਦੇ ਸੀ ਵੀ ਉਹ ਜਿਹੜਾ ਵੀ ਡਿਸਕਨੈਕਟ ਕਰ ਲਓ ਹਾਂਜੀ 2-3 ਸੈਕਿੰਡ ਲਈ ਕਰੋਗੇ ਤੇ ਉਹਦੇ ਆਈ ਜਾਣੀ ਫਿਰ ਬੰਦ ਕਰੋ ਫਿਰ ਬੰਦ ਕਰੋ ਫਿਰ ਬੰਦ ਕਰੋ ਫਿਰ ਠੀਕ ਹੈ ਬੰਦ ਪੁੱਜ ਬੰਦ ਪੁੱਜ ਬੰਦ ਪੁੱਜ ਸਵਿਚ ਆਨ ਸਵਿਚ ਆਫ ਸਵਿਚ ਆਨ ਸਵਿਚ ਬਿਲਕੁਲ ਸਹੀ ਤੇ ਉਹੀ ਚੀਜ਼ ਆ ਹਾਂਜੀ ਇਹ ਚੀਜ਼ ਨਹੀਂ ਸੀ ਕਰਦੇ ਤਾਂ ਫਿਰ ਪਤੀਲੇ ਵਾਲੀ ਈਜ਼ੀ ਲੱਗਦੀ ਆ ਤਾਂ ਫਿਰ ਉਹਦੇ ਤੇ ਆਏ ਸੀ ਹਾਂਜੀ ਪਰ ਕੋਈ ਨਹੀਂ ਤੁਸੀਂ ਜਾਰੀ ਰੱਖੋ ਜਿਵੇਂ ਵੀ ਆ ਦੀ ਐਂਡ ਰਿਜ਼ਲਟ ਇਜ਼ ਗੁੱਡ ਦੈਟ ਇਜ਼ ਦੀ ਬਿਊਟੀ ਔਰ ਬੱਚੇ ਅਵਾਇਡ ਕਰਦੇ ਬੱਚਿਆਂ ਨੂੰ ਦੇਣਾ ਬਹੁਤ ਜ਼ਰੂਰੀ ਹੈ ਅੱਛਾ ਜੀ ਹਾਂ 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 ਕਿਉਂਕਿ ਬੱਚੇ ਜਲਦੀ ਇਧਰ ਉਧਰ ਫਿਰ ਉਹਨਾਂ ਗਲੇ 'ਚ ਵੀ ਕਈ ਕੁਛ ਖਾਣਾ ਸੌਸ ਵੀ ਖਾਣੀ ਉਹਨਾਂ ਨੇ ਹੈ ਨਾ ਮਿਰਚਾਂ ਵੀ ਖਾਣੀਆਂ ਬਿਲਕੁਲ ਸਹੀ ਜੀ ਬਿਲਕੁਲ ਉਹਨਾਂ ਦਾ ਫਿਰ ਤਾਂ ਹੀ ਠੀਕ ਰਹੇਗਾ ਤੇ ਸੋ ਆਪਾਂ ਹੁਣ ਛੁੱਟੀ ਲੈਨੇ ਜੀ ਬਿਲਕੁਲ ਜੀ ਡਾਕਟਰ ਸਾਹਿਬ ਇੱਕ ਕਾਲ ਲੈ ਲਈਏ ਸ਼ਾਇਦ ਤੁਹਾਡੇ ਲਈ ਕੋਈ ਕੁਐਸਚਨ ਨਾ ਹੋਵੇ ਉਸ ਤੋਂ ਬਾਅਦ ਇਜਾਜ਼ਤ ਹਾਂਜੀ ਠੀਕ ਹੈ ਜੀ ਹਾਂਜੀ ਲਾਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਸੌਰੀ ਟੂ ਬਾਦਰ ਯੂ ਅਗੇਨ ਮੈਂ ਬੋਲਦਾ ਸੁਰਿੰਦਰ ਸਿੰਘ ਹਾਂਜੀ ਪੁੱਛਣਾ ਜੀ ਡਾਕਟਰ ਸਾਹਿਬ ਨੂੰ ਐਸਮੇ ਬਾਰੇ ਕੋਈ ਪ੍ਰੋਗਰਾਮ ਕਰ ਸਕਦੇ ਹੋ ਠੀਕ ਹੈ ਜੀ ਐਸਥਮੇ ਬਾਰੇ ਡਾਕਟਰ ਸਾਹਿਬ ਕੁਛ ਇਹਨਾਂ ਨੂੰ ਦੱਸ ਦਿਓ ਹਾਂਜੀ ਹਾਂਜੀ ਐਸਥਮਾ ਬਾਰੇ ਆ ਜਿਹੜੀਆਂ ਦੇਖੋ ਇਹ ਕ੍ਰੋਨਿਕ ਪੱਕੀ ਚੀਜ਼ ਹੈਗੀ ਹੈ ਐਸਥਮਾ ਜਾਂਦਾ ਤਾਂ ਨਹੀਂ ਜੜਾਂ ਤੋਂ ਪਰ ਇਹਨਾਂ ਨੂੰ ਆਪਾਂ ਸਿੰਪਲ ਆ ਜਿਹੜੀ ਸਕੀਮ ਦੀ ਗੱਲ ਕੀਤੀ ਹੈ ਨਾ ਇਹਦੇ ਨਾਲ ਕਾਫੀ ਹੱਦ ਤੱਕ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਅੱਛੀ ਡਾਈਟ ਲਵੋ ਇਹਨੂੰ ਕੰਟਰੋਲ ਕਰੋ
अपना पेट जिहड़ा वा मतलब इम्यून सिस्टम नूं स्ट्रोंग करोगे तो एस्थमा कंट्रोल च रहेगा क्योंकि बेसिकली एलर्जी है ना ये। ठीक है जी, ठीक है जी डॉक्टर साहब, बहुत बहुत धन्यवाद जी। दलजीत सिंह कोई डॉक्टर साहब उन्होंने क्वेश्चन या कोई हाँ जी होर? नहीं नहीं, बहुत डॉक्टर साहब तुहाडा बहुत बहुत धन्यवाद। इन्नी इन्नी जी आपां अपना सारिआं दा ही सहयोग और युद्धवीर जी वेखो ना प्लेटफॉर्म जिवें संघा साहब ने कहा सो बहुत बहुत धन्यवाद संघा साहब। तकरीबन 3 घंटे का समा जो सानू दिता बहुत बहुत धन्यवाद। और जिमें फैक्ट्रीज या जिन्होंने इतने भी लैके आओगे डेफिनेटली जी एनी टाइम डॉक्टर साहब ये अपना प्लेटफॉर्म है। और युद्धवीर हुणा वालों खास तौर के उत्ते कोई भी साडा दर्शक कोई भी कम्यूनिटी के पॉजिटिव मैसेज देना चाहता दिस प्लेटफॉर्म इज़ ओपन फॉर यू। अपने दलजीत हुणी एग्जाम्पल है गया, इन्होंने सोशल मीडिया के उत्ते कई वारी राहे बगाहे जिहड़ा मैसेज ये देने की कोशिश की है कि सानू इस वेले अवेयर होने की लोड़ आ, सानू इस वेले होर चकन्ने होने की लोड़ आ, सानू इस वेले होर प्रकॉशनरी मेयर्स जिहड़े आ उन्होंने टाइट करन की लोड़ आ। और मैं डेफिनेटली जी इस चीज़ बदले इन्हों इतें लैके आता कि आओ आप रल मिल के, क्योंकि अगेन मैं जिमें दसिया कि साढ़े सारिया के नाल ही सोसायटी आ, सारे असी उस सोसायटी के एलीमेंट हाँ। और साडा बिल्कुल जी जिहड़े साडे कालरस आ जे एक नूं भी तुसीं जाके मैसेज पास ऑन कर दिता तो मेरा ख्याल साडा अज दा प्रोग्राम जिहड़ा सफल आ। सो ये चीज़ आपां मैसेज आप इंप्लीमेंट करना आ और दूसरे तक ये मैसेज पहुँचाना आ चाहे अगला मने चाहे ना मने। दलजीत कई बार मैं भी इस चीज़ का भागी बनया, ईवन हुणे ही एक दिन परसों फादर साहब की अल्ट्रासाउंड की हार्ट की अपॉइंटमेंट सी, एक स्टूडेंट बच्चा राह उन्हें क्रॉस किया तो उन बढ़िया गलत थान तो हाँ जी तकरीबन क्वीन एंड कैनेडी उतो 6 लेना की रोड आ और जाना फिर हूँ इंटरसैक्शन वाली लाइटा ते सी। अच्छा राइट, फिर मैं इतने नहीं रहा गया, फिर मैं गड्डी साइड से पुल करके भी उन्होंने हालांकि विंडो थले करके मैं जिनी हौली करके क्योंकि राइट लेन वाली मेरे पिछे कोई है नहीं, मैंने कहा मैं बेटे जो उत्थे जाके भी खड़े होना क्यों नहीं तुम लाइटा तो प्रोपर वे तो क्रॉस करते, तुम 6 लेना चो कि एक अद्धी के ट्रक के ओले दूसरे तू ना दी दा जी जो तू यस हाँ जी। ठीक है, सो ये चीज़ा है। और मैं कई तकरीबन उस दिन तो बाद 5-6 चाहे ऑफिस साडिया बच्चिया कुड़ियां या कम कर दियाँ होर उन्होंने नाल शेयर की कि असी क्यों नहीं जी जिहड़े प्रोपर रूल्स बने हुए जो सानू गवर्नमेंट रूल्स दिंदी आ चाहे उही चीज़ इत्थे आ जांदी आ बई जो सानू कह रहे आ तुसी 6 फुट की जिहड़ी दूरी के उत्ते खड़े होवो 2 मीटर का फासला आपस विच ही रखो, क्राउडड प्लेसिस ते ना जाओ, मूँह तो जे तुसी किसे दे भी लागे होंने आ मास्क जिहड़ा उहनू जरूर वरतो। हाँ जी, सो इन्हां चीज़ां दे नाल जिहड़ा मेरा ख्याल किते ना किते असी जिहड़ा ये चेन नूं तोड़ सकदे आ। हाँ जी, क्लोजिंग रिमार्क्स। क्लोजिंग रिमार्क्स यही आ कि जिस मकसद दे नाल असीं पहला तां थैंक यू तुसी इत्थे बुला के अपने दर्शकों के रूबरू भी किया है ते पर उहदे नाल इह आ कि दिवाली कृपा करके जरूर मनाओ, अपनी सैलीब्रेशन जिहड़ियां हैगियां उह ना रखो। पर डॉक्टर साहब तो सानूं अज बहुत सारी जानकारी मिली है, साडे कॉलरस कई उन्होंने वधिया कीती आ, दिवाली मनाओ, घरे पकौड़े बनाओ, घरे मठियाइयां बनाओ, ईवन तुहाडा कोई भैण भरा भी जिहड़ा तुहाडे किते नेड़े रहिंदा आ उहनां दे परिवार नूं भी अपने परिवार तो दूर रखो। चेन तोड़ांगे तां ही इहते कंट्रोल पा सकदे आ। तो दोबारा फिर बेनती है कि दिवाली जरूर मनाओ, जे थोड़ी मना लो इस साल अगले साल ज़्यादा मना लियो, पर कंट्रोल जरूर रखियो, अवेयर अपने आपने जरूर करियो ते जे हो सके तो अगे भी किसी नूं अवेयर करन दी कोशिश जरूर करियो तां कि ये चीज़ नूं असीं कंट्रोल कर सकीए। बिल्कुल जी, कहिंदे जिउंदे रहे तां जग जिउंदिआं दे मेले आ जी, मेले जिहड़े आ इह आउंदे रहिणे आ, पर जे आपां जिउंदे रहे अज इस जिहड़ा इह इक अदिख दुश्मण आ जिहड़ा सानूं पता ही वी नहीं इहनूं किधरों अटैक करना ते किवें करना, उहदे बारे असी जागरूक रहना आ, उहदे बारे असी चुकन्ने रहना आ, उहदे बारे असी जो गौरमेंट दीआं जो जो अजे तक कोई जिवें डॉक्टर साहब हुणी वी दस के हटिया इन्नी डिटेल दे विच डैप्थ दे विच उन्होंने समझाया, पर फिर भी उन्होंने कहा कि इन्ना शैतान वायरस आ कि अजे तक साडे कोलो रीयल टारगेट जिहड़ा साइंटिस्ट्स दे कोलो भी हिट नहीं हो रहा। सो इहदे बारे इही जो दुआ रहा वी हाँ वी असी अपना जिहड़ा बणदा योगदान आ उह पूरा पाउणा आ, अपने असी आप दे विच जिथे जागरूक होना आ इन्हां इत्यादां नूं इंप्लीमेंट करना आ, उत्थे नाल दी नाल अपने भाईचारे नूं भी चाहे कोई सुने चाहे कोई ना सुने, भाई ने गुरद्वारा साहब होका देना हुंदा सी, कईआं ने इह कहना हुंदा सी साडा सौण दा टाइम खराब हो गया, किसी ने कहना पढ़न दा खराब हो गया, पर जिन नाल उठ के नाम जपना उन जपे ही लैणा आ। सो इह तुसीं अपना जिहड़ा काम आ उह करदे रहना, तुसीं अपना राहे बगाहे जिहड़ा भी तुहानूं लगदा कोई गलत सोसाइटी दे विच हो रिहा आ उत्थे तुसीं अपनी आवाज़ जिहड़ी आ उह बुलंद करदे रहना, मेरा ख्याल इही
सच्ची साड़ी श्रद्धांजलि होगी, यही साड़ी सच्ची अज दिवाली दे उत्ते सरबत दे भले दी यही साड़ी अरदास होगी कि असी इस चेन नू अगे वधण तों रोकणा। आओ सारे रल मिल के जिथे एक बार फिर सारे परिवारों जिन्ने साडे परिवार आ उन्हां नू दिवाली दीआं लख लख मुबारकां, सरबत दे भले दी यही अरदास आ। घर बैठ के गुरद्वारा मंदिर मस्जिद किते भी जाण दी लोड़ नहीं, परमात्मा ने तुहाडे अंदर ही सब तो वड्डा रब बिठाया होया उहनू याद कर लईए और सच्ची श्रद्धांजलि यही आ। बिल्कुल जावांगे गुरद्वारा साहब दे विच साडियां और रिलीजियस प्लेस दे नाल नाल साडी ओ इस कंट्री दे विच साडियां सोशल प्लेसिस भी हैगियां। बिल्कुल असीं आनंदपुर साहब दा होला महला कल्ला उत्थे धार्मिक एस्पेक्ट ही नहीं सी हुंदा, एक मेला देखण भी जांदे हुंदे सी। साडे लागे दलजीत बाबा लखो हांजी बाबा लखो, असीं कल्ला इक इही नहीं सी हुंदा, कई वारी उत्थे रिश्तेदारां नूं मिलण गिलण दे लई इही चीज़ इत्थे भी खास तौर पर इन्ह कंट्रियां दे विच तां किन्नी वारी असीं तुहाडे नाल प्रोग्राम कीते कि अज ये साडे मंदिर मस्जिद गुरद्वारे जुड़े होए आ। पेप गुरद्वारा साहब की हिस्टरी साडे सारयां दे सामने आ कि वह गुरद्वारा जो लिया गया वो एक कम्यूनिटी सेंटर के तौर पर वरत्या जाता सी, उत्थे ही साडे हिंदू वीर भी और डिक्सी गुरद्वारा साहब की एग्जाम्पल तुहाडे सामने आ कि पहले प्रधान जिहड़े आ वह हिंदू साडी हाँ जी माता जी सीगे और ओंटेरियो खालसा दरबार का नाम भी बल साहब होनी तुहानू दस्या ही सी कि उन्होंने रख्या सी। सो साडा तां साईं मियां मीर हुणी हरिमंदर साहब की नींह पत्थर रखी सी, मानस की जात सब है एक है पहचान वो सरबत दे भले दी, सरबत दे भले दी नानक नाम चढ़दी कला तेरे भाणे सरबत दा भला। सरबत दा भला अज कादे विच आ इन्हां ही प्रकोशनस दे विच, इन्हां ही कि असीं किते भी लाइना दे विच नहीं लगना, किसे दे लागे नहीं होना। ये नहीं जरूरी कि अगले की हवाड़ तो मैं बीमार होना, हो सकता मेरी हवाड़ तो तुसी बीमार हो जाओ, मैं अपनी हवाड़ अपने कोल रखनी, अपने जिहड़ी ब्रैथ इनहालेशन आ जिहड़े मेरे साह बाहर निकलते आ वह मैं दूसरे दे तक नहीं पहुँचाने, यही सरबत दा भला आ। अज उम्मीद करते हैं कि साड़ी ये छोटी जी कोशिश तुहानू जरूर पसंद आई होगी। एक बार फिर तुहानू सारयां नू हैप्पी दिवाली, सारे बदो फुलो, खुशहाल रहो, जिंदाबाद रहो, आबाद रहो, अपने अपने परिवारों के विच खुशहाल रहो। इत्थे इजाजत दिओ, तुसी देखते दे रहना चैनल वाई। यू आर वॉचिंग चैनल वाई।